ਚਲੋ ਜਿਹੜੇ ਸਵਾਲ ਆ ਸਾਡੇ ਉਹਦੇ ਤਾਂ ਜਵਾਬ ਨਾ ਅੱਗੇ ਕਿਸੇ ਨੇ ਦਿੱਤੇ ਆ ਨਾ ਸਾਨੂੰ ਕੋਈ ਆਸ ਆ। ਠੀਕ ਆ ਜੀ, ਹੁਣ ਵੀ ਅਸੀਂ ਜਿਹੜੀ ਸ਼ੁਰੂ ਚ ਗੱਲ ਕੀਤੀ ਸੀ ਭਈ ਜੇ ਉਹ ਸਰੋਵਰ ਇੰਨਾ ਮਹਾਨ ਸੀ, ਜੇ ਇੰਨਾ ਇੰਪੋਰਟੈਂਟ ਸੀ ਤੇ ਜਿਹੜੀਆਂ ਪਿਛਲੀਆਂ ਚਾਰ ਪਾਤਸ਼ਾਹੀਆਂ ਆ ਉਹ ਉੱਥੇ ਇਸ਼ਨਾਨ ਕਰਨ ਗਈਆਂ ਕਿਉਂ ਨੀ? ਜਿਹੜੀ ਤਾਕਤ, ਜਿਹੜੀ ਸ਼ਕਤੀ ਗੁਰੂ ਰਾਮਦਾਸ ਵਿੱਚ ਸੀ, ਜਿਹਨੂੰ ਤੁਸੀਂ ਕਹਿੰਦੇ ਆ ਵੀ ਉਹਨੇ ਉਹ ਜਗ੍ਹਾ ਬਣਾਈ ਆ ਉਹਨਾਂ ਨੇ, ਕੀ ਉਹ ਸ਼ਕਤੀ ਸੱਤਵੇਂ ਅੱਠਵੇਂ ਨੌਵੇਂ ਦਸਵੇਂ ਪਾਤਸ਼ਾਹ ਚ ਨਹੀਂ ਸੀ? ਜਦੋਂ ਉਸ ਸਰੋਵਰ ਤੇ, ਉਸ ਗੁਰਦੁਆਰੇ ਤੇ, ਉਸ ਦਰਬਾਰ ਸਾਹਿਬ ਤੇ ਕਿਸੇ ਹੋਰ ਦਾ ਕਬਜ਼ਾ ਹੋ ਗਿਆ ਤੇ ਉਹਨਾਂ ਨੇ ਉਹੋ ਜਿਹਾ ਸਰੋਵਰ ਅਨੰਦਪੁਰ ਕਿਉਂ ਨੀ ਬਣਾਇਆ, ਕੀਰਤਪੁਰ ਕਿਉਂ ਨੀ ਬਣਾਇਆ? ਜਿਹੜੀਆਂ ਤਾਕਤਾਂ ਉੱਥੇ ਤੁਸੀਂ ਕਹਿ ਰਹੇ ਉੱਥੇ ਮਰੀਜ਼ ਠੀਕ ਹੋ ਰਿਹਾ ਸਾਰਾ ਕੁਛ, ਕੀ ਉਹ ਇੱਦਾਂ ਤਾਂ ਨੀ ਵੀ ਪੁਜਾਰੀ ਦੀ ਦੁਕਾਨ ਚਲਾਉਣ ਲਈ ਸਾਰਾ ਪ੍ਰੋਪੋਗੰਡਾ ਆ? ਉਹਦੀ ਗੋਲ ਕੇ ਆ ਜਿਹੜੀ ਦਰਬਾਰ ਸਾਹਿਬ ਦੀ ਸਾਰੀ ਸਾਨੂੰ ਪਤਾ ਵੀ ਸ਼੍ਰੋਮਣੀ ਕਮੇਟੀ ਨੂੰ ਜਾ ਰਹੀ ਆ, ਸ਼੍ਰੋਮਣੀ ਕਮੇਟੀ ਅਕਾਲੀ ਦਲ ਬਾਦਲ ਦੇ ਅੰਡਰ ਆ। ਹੁਣ ਜਿੰਨਾ ਚਿਰ ਉਹਦਾ ਪ੍ਰਚਾਰ ਹੁੰਦਾ ਰਹੂਗਾ, ਜਿੰਨਾ ਚਿਰ ਉਹਦੀ ਮਹਾਨਤਾ ਬਣੀ ਰਹੂਗੀ, ਉਨਾ ਚਿਰ ਇਹਨਾਂ ਦਾ ਕਬਜ਼ਾ ਬਣਿਆ ਰਹੂਗਾ, ਪੈਸਾ ਸਾਡੇ ਨੂੰ ਲੁੱਟ ਕੇ ਖਾਂਦੇ ਰਹਿਣਗੇ। ਬਿਲਕੁਲ, ਜਿਹੜਾ ਤੁਹਾਡੀ ਵੱਧ ਤੋਂ ਵੱਧ ਦੌੜ ਆ ਜਿਹੜੀ, ਹੁਣ ਪ੍ਰੋਫੈਸਰ ਦਰਸ਼ਨ ਸਿੰਘ ਨੇ ਆਪਣੇ 40-45-50 ਸਾਲ ਦੀ ਮਿਹਨਤ ਤੋਂ ਬਾਅਦ ਜਿਹੜਾ ਨਿਚੋੜ ਕੱਢਿਆ ਉਹ ਇਹ ਕੱਢਿਆ ਵੀ ਨਹੀਂ ਅੰਮ੍ਰਿਤ ਸੰਚਾਰ ਠੀਕ ਆ, ਸਾਰਾ ਕੁਛ ਠੀਕ ਆ, ਹੁਣ ਅਰਦਾਸ ਦੇ ਵਿੱਚ ਭਗਵਤੀ ਦੀ ਜਗ੍ਹਾ ਅਕਾਲਪੁਰ ਕਰ ਦਈਏ, ਬਾਣੀਆਂ ਜਿਹੜੀਆਂ ਆ ਪਾਣੀ ਅੰਮ੍ਰਿਤ ਬਣ ਸਕਦਾ ਆ, ਪਰ ਹਾਂ ਦਸਮ ਗ੍ਰੰਥ ਦੀਆਂ ਨੀ, ਗੁਰੂ ਗ੍ਰੰਥ ਸਾਹਿਬ ਦੀਆਂ ਬਾਣੀਆਂ ਨਾ ਬਣਦੀਆਂ। ਜਦਕਿ ਗੱਲ ਇਹ ਸਾਰੀ ਗੁਰਬਾਣੀ ਦੇ ਵਿੱਚੋਂ ਅੰਮ੍ਰਿਤ ਸ਼ਬਦ ਪਾ ਕੇ ਤੁਸੀਂ ਨਾ ਗੁਰੂ ਗ੍ਰੰਥ ਸਾਹਿਬ ਦਾ ਸਟੀਕ ਲੈ ਲਓ ਨੈੱਟ ਦੇ ਉੱਤੇ ਤੇ ਅੰਮ੍ਰਿਤ ਸ਼ਬਦ ਪਾ ਦਿਓ, ਜਿੱਥੇ ਵੀ ਪੰਕਤੀ ਆਉਂਦੀ ਆ ਉਹਨੂੰ ਲਿਖੀ ਜਾਓ, ਉਹ ਸਾਰੀਆਂ ਪੰਕਤੀਆਂ ਦੇ ਅਰਥ ਜਿਹਦੇ ਮਰਜ਼ੀ ਪੜ ਲਿਓ, ਕਿਤੇ ਵੀ ਗੁਰਬਾਣੀ ਇਸ ਅੰਮ੍ਰਿਤ ਨੂੰ ਪ੍ਰਮੋਟ ਨਹੀਂ ਕਰ ਰਹੀ। ਠੀਕ ਹੈ, ਬਸ ਉਹ ਭਾਈ ਗੁਰਦਾਸ ਦੀ ਇੱਕ ਪੰਕਤੀ ਆ ਜਿਹੜੀ ਹੈਗੀ ਚਰਨਾਮ੍ਰਿਤ ਸਿੱਖਾਂ ਪਲਾਇਆ, ਉਹਨੂੰ ਆਧਾਰ ਬਣਾ ਕੇ ਸਾਡੇ ਸਿਰ ਇਹ ਬਣ ਦਿੱਤਾ ਗਿਆ ਵੀ ਪਹਿਲੀਆਂ ਨੌ ਪਾਤਸ਼ਾਹੀਆਂ ਪੈਰ ਦਾ ਅੰਗੂਠਾ ਧੋ ਕੇ ਪਲਾਉਂਦੀਆਂ ਸੀਗੀਆਂ। ਠੀਕ ਹੈ, ਤੇ ਬਾਅਦ ਵਿੱਚ ਦਸਵੇਂ ਪਾਤਸ਼ਾਹ ਨੇ ਆ ਕਰ ਦਿੱਤਾ। ਮਤਲਬ ਕਹਿਣ ਲੱਗੇ ਵੀ ਸ਼ਰਮ ਨਹੀਂ ਕਰਦੇ। ਠੀਕ ਹੈ, ਸਾਡੇ ਨਾਲ ਇੱਕ ਸਰੋਤੇ ਆ ਜੀ, ਪਹਿਲਾਂ ਉਹਨਾਂ ਦੀ ਗੱਲ ਸੁਣ ਲਈ। 107 ਤੇ ਤੁਸੀਂ ਆਉਣੇ ਰਹੋ ਜੀ। ਲੋ ਜੀ ਆ ਜਵਾਬ ਆ, ਹੁਣ ਅਸੀਂ ਸਵਾਲ ਪੁੱਛਦੇ ਸੀ ਨਾ, ਆ ਜਵਾਬ ਦੇ ਕੇ ਗਏ ਅਸੀਂ, ਆ ਆ ਸਾਡੀਆਂ ਕਰਤੂਤਾਂ ਹਨਾ, ਬੇਸ ਕਰਕੇ ਸਾਨੂੰ ਗੁਰੂ ਗੋਬਿੰਦ ਸਿੰਘ ਜੀ ਨੇ ਉਦੋਂ ਤੋਂ ਚਲਾਇਆ ਬਈ ਆਓ ਹੁਣ ਕੀ ਇਹਨਾਂ ਨੂੰ ਬਿਠਾ ਗਿਆ ਇੱਥੇ ਤੁਸੀਂ ਤੁਸੀਂ ਆ ਕੁਛ ਕਰੀ ਜਾਇਓ ਹਨਾ। 108 ਤੇ ਤੁਸੀਂ ਆਉਣੇ ਰਹੋ ਜੀ। ਹਾਂ ਜੀ, ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ। ਤੇ ਸਰ ਮੈਂ ਆਫਲਾਈਨ ਗੱਲ ਕਰਨਾ ਚਾਹੁੰਦਾ ਸੀਗਾ, ਆ ਪ੍ਰੋਗਰਾਮ ਮੁੱਕਣ ਤੋਂ ਬਾਅਦ ਤੁਹਾਨੂੰ ਮੈਂ ਕਾਲ ਕਰ ਸਕਦਾ? ਵੀਰਾ 9 ਵੱਜ ਜਾਣੇ ਆ, ਫਿਰ ਤੁਸੀਂ ਮਜਬੂਰੀ ਸਮਝੋ ਸਰ, ਪਲੀਜ਼। ਕੋਈ ਨੀ, ਤੁਸੀਂ 5 ਮਿੰਟ ਤੇ ਦੁਬਾਰਾ ਇੱਕ ਮਿੰਟ ਹੋਲਡ ਰੱਖਿਓ ਮਾੜਾ ਜਿਹਾ। ਹੈਲੋ, ਹਾਂਜੀ, ਤੁਸੀਂ ਹੋਲਡ ਰੱਖੋ ਇੱਦਾਂ ਹੀ ਹਨਾ, ਤੇ ਆਪਾਂ ਕੋਈ ਨੀ ਜੀ, ਅਸੀਂ ਬਾਅਦ ਵਿੱਚ ਸਾਡੇ ਕੋਲ ਟਾਈਮ ਨਹੀਂ ਹੋਣਾ ਇੰਨਾ, ਤੇ ਅਸੀਂ ਆਫ ਏਅਰ ਗੱਲ ਉਹਨਾਂ ਦੀ ਸੁਣ ਲੈਂਦੇ ਹਾਂ ਕੀ ਕਹਿਣੀ ਚਾਹੁੰਦੇ ਆ, ਪੋਸੀਬਲ ਆ ਕੋਈ ਨਾ ਕੋਈ ਸੰਭਵ ਆ ਕੋਈ ਕੋਈ ਜ਼ਰੂਰੀ ਉਹਨਾਂ ਦੀ ਗੱਲਬਾਤ ਜਿਹੜੀ ਆ ਉਹ ਹੋਵੇ ਜਿਹੜੀ ਉਹ ਕਰਨੀ ਚਾਹੁੰਦੇ ਆ। ਵੀ ਉਹ ਅਸੀਂ ਜਿਹੜੇ ਸਵਾਲ ਕਰਦੇ ਹਾਂ ਨਾ, ਅਸੀਂ ਸਰੋਤਿਆਂ ਨੂੰ ਬੇਨਤੀ ਕਰਦੇ ਹਾਂ, ਅਸੀਂ ਸਵਾਲ ਇਹ ਕੀਤਾ ਆ, ਅਸੀਂ ਸਾਡੇ ਕੋਲ ਕੁਛ ਇੱਦਾਂ ਦੀ ਸ਼ਕਤੀ ਥੋੜ੍ਹੀ ਆ, ਅਸੀਂ ਕਿਹੜਾ ਉੱਥੇ ਬੂਟਾ 'ਚ ਖੜ ਗਏ ਹਾਂ ਜਾ ਕੇ? ਜੇ ਤਾਂ ਅਸੀਂ ਅਕਾਲ ਤਖ਼ਤ ਅਤੇ ਸ਼੍ਰੋਮਣੀ ਕਮੇਟੀ 'ਤੇ ਕਬਜ਼ਾ ਕਰਕੇ ਤੁਸੀਂ ਪਾਤੀਆਂ ਬੂਟਾਂ ਸਾਨੂੰ, ਅਸੀਂ ਬਣ ਗਏ ਪ੍ਰਧਾਨ ਸ਼੍ਰੋਮਣੀ ਕਮੇਟੀ ਦੇ, ਅਤੇ ਜਾ ਕੇ ਉੱਥੇ ਸਿਸਟਮ ਬਦਲ ਦਿੱਤਾ ਤੁਹਾਡਾ ਸਾਰਾ, ਫਿਰ ਤਾਂ ਪਿਟਸਿਆਪਾ ਪਾਓ ਤੁਸੀਂ। ਠੀਕ ਹੈ, ਸਾਡਾ ਕਹਿਣਾ ਕਾਹਤੇ ਮੰਨੂਗੇ ਲੋਕ? ਸਾਡੇ ਕੋਲ ਕੀ ਅਥਾਰਿਟੀ ਆ? ਸਾਡੀ ਗੱਲ ਕਹਿਣ ਦੇ ਨਾਲ ਕੀ ਹੋ ਜਾਊਗਾ ਇੱਦਾਂ? ਠੀਕ ਹੈ ਨਾ, ਤੁਹਾਡੇ ਕੋਲ ਸੱਚ ਹੈਗਾ ਆ, ਤੁਸੀਂ ਸਾਰਾ ਸੱਚ ਦੁਨੀਆਂ ਨੂੰ ਦੱਸਦੇ ਹੋ, ਪਰ ਇਸ ਗੱਲ ਦਾ ਜਵਾਬ ਤਾਂ ਦੇ ਦਿਓ ਵੀ ਜੇ 20 ਤੋਂ 25 ਤੋਂ 30 ਸਾਲ ਦਾ ਨੌਜਵਾਨ ਜਿਹੜਾ ਆ ਉਹਦਾ ਖੂਨ ਨਹੀਂ ਖੋਲ ਰਿਹਾ ਵੀ ਸਾਡੇ ਗੁਰੂ ਦੇ ਸਾਹਿਬਜ਼ਾਦਿਆਂ ਦੀਆਂ ਬੂਟੀਆਂ ਕਰ ਦਿੱਤੀਆਂ ਚਮਕੌਰ ਦੀ ਗੜੀ ਦੇ ਵਿੱਚ, 5-7 ਸਾਲ ਦੇ ਜਵਾਕ ਨੀਆਂ 'ਚ ਚਿਣਕੇ ਉਹਨਾਂ ਦੀਆਂ ਸ਼ਾਹਰਗਾਂ ਵੱਢ ਕੇ ਗੋਡੇ ਛਿੱਲ ਕੇ ਅਗਲੇ ਨੇ ਸ਼ਹੀਦ ਕਰ ਦਿੱਤੇ ਇੱਥੇ।
ਨਹੀਂ ਤਾਂ ਇੰਨੇ ਛੋਟੇ ਬੱਚਿਆਂ ਦੇ ਉੱਤੇ ਵੀ ਕੋਈ ਜ਼ੁਲਮ ਕਰ ਸਕਦਾ ਹੁੰਦਾ, ਉਹਨਾਂ ਤੋਂ ਕਾਹਦਾ ਬਦਲਾ ਲੈਣਾ ਸੀ ਕਿਸੇ ਨੇ? ਜੇ ਉਸ ਵੇਲੇ ਖੂਨ ਨਹੀਂ ਖੋਲਿਆ ਤੇ ਦਰਬਾਰ ਸਾਹਿਬ ਨੂੰ ਆਜ਼ਾਦ ਕਰਾਉਣ ਦੇ ਲਈ ਕਾਹਦੇ ਲਈ ਕਰਾਉਣਾ ਸੀ ਆਜ਼ਾਦ? ਤੁਸੀਂ ਹਜ਼ੂਰ ਸਾਹਿਬ ਕਹਿੰਦੇ ਆ ਦਸਵੇਂ ਪਾਤਸ਼ਾਹ ਜੋਤੀ ਜੋਤ ਸਮਾਏ ਆ ਨਾ, ਉੱਥੇ ਕਿਹਨੇ ਅਥਾਰਟੀ ਦਿੱਤੀ ਵੀ ਤਖ਼ਤ ਬਣਿਆ ਸਾਡਾ? ਤੁਸੀਂ ਪਟਨਾ ਕਹਿੰਦੇ ਆ ਕਿ ਦਸਵੇਂ ਪਾਤਸ਼ਾਹ ਨੇ ਆਪਣੇ ਜੀਂਦੇ ਜੀ ਉੱਥੇ ਗੁਰਦੁਆਰਾ ਬਣਾਇਆ ਕੋਈ? ਤੁਹਾਨੂੰ ਲੱਗਿਆ ਪਏ ਉੱਥੇ ਮੱਥਾ ਟੇਕਣ ਗਏ ਹੋਣਗੇ? ਹੇਮਕੁੰਟ ਗੁਰਦੁਆਰਾ ਬਣਾਇਆ ਉਹਨੇ ਆਪਣੇ ਜੀਂਦੇ ਜੀ? ਕੋਈ ਗਿਆ ਮੱਥਾ ਟੇਕਣ ਉੱਥੇ? ਦਸਵੇਂ ਪਾਤਸ਼ਾਹ ਕਦੇ ਕਰਤਾਰਪੁਰ, ਕਦੇ ਖਡੂਰ, ਕਦੇ ਗੋਇੰਦਵਾਲ ਗਏ ਹੋਣ, ਤਰਨ ਤਾਰਨ ਗਏ ਹੋਣ ਕਦੇ? ਗੱਲ ਤਾਂ ਇੰਨੀ ਸੀ ਵੀ ਉਹਨਾਂ ਦੀ ਮਨੁੱਖਤਾ ਦੇ ਲਈ, ਇਨਸਾਨੀਅਤ ਦੇ ਲਈ, ਉਹ 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 ਜਿਹੜੀ ਜਿਹਨੂੰ ਕੁਦਰਤ ਕਹਿੰਦੇ ਆ, ਸ੍ਰਿਸ਼ਟੀ ਦੇ ਵਿੱਚ ਇਨਸਾਨੀਅਤ ਦੀ ਲੜਾਈ ਨੂੰ ਅਸੀਂ ਲਿਆ ਕੇ ਬਿਲਡਿੰਗਾਂ ਦੀ ਲੜਾਈ ਤੱਕ ਸੀਮਤ ਕਰ ਦਿੱਤਾ। ਉਹਦੇ ਚ ਪੁਜਾਰੀ ਦਾ ਫਾਇਦਾ ਹੋਇਆ, ਅਗਲੇ ਨੇ ਆਪਣਾ ਜੋ ਕਰਨਾ ਸੀ ਕਰ ਲਿਆ। ਹੁਣ ਉਹ ਹਿੰਦੂ ਪੁਜਾਰੀ ਨੂੰ ਚੰਗੀ ਤਰ੍ਹਾਂ ਪਤਾ ਸੀ ਵੀ ਜਿਹੜੇ ਉਹਦੇ ਤੀਰਥ ਅਸਥਾਨ ਆ ਉਹਨਾਂ ਦੀ ਅਹਿਮੀਅਤ ਕੋਈ ਨਹੀਂ ਰਹਿੰਦੀ, ਕਿਉਂਕਿ ਇੰਡੀਆ ਦੇ ਉਸ ਖਿੱਤੇ ਵਿੱਚ ਜੇ ਉਹ ਤੋਂ ਬਾਅਦ ਕੋਈ ਐਸਾ ਧਰਮ, ਕੋਈ ਐਸਾ ਮਜ਼ਹਬ, ਕੋਈ ਐਸੀ ਵਿਚਾਰਧਾਰਾ ਉਸ ਖਿੱਤੇ 'ਚ ਖੜੀ ਹੋ ਜਾਂਦੀ ਜਿਹੜੀ ਉਹਦੇ ਤੀਰਥ ਅਸਥਾਨਾਂ ਨੂੰ, ਉਹਦੀਆਂ ਵਿਚਾਰਧਾਰਾਵਾਂ ਨੂੰ ਖੰਡਨ ਕਰਦੀ ਸੀ, ਜੇ ਉਹ ਕਾਮਯਾਬ ਹੋ ਜਾਂਦੀ ਤਾਂ ਉਹਦੀ ਕੋਈ ਅਹਿਮੀਅਤ ਨਹੀਂ ਸੀ ਰਹਿਣੀ। ਅੱਜ ਕਿਉਂ ਹਰ ਹਿੰਦੂ ਜਿਹੜਾ ਕੱਟੜ ਹਿੰਦੂ ਆ, ਕਿਉਂ ਉਹ ਆ ਕੇ ਸਾਨੂੰ ਇਹ ਗੱਲ ਕਹਿ ਦਿੰਦਾ ਵੀ ਜਿਹੜੇ ਸਿੱਖ ਆ ਹਿੰਦੂਆਂ ਵਿੱਚੋਂ ਹੀ ਤਾਂ ਹੈਗੇ ਆ, ਇੱਕੋ ਹੀ ਤਾਂ ਹੈਗੇ ਆ ਅਸੀਂ? ਉਹਦਾ ਕਾਰਨ ਇਹ ਆ, ਉਹਨਾਂ ਲਈ ਬੜੀ ਵੱਡੀ ਦੁਬਧਾ ਬਣ ਜਾਣੀ ਸੀ ਇਹ ਜੇ ਗੁਰੂ ਨਾਨਕ ਪਾਤਸ਼ਾਹ ਦੀ ਵਿਚਾਰਧਾਰਾ ਆਪਣੇ ਪੱਕੇ ਪੈਰਾਂ ਤੇ ਖੜੀ ਰਹਿ ਜਾਂਦੀ। ਫਿਰ ਉਹਨਾਂ ਨੂੰ ਫਿਰ ਕਿਸੇ ਵੀ ਤਰ੍ਹਾਂ ਉਹਨਾਂ ਨੂੰ ਖੜਨਾ ਔਖਾ ਹੋਣਾ ਸੀ, ਠੀਕ ਹੈ। ਜਿਸ ਕਰਕੇ ਉਹਦਾ ਸਾਰਾ ਜ਼ੋਰ ਜਿਹੜਾ ਇਸ ਗੱਲ ਦੇ ਉੱਤੇ ਲੱਗਾਇਆ ਸੀ ਵੀ ਕਿਸੇ ਤਰ੍ਹਾਂ ਇਹਨੂੰ 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 ਖਰੀਦਿਆ ਜਾਵੇ, ਤੇ ਕਰ ਦਿੱਤਾ ਉਹਨੇ। ਜਿੱਦਾਂ ਦੇ ਸਥਾਨ ਉਹਦੇ ਆ ਉਦਾਂ ਦਾ ਤੁਹਾਡਾ ਬਣਾ ਕੇ ਰੱਖ, ਸਾਰਾ ਕੁਛ ਹੋਈ ਆ। ਹੁਣ ਪਿੱਟ ਸਿਆਪਾ ਤੁਸੀਂ ਜਦੋਂ ਅਸੀਂ ਗੱਲ ਕਹੀ ਵੀ ਜਿਹੜਾ ਇਹ ਦੇਖੋ ਅਸੀਂ ਤਾਂ ਗੱਲ ਕਹੀ ਸੀ ਨਾ ਉਦਣ ਵੀ ਜਿਹੜਾ ਦਰਬਾਰ ਸਾਹਿਬ ਆ, ਹਾਂਜੀ, ਉਹ ਦੇਸ ਰਾਜ ਦੁਆਰਾ ਬਣਾਇਆ ਗਿਆ ਆ, ਉਹਦਾ ਤਿਆਰ ਕੀਤਾ ਨਕਸ਼ਾ ਸੀ, ਠੀਕ ਠੀਕ ਆ। ਅੱਛਾ ਤੁਸੀਂ ਪਿੱਟ ਸਿਆਪਾ ਪਾ ਲਿਆ, ਫਿਰ ਹੁਣ ਜਦੋਂ ਮੈਂ ਕਿਹਾ ਵੀ ਜੇ 1986 ਚ ਜਦੋਂ ਬਲੂ ਸਟਾਰ ਵੇਲੇ ਢਾਇਆ ਗਿਆ ਅਕਾਲ ਤਖ਼ਤ, ਸੰਤਾ ਸਿੰਘ ਨੇ ਬਣਾਇਆ, ਉਹਨੂੰ ਦੁਬਾਰਾ ਢਾ ਕੇ ਬਣਾਉਣ ਲੱਗਿਆਂ ਨੇ, ਤੁਸੀਂ ਪਹਿਲੇ ਨਾਲੋਂ 4-4 ਫੁੱਟ ਵੱਡਾ ਬਣਾ ਲਿਆ, ਉਹ ਨਕਸ਼ਾ ਨਹੀਂ ਰੱਖਿਆ ਤੁਸੀਂ ਪਹਿਲਾਂ ਵਾਲਾ, ਠੀਕ ਆ, ਇਹਦੀ ਕੀ ਗਰੰਟੀ ਆ? ਹੁਣ ਜਾਂ ਤਾਂ ਸਾਨੂੰ ਇਹ ਦੱਸ ਦਿਓ ਵੀ ਗੁਰੂ ਸਾਹਿਬ ਵੇਲੇ ਜਿਹੜਾ ਇਹ ਕੰਪਲੈਕਸ ਸੀ ਉਹਦੀਆਂ ਉਹਦੀਆਂ ਕੋਈ ਫਰਦਾਂ, ਕੋਈ ਉਹਦੀ ਬਾਉਂਡਰੀ ਕੋਈ ਤੁਹਾਡੇ ਕੋਲ ਹੈਗੀ ਆ? ਫਿਰ ਤਾਂ ਤੁਸੀਂ ਕਹੋ ਵੀ ਗੁਰੂ ਸਾਹਿਬ ਵੇਲੇ ਆਹ ਸੀਗਾ, ਇੱਦਾਂ ਦਾ ਹੀ ਦੇਸ ਰਾਜ ਨੇ ਬਣਾਇਆ। ਤੁਸੀਂ ਆਪੇ ਕਹੀ ਜਾਂਦੇ ਵੀ 4 ਵਾਰੀ ਢਾਇਆ ਗਿਆ ਆ, ਮੂਰ ਦਿੱਤਾ ਗਿਆ ਸਰੋਵਰ, ਬਿਲਕੁਲ ਮਿੱਟੀ ਚ ਮਲਾ ਦਿੱਤਾ ਗਿਆ ਸਾਰਾ ਕੁਛ, ਮੈਦਾਨ ਕਰ ਦਿੱਤਾ। ਹੁਣ ਜਦੋਂ ਦੁਬਾਰਾ ਕੋਈ ਬਣਾ ਰਿਹਾ ਆ ਉਹਦੇ ਕੋਲ ਕੀ ਸੀਗਾ ਜਿਹਨੂੰ ਦੇਖ ਕੇ ਬਣਾ ਰਿਹਾ ਉਹ? ਹੁਣ ਕੋ ਜਦੋਂ ਤੁਹਾਨੂੰ ਕਿਸੇ ਨੇ ਟੋਕਿਆ ਨਹੀਂ ਵੀ ਤੁਸੀਂ ਕੌਣ ਹੁੰਦੇ 6ਵੇਂ ਪਾਤਸ਼ਾਹ ਦੇ ਬਣਾਏ ਹੋਏ ਤਖ਼ਤ ਨੂੰ ਵੱਡਾ ਕਰਨੇ ਵਾਲੇ, ਟੋਕਿਆ ਕਿਸੇ ਨੇ ਤੁਹਾਨੂੰ ਵੀ ਤੁਸੀਂ ਐਡੀ ਵੱਡੀ ਪਰੰਪਰਾ ਸਾਡੀ ਐਡਾ ਇਤਿਹਾਸ ਮਿਟਾਉਣ ਲੱਗੇ ਆ, ਜਿੱਦਾਂ ਦਾ ਹੈਗਾ ਉਦਾਂ ਦਾ ਬਣਾਓ ਤੁਸੀਂ, ਤੇ ਉਦੋਂ ਕਿਹਨੇ ਟੋਕਿਆ ਹੋਊਗਾ? ਜਦੋਂ ਅਗਲੇ ਨੇ ਕਿਹਾ ਹੋਣਾ ਵੀ ਸੋਹਣਾ ਬਣਨ ਲੱਗਾ ਯਾਰ ਆ, ਤਾਂ ਤੁਸੀਂ ਦੇਖੋ ਕਿੰਨਾ ਸੋਹਣਾ ਬ੍ਰਿਜ ਬਣਨਾ, ਗੱਬੇ ਬਣਾਵਾਂਗੇ ਅਸੀਂ, ਐਨ ਕਮਲ ਦੇ ਫੁੱਲਾਂ ਖਿੜਿਆ ਆ, ਕਿਹਨੇ ਟੋਕਿਆ ਹੋਣਾ ਸੀਗਾ, ਕੌਣ ਟੋਕਣ ਵਾਲਾ? ਠੀਕ ਆ। ਹੁਣ ਜਦੋਂ ਘੱਲੂ ਘਰਾ ਵੀ ਹੁੰਦਾ ਆ ਵੀ ਉਹਦੇ ਵਿੱਚ ਜਾਣੀ ਉਹ ਜਿਹੜੇ ਬੰਦੇ ਉੱਥੇ ਲੜ ਰਹੇ ਆ ਉਹਨਾਂ ਦੇ ਸਿਰਾਂ ਦੇ ਮੁੱਲ ਪੈ ਰਹੇ ਆ, ਤੇ ਸਾਡਾ ਇਹ ਲਾਣਾ ਸਾਰਾ ਇੱਥੇ ਤਲਵੰਡੀ ਸਾਬੋ ਬੈਠਾ, ਇਹ ਇਹ ਸਰੂਪ ਲਿਖ ਲੈ ਲੈ ਕੇ ਤਖ਼ਤਾਂ ਤੇ ਜਾ ਰਿਹਾ ਜਾਣੀ, ਬਾਕੀ ਸਿੱਖਾਂ ਦੇ ਮੁੱਲ ਪੈ ਰਹੇ ਆ, 30,000 ਇੱਕ ਦਿਨ ਚ ਕਤਲ ਹੋ ਰਿਹਾ ਆ, ਤੇ ਇਹਨਾਂ ਨੂੰ ਦਰਬਾਰ ਹਜ਼ੂਰ ਸਾਹਿਬ ਤੱਕ ਜਾਣ ਨੂੰ, ਪਟਨੇ ਸਾਹਿਬ ਤੱਕ ਜਾਣ ਨੂੰ ਅਗਲੇ ਰਾਹ ਦੇ ਰਹੇ ਆ, ਤੇ ਨਗਰ ਕੀਰਤਨਾਂ ਦੇ ਰੂਪ ਵਿੱਚ ਲਿਜਾ ਕੇ ਤੁਸੀਂ ਸਰੂਪ ਉੱਥੇ ਰੱਖ ਕੇ ਆਓ। ਇਹਨਾਂ ਗੱਲਾਂ ਦੇ ਜਵਾਬ ਦਿਓ ਸਾਨੂੰ, ਇਹ ਤੇ ਵਿਚਾਰ ਕਰੋ, ਠੀਕ ਹੈ। ਤੁਹਾਨੂੰ ਸਿੱਧਾ 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 ਸਵਾਲ ਆ ਵੀ ਜੇ 4 ਪਾਤਸ਼ਾਹੀਆਂ ਦਰਬਾਰ ਸਾਹਿਬ ਨਹੀਂ ਗਈਆਂ ਉਸ ਵੇਲੇ ਸਿੱਖੀ ਦਾ ਕੇਂਦਰ ਕੋ ਹੋ ਰਿਹਾ ਆ, ਤੇ ਅੱਜ ਸਿੱਖੀ ਦਾ ਧੁਰਾ ਇਹ ਕਿੱਦਾਂ ਬਣ ਗਿਆ? ਇੱਕੋ ਇੱਕ ਚੀਜ਼ ਸਾਨੂੰ ਵਾਰ ਵਾਰ ਜਿਹੜੀ ਆ ਉਹ ਵੱਡ ਵੱਡ ਖਾਈ ਜਾਂਦੀ ਆ ਵੀ ਬਸ ਆਹ ਸ਼੍ਰੋਮਣੀ ਕਮੇਟੀ ਵਾਲਾ ਹੋਊਗਾ, ਠੀਕ ਆ। ਉਦਣ ਹੁਣ ਸੁਣ ਤਾਂ ਲਿਆ ਸੀ ਵੀ ਵਿਸ਼ਨੂੰ ਕਹਿ ਰਿਹਾ ਆ ਵੀ ਮੈਂ ਉੱਥੇ ਤਖ਼ਤ ਬਣਾਊਂਗਾ ਜਿਹਦਾ ਨਾਂ ਅਕਾਲ ਤਖ਼ਤ ਰੱਖੂੰਗਾ ਮੈਂ, ਠੀਕ।
ਹੁਣ ਬਣਾ ਲਿਆ ਅਗਲੇ ਨੇ ਬਣਾ ਕੇ ਉਹ ਆਪਣੇ ਪੁਜਾਰੀ ਬਿਠਾ ਲਿਆ ਉਹਨੇ ਤੇ ਤੁਹਾਡਾ ਅੱਜ ਦਾ ਕੀਤਾ ਹੋਇਆ ਕੰਮ ਜਿਹੜਾ ਸਾਰੇ ਦਾ ਸਾਰਾ ਆ ਉਹ ਸਟੇਟ ਦੇ ਹੱਕ ਵਿੱਚ ਜਾ ਰਿਹਾ ਬਿਲਕੁਲ ਬਿਲਕੁਲ ਜਿਹਨੇ ਚਾਹੇ ਸ਼੍ਰੋਮਣੀ ਕਮੇਟੀ ਦੇ ਰਾਹੀਂ ਆ ਚਾਹੇ ਠੀਕ ਆ ਬਸ ਉਹ ਹੁਣ ਉਹ ਗੱਲਾਂ ਦੇ ਜਵਾਬ ਦੇਣ ਦੀ ਬਜਾਏ ਜੇ ਭਾਈ ਹੈਗਾ ਜਵਾਬ ਤੁਹਾਡੇ ਕੋਲ ਤਾਂ ਸਿਰਫ ਗਾਲਾਂ ਆ ਠੀਕ ਆ ਨਹੀਂ ਤਾਂ ਹੈ ਕੋਈ ਨੀ ਨਹੀਂ ਬਿਲਕੁਲ ਲੈ ਦੇ ਕੇ ਜਿਹੜਾ ਲੋਕਾਂ ਨੂੰ ਜਿੱਦਾਂ ਕਹਿ ਲਈਏ ਜਿਹੜੀ ਸਦੀਆਂ ਤੋਂ ਉਹਨਾਂ ਦੇ ਦਿਮਾਗ ਦੇ ਵਿੱਚ ਇੱਕ ਜਾਲਾ ਲੱਗਾ ਆ ਉਹੀ ਇਹਨਾਂ ਦੇ ਲਈ ਸਹਾਈ ਹੋ ਰਿਹਾ ਹੈ ਕਿਤੇ ਕਿਉਂਕਿ ਸਦੀਆਂ ਤੋਂ ਵਿਚਾਰੇ ਉਸ ਤਰੀਕੇ ਨਾਲ ਮੰਨ ਰਹੇ ਆ ਹਾਲਾਂਕਿ ਉਹਨਾਂ ਦੀ ਕੋਈ ਨਿੱਜੀ ਮਫਾਦ ਨਹੀਂ ਹੈਗੇ ਇਹਦੇ ਵਿੱਚ ਉਹ ਤਾਂ ਸ਼ਰਧਾ ਦੇ ਮਾਰੇ ਹੋ ਆ ਪਰ ਨਿੱਜੀ ਮਫਾਦ ਪੁਜਾਰੀ ਦੇ ਆ ਉਹ ਪੂਰੇ ਕਰ ਰਿਹਾ ਆਪਣੇ ਇਸ ਲਈ ਆਪਾਂ ਕਹਿੰਦੇ ਹੁੰਦੇ ਵੀ ਕਿਤੇ ਨਾ ਕਿਤੇ ਜਿਹੜੀ ਪਹਿਲ ਆ ਉਹ ਤਾਂ ਸਾਨੂੰ ਹੀ ਕਰਨੀ ਪੈਣੀ ਹਨਾ ਵੀ ਸਾਨੂੰ ਹੀ ਕਹਿਣਾ ਪੈਣਾ ਵੀ ਅਸੀਂ ਨੀ ਇਹਨਾਂ ਬੰਦਿਆਂ ਦੇ ਨਾਲ ਹੈਗੇ ਜਾਂ ਇਹਨਾਂ ਦੀ ਸਾਡੀ ਜਾਨੀ ਸਵਾਲ ਤਾਂ ਪੁੱਛ ਲਈਏ ਯਾਰ ਅਸੀਂ ਗੱਲ ਨਹੀਂ ਹੁਣ ਵਿਦਵਾਨਾਂ ਤੇ ਬੈਠੇ ਰਹੀਏ ਅਸੀਂ ਉਹ ਤਾਂ ਦੀਦਾ ਹੀ ਆ ਸਾਨੂੰ ਵਿਦਵਾਨ ਕਿੰਨੇ ਕਾਲੇ ਆ ਸਾਡੇ ਠੀਕ ਆ 108 ਦੇ ਉੱਤੇ ਤੁਸੀਂ ਆਉਂਦੇ ਰਹੋ ਜੀ ਸਤਿ ਸ਼੍ਰੀ ਅਕਾਲ ਸਰ ਜਿਹੜੀ ਤੁਸੀਂ ਹੁਣ ਗੱਲ ਕਰਦੇ ਪਏ ਦੀਪ ਸਿੰਘ ਜੀ ਦੀ ਇਹ ਤਾਂ ਅਸੀਂ ਚਲੋ ਲਾ ਲਈਏ ਕਿ ਇਹ 300 ਸਾਲ ਪੁਰਾਣੀ ਜਾਂ 250 ਸਾਲ ਪੁਰਾਣੀ ਗੱਲ ਹੈ ਜਿਹੜੀ ਹਜੇ 30-40 ਸਾਲ ਪਹਿਲਾਂ ਹੋਈ ਹੈ ਗੱਲ ਜਿਹਦੇ ਡਾਕੂਮੈਂਟਡ ਵੀ ਪ੍ਰੂਫ ਹੈਗੇ ਨੇ ਪਏ ਨੇ ਇਹ ਤੇ ਉਹਨੂੰ ਵੀ ਨੀ ਮੰਨ ਕੇ ਰਾਜੀ ਇਹ ਤੇ ਉਹਦੇ ਉੱਤੇ ਵੀ ਮਲਮ ਪੱਟੀ ਲਾ ਕੇ ਤੇ ਕੁੜੀਆਂ ਦੀ ਵਾਸਤੇ ਤੁਹਾਨੂੰ ਇੱਥੇ ਗਾਲਾਂ ਕੱਢਣ ਵਾਲੇ ਉਹ ਜੇ ਇਹਨਾਂ ਨੇ ਪੈਦਾ ਕਰਤੇ ਨੇ ਜਾਨਵਰ ਕੀ ਕਰ ਸਕਦੇ ਇਹਨਾਂ ਦਾ ਜਦੋਂ ਸੰਤੋਖ ਸਿੰਘ ਕਰਕੇ ਇੱਕ ਨਾ ਜੀਕੇ ਦਾ ਇੱਕ ਮਨਜੀਤ ਸਿੰਘ ਜੀਕੇ ਦਾ ਫਾਦਰ ਸੀ ਜਿਹੜਾ ਦਿੱਲੀ ਗੁਰਦੁਆਰਾ ਪ੍ਰਬੰਧਕ ਕਮੇਟੀ ਸੀ ਉਹ ਮਰਿਆ ਸੀ ਉਹ ਜਦੋਂ ਮਰਿਆ ਸੀ ਉਹਦੀ ਜਦੋਂ ਭੋਗ ਸੀ ਉਹਤੇ ਭਿੰਡਰਾਂ ਵਾਲਾ ਵੀ ਆਇਆ ਸੀ ਤੇ ਉਹਤੇ ਰਾਜੀਵ ਗਾਂਧੀ ਵੀ ਆਇਆ ਸੀ ਉੱਥੇ ਜਦੋਂ ਦੋਨੋਂ ਆਏ ਸੀ ਤੇ ਇਹਨਾਂ ਦੀ ਕੀ ਮੀਟਿੰਗ ਹੋਈ ਸੀ ਪਹਿਲੀ ਗੱਲ ਇਹ ਮਤਲਬ ਦੇਸ਼ ਦੀ ਪ੍ਰਧਾਨ ਮੰਤਰੀ ਦਾ ਮੁੰਡਾ ਉੱਥੇ ਆਇਆ ਹੈ ਤੇ ਆਪਣਾ ਕੀ ਕਹਿੰਦੇ ਜਰਨੈਲ ਸਿੰਘ ਭਿੰਡਰਾਂ ਵਾਲਾ ਉੱਥੇ ਆਇਆ ਹੈ ਇੱਕ ਇੰਡੀਆ ਦਾ ਸ਼ਹਿਜ਼ਾਦਾ ਆਇਆ ਸੀ ਉੱਥੇ ਇੱਕ ਕੌਮ ਦਾ ਸ਼ਹਿਜ਼ਾਦਾ ਆਇਆ ਸੀ ਉੱਥੇ ਤੇ ਇਹ ਉੱਥੇ ਮਿਲੇ ਉਹਦੀ ਗੱਲ ਕਿਉਂ ਨੀ ਕਿਤੇ ਕਿਸੇ ਨੇ ਕੀਤੀ ਪਹਿਲੀ ਗੱਲ ਇਹ ਦੂਜੀ ਇੱਕ ਕਿਤਾਬ ਸੀ ਮਾਰਕ ਟੱਲੀ ਤੇ ਸਤੀਸ਼ ਜੈਕਬ ਦੀ ਤੇ ਤੁਹਾਡੇ ਹੀ ਨਾ ਵਧੀਆ ਹੋ ਗਿਆ ਸੀ ਤੁਹਾਡੇ ਇੱਕ ਸੁਖਵਿੰਦਰ ਸਿੰਘ ਸੀ ਕੋਈ ਜਿਨ੍ਹਾਂ ਨੇ ਇੱਥੇ ਆ ਕੇ ਦੱਸਿਆ ਸੀ ਸੋਢੀ ਦੇ ਕਤਲ ਬਾਰੇ ਉਹ ਵੀਡੀਓ ਬੜੀ ਨਾ ਵਾਇਰਲ ਹੋਈ ਸੀ ਉਹਦੇ ਵਿੱਚ ਇੱਕ ਹੋਰ ਕਰੈਕਟਰ ਸੀਗਾ ਭਾਟੀਆ ਨਾਂ ਦਾ ਬੰਦੇ ਦਾ ਭਾਟੀਆ ਉਹ ਬੰਦੇ ਸ਼ਿੰਦੇ ਦੀ ਗੱਲ ਕਰਦੇ ਨੇ ਸ਼ਿੰਦਾ ਕਹਿੰਦੇ ਉਹਦੀ ਕਾਰ ਲੈ ਕੇ ਭੱਜ ਗਿਆ ਸੀ ਉੱਥੋਂ ਤੇ ਉਹ ਬੰਦੇ ਨੂੰ ਗੋਲੀ ਮਾਰੀ ਸੀ ਪਰਕਰਮਾ ਦੇ ਵਿੱਚ ਜਦੋਂ ਉਹ ਕੀ ਕਹਿੰਦੇ ਜਦੋਂ ਕੋਈ ਬਿਲਡਿੰਗ ਦੇ ਅੰਦਰ ਜਾਣ ਲੱਗੇ ਪਰਕਰਮਾ ਦੇ ਵਿੱਚ ਉਹਨੂੰ ਗੋਲੀ ਮਾਰੀ ਸੀ ਉਸ ਬੰਦੇ ਦੀ ਵੀ ਵੇਰਵਾ ਉਸ ਕਿਤਾਬ ਦਾ ਨਾਂ ਹੈ ਇੰਦਰਾਜ਼ ਲਾਸਟ ਬੈਟਲ ਬਾਏ ਮਾਰਕ ਟੱਲੀ ਐਂਡ ਸਤੀਸ਼ ਜੈਕਬ ਉਸ ਬਾਰੇ ਦੱਸਿਆ ਇੱਕ ਹੋਰ ਕਰੈਕਟਰ ਬਹੁਤ ਵੱਡੇ ਹੋਇਆ ਸੀ ਡੀ ਆਈ ਜੀ ਸੀ ਅਟਵਾਲ ਵਿਚ ਵਾਸ ਦਾ ਟ੍ਰਿਗਰਿੰਗ ਪੁਆਇੰਟ ਆਫ 84 ਕਿ ਹੁਣ 84 ਮਤਲਬ ਆਰਮੀ ਚੜ੍ਹਨੀ ਆ ਹੁਣ ਇਹ ਕਹਿੰਦੇ ਨੇ ਕਿ ਜੀ ਉਹਨੂੰ ਮਾਰਿਆ ਸੀ ਏਜੰਸੀਆਂ ਨੇ ਇਹ ਕਈ ਕਹਿੰਦੇ ਨੇ ਸ਼ਦਾਈ ਤੇ ਕਈ ਸ਼ਦਾਈ ਇਹਨਾਂ ਦੇ ਆਪਣੇ ਬੰਦੇ ਨੇ ਉਹ ਇਹ ਕਹਿੰਦੇ ਨੇ ਕਿ ਮੇਜਰ ਸਿੰਘ ਨਾਗੋਕੇ ਨੇ ਮਾਰਿਆ ਉਹਨੂੰ ਇਹਨਾਂ ਨੂੰ ਦੱਸ ਦੇਣਾ ਚਾਹੀਦਾ ਕਿ ਇਹ ਜਿਹੜੇ ਹੈਗੇ ਨੇ ਕਿਉਂਕਿ ਇੱਕ ਦੋ ਹੋਰ ਵੀਡੀਓਜ਼ ਆਈਆਂ ਨੇ ਇੱਕ ਸੁਰਿੰਦਰ ਸਿੰਘ ਨਾਂ ਦਾ ਜਿਹੜਾ ਤੁਹਾਨੂੰ ਦੱਸਿਆ ਸੀ ਨਾ ਜਿਹੜਾ ਕੀ ਕਹਿੰਦੇ ਜਿਹੜਾ ਜਿਹਨੂੰ ਸੰਜੇ ਦੱਤ ਪੁੱਛਦਾ ਪਿਆ ਸੀ ਕਿੱਦਾਂ ਅਮਰੀਕਾ ਗਿਆ ਵਾ ਉਹ ਕਿਸੇ ਬੰਦੇ ਦੀ ਇੰਟਰਵਿਊ ਲੈਂਦਾ ਉਸ ਇੰਟਰਵਿਊ ਦੇ ਵਿੱਚ ਉਹ ਮਰਜ ਮੁਜਾਹਿਦ ਸਮਥਿੰਗ ਭਿੰਡਰਾਂ ਵਾਲਾ ਉਹਦਾ ਪਾਰਟ 4 ਆ ਕੋਈ ਸਰਦਾਰ ਬੰਦਾ ਉਹ ਆਪ ਮੰਨਦਾ ਪਿਆ ਉਸ ਇੰਟਰਵਿਊ ਚ ਕਿ ਮੇਰਾ ਸਾਥੀ ਸੀ ਮੇਜਰ ਸਿੰਘ ਨਾਗੋਕੇ ਉਹਨਾਂ ਨੂੰ ਗਲਤੀ ਨਾਲ ਮਾਰਤਾ ਉਹਨੂੰ ਕਿਸੇ ਨੇ ਉਦਾਂ ਹੀ ਕਿਹਾ ਕਿ ਇਹ ਅੰਦਰ ਨਾ ਭਨਖ ਲੈਣ ਆਏ ਪਰ ਮੱਥਾ ਟਿੱਕਣ ਆਇਆ ਸੀ ਉਹਨੂੰ ਗੋਲੀ ਮਾਰਤੀ ਸੀ ਅੰਦਰ ਹੁਣ ਤਿੰਨ ਕਤਲ ਜਿਹੜੇ ਬਲਜੀਤ ਕੌਰ ਭਾਟੀਆ ਵਿੱਚ ਤੇ ਡੀ ਆਈ ਜੀ ਅਟਵਾਲ ਇਹ ਤਿੰਨ ਕਤਲ ਜਿਹੜੇ ਹੈਗੇ ਨੇ ਉਸ ਥਾਂ ਹੋਏ ਨੇ ਜਿਹਦੇ ਵਾਸਤੇ ਕੀ ਕਹਿੰਦੇ ਨਾਮ ਕੀ ਇਹਦਾ ਆਪਣਾ ਬਾਬਾ ਦੀਪ ਸਿੰਘ ਜੀ ਨੇ ਸ਼ਹੀਦੀ ਪ੍ਰਾਪਤ ਕੀਤੀ ਆ ਉੱਥੇ ਤਿੰਨ ਸਿੱਖਾਂ ਦੇ ਕਤਲ ਹੋਏ ਨੇ ਹਾਂਜੀ ਉਹਦਾ ਜ਼ਿੰਮੇਦਾਰ ਤਾਂ ਕੋਈ ਦੱਸਿਆ ਨੀ ਅੱਜ ਦੋ ਤਿੰਨ ਬੰਦੇ ਇੱਧਰ ਉੱਧਰ ਇਹ ਅੱਜ ਉਹਦੇ ਚਾਰ ਉਹ ਜਿਹੜਾ ਇੱਕ ਕ੍ਰਿਮੀਨਲ ਟਾਈਪ ਦਾ ਬੰਦਾ ਸੀ ਜਿਹਦੇ ਦਿੱਲੀ ਚਾਰ ਉਹਨੇ ਚਪੇੜਾਂ ਮਾਰੀਆਂ ਤੇ ਉਹਦੇ ਲਾਸ਼ ਪਾਤੀ ਪਿੱਠ ਤੇ ਸੋਟੀਆਂ ਮਾਰ ਮਾਰ ਕੇ ਉਹਦੇ ਵਾਸਤੇ ਖਾਲਿਸਤਾਨ ਦਾ ਨਕਸ਼ਾ ਬਣਾਤਾ ਇਹਨਾਂ ਨੇ ਪਿੱਠ ਤੇ ਸੋ ਆਹ ਜਿਹੜੇ ਕੁਸ਼ਚਨ ਹੈਗੇ ਨੇ ਅਸੀਂ ਜਿਹੜੇ 250 ਸਾਲ ਪੁਰਾਣੀ ਦੀਪ ਸਿੰਘ ਦੀ ਗੱਲ ਕਰਦੇ ਪਏ ਇਹ ਜਿਹੜੇ ਆਹ ਤਿੰਨ ਕੁਸ਼ਚਨ ਜਿਹੜੇ ਹੈਗੇ ਨੇ ਕਿ ਸੰਤੋਖ ਸਿੰਘ ਦੇ ਮਰਨ ਤੇ ਉਹਦੇ ਭੋਗ ਤੇ ਰਾਜੀਵ ਗਾਂਧੀ ਵੀ ਆਇਆ ਇਹ ਡਾਕੂਮੈਂਟਡ ਪਿਆ ਵਾ ਜਿਹੜਾ ਇਹ ਉਹਨੂੰ ਨਕਾਰੀ ਜਾਂਦੇ ਨੇ ਅਟਵਾਲ ਦੇ ਮਰਨ ਤੇ ਨਾਗੋਕੇ ਨੇ ਇਹਨੂੰ ਮਾਰਿਆ ਉਹਨੂੰ ਨਕਾਰੀ ਜਾਂਦੇ ਪਏ ਨੇ ਤੇ ਓਦਾਂ ਹੀ ਫਿਰ ਦੀਪ ਸਿੰਘ ਹੋਊਗਾ ਸਾਨੂੰ ਵੀ ਪਤਾ ਹੈਗਾ ਸੀ ਇਹ ਨੀ ਹੈਗਾ ਸੀ
ਜਿੱਦਾਂ ਅਟਵਾਲ ਨੂੰ ਉਹਨਾਂ ਨੇ ਮਾਰਿਆ, ਕੀ ਕਹਿੰਦੇ ਏਜੰਸੀਆਂ ਨੇ ਮਾਰਤਾ, ਏਜੰਸੀਆਂ ਨੇ ਅਟੈਕ ਕਰਾਤਾ, ਉੱਥੇ 25,000 ਹਿੰਦੂ ਫੌਜ ਵੀ ਮਰ ਗਈ ਆ, ਹਨਾ, ਜਿਵੇਂ ਕੀ ਕਹਿੰਦੇ ਉੱਥੇ 25,000 ਤੇ 36 ਮਿੰਟ ਤਾਂ ਇਹਨਾਂ ਦੇ ਬੰਦੇ ਕਹਿੰਦੇ 36 ਬੰਦਿਆਂ ਨੇ 25,000 ਦੀ ਫੌਜ ਮਾਰਤੀ, ਓਦਾਂ ਹੀ ਇਹਨਾਂ ਦਾ ਉਹ ਬੰਦਾ ਸੀ, ਹੋਰ ਕੀ ਹੈ ਇੱਦਾਂ, ਫਿਰ ਇੱਦਾਂ ਮੈਥੋਲੋਜੀ, ਇਹਨੂੰ ਮੈਥੋਲੋਜੀ ਕਹਿੰਦੇ ਨੇ। ਉਹਨਾਂ ਨੇ ਹਿੰਦੂਆਂ ਨੇ ਜਿਹੜਾ ਹੈਗਾ ਉਹਨਾਂ ਨੇ ਸ਼ਿਵ ਜੀ ਨੂੰ, ਫਿਰ ਉਹ ਇੱਕ ਆਇਆ ਸੀ ਨਾ ਬੜਾ ਸਿਆਣਾ ਬੰਦਾ ਸੀ, ਉਹ ਤੁਹਾਡੇ ਇੱਥੇ ਆ ਕੇ ਕਹਿੰਦਾ ਸੀ, ਹਿੰਦੂ ਸੀ ਦੇ ਬੰਦਾ, ਕਿ ਸ਼ਿਵ ਜੀ ਇੱਕ ਉਹ ਕ੍ਰਿਸਮਾ ਹੈ ਜਾਂ ਉਹ ਹੈ, ਬੰਦਾ ਨਹੀਂ ਹੈ, ਏਦਾਂ ਨਹੀਂ ਹੈ, ਓਦਾਂ ਨਹੀਂ ਹੈ, ਏਦਾਂ ਹੀ ਗਣੇਸ਼ ਬਾਰੇ ਕਹਿ ਦਿੰਦੇ ਨੇ, ਉਹ ਇੱਕ ਥੋਟ ਹੈ, ਉਹ ਏਦਾਂ ਏਦਾਂ, ਉਹ ਤਾਂ ਚਲੋ ਆਪਣੀ ਉਹਨਾਂ ਨੇ ਮੰਨ ਲਈ ਕਿ ਸਾਡੀ ਮੈਥੋਲੋਜੀ ਹੈ, ਤੁਸੀਂ ਮੰਨ ਲਓ ਕਿ ਤੁਸੀਂ ਵੀ ਮੈਥੋਲੋਜੀ ਖੋਲੋ, ਤੁਸੀਂ ਮੰਨੋ ਇਤਿਹਾਸ ਨਹੀਂ ਰੱਖਿਆ ਜਾ ਸਕਦਾ, ਅਸੀਂ ਵੀ ਓਦਾਂ ਦੇ ਹਾਂ, ਹੱਥ ਦੇ ਸਿਰ ਨਹੀਂ ਰੱਖਿਆ ਜਾ ਸਕਦਾ, ਕੋਈ ਜੁੜਦੀ ਨੀ, ਨਾੜ ਨੀ ਕੋਈ ਜੁੜਦੀ, ਚਲੋ ਓਦਾਂ ਉਹਨਾਂ ਦੀ ਮੈਥੋਲੋਜੀ ਚੱਲਦੀ ਰਹੀ ਕਿ ਸਰੀਰ ਗਲਾ ਵੱਢਿਆ ਹੋਇਆ ਤੇ ਬੰਦੇ ਚ ਹਜੇ ਵੀ ਜਾਨ ਹੈਗੀ ਆ, ਹਾਥੀ ਦਾ ਸਿਰ ਲਾਤਾ ਤੁਸੀਂ ਓਦਾਂ ਕਰਤਾ, ਤੁਹਾਡੇ ਨਾਗੋਕੇ ਨੇ ਉਹਨੂੰ ਮਾਰਿਆ ਲੇਕਿਨ ਮਾਰਿਆ ਬਾਅਦ ਚ ਉਹਨਾਂ ਨੇ, ਆ ਤੁਸੀਂ 36 ਬੰਦਿਆਂ ਨੇ 25,000 ਦੀ ਫੌਜ ਮਾਰਤੀ ਆ, ਮੈਥੋਲੋਜੀ ਆ, ਚਲਾ ਹੀ ਚਲੋ, ਵੀ ਤਲਵਾਰਾਂ ਨਾਲ ਲੜ ਕੇ ਉਹਨਾਂ ਦੇ ਬੰਬ ਜਿਹੜੇ ਉਹਨਾਂ ਉਹ ਅੰਦਰੋਂ ਟੈਂਕ ਲੈ ਕੇ ਆਏ ਨੇ, ਤੁਸੀਂ ਤਲਵਾਰਾਂ ਨਾਲ ਐਂਟੀ ਟੈਂਕ ਮਿਜ਼ਾਈਲ ਤੋੜਤੀ ਆ, 28,000 ਨੁਕਸਾਨ ਹੋ ਗਿਆ ਉਹਨਾਂ ਦਾ, ਇੰਨਾ ਜ਼ਿਆਦਾ ਨੁਕਸਾਨ ਹੋ ਗਿਆ, ਉਹ ਫਿਰ ਚੁੱਪ ਚਾਪ ਕਰਕੇ ਬੈਠੇ ਨੇ, ਤੇ ਤੁਸੀਂ ਐਸ਼ ਮਾਰੋ, ਤੁਸੀਂ ਕਹੋ ਇਸ ਤੋਂ ਵਧੀਆ ਚੀਜ਼ ਨੀ ਹੋ ਸਕਦੀ ਸਾਡੇ ਵਾਸਤੇ, ਫਿਰ ਕਿਉਂ ਰੋਂਦੇ ਜੀ? ਨਹੀਂ ਜਿਹੜਾ ਉਸ ਦਿਨ ਤੇ ਨਾਲੇ ਨਾ ਜਿਹੜਾ ਬੰਦਾ ਜਜ਼ਬੇ ਨਾਲ ਲੜਨੇ ਵਾਲਾ ਹੁੰਦਾ, ਹਾਂਜੀ, ਉਹਦੇ ਲਈ ਤਾਂ ਇੱਡੀ ਪ੍ਰਾਪਤੀ ਹੁੰਦੀ ਆ ਵੀ ਮੈਂ ਇਹਦੇ ਬਾਵਜੂਦ ਵੀ ਅਸੀਂ ਜਿੰਦਾ ਆ, ਜਾਣੀ ਸਿੱਖ ਕੌਮ ਇਹ ਕਹਿੰਦੀ ਵੀ ਐਡਾ ਦੇਖੋ ਜੀ, ਇੰਨੇ ਟੈਂਕ ਚਾੜੇ ਵੀ ਨੀ, ਇੰਨਾ ਕੁਛ ਕੀਤਾ, ਅੱਜ ਵੀ ਸਾਡੀ ਹੋਂਦ ਬਰਕਰਾਰ ਹੈ, ਇਹ ਪ੍ਰਾਪਤੀ ਆ ਸਾਡੀ। ਆਹੋ ਬਸ ਛੇ ਜੂਨ ਨੂੰ ਤੇ ਇਹਨਾਂ ਨੂੰ ਰੋਣਾ ਤੇ ਚਾਹੀਦਾ ਨੀ, ਬੰਦ ਤੇ ਕਰਨਾ ਨੀ ਚਾਹੀਦਾ, 6 ਜੂਨ ਨੂੰ ਤੇ ਇਹਨਾਂ ਨੂੰ ਲੋਕਾਂ ਨੂੰ ਮਿਠਾਈ ਦੇਣੀ ਚਾਹੀਦੀ, ਜਸ਼ਨ ਮਨਾਉਣੇ ਚਾਹੀਦੇ ਆ, ਜਸ਼ਨ ਮਨਾਉਣੇ ਚਾਹੀਦੇ, ਉਹ ਤੇ ਜਸ਼ਨ ਦਿਨ ਹੋਣਾ ਚਾਹੀਦਾ ਵਾ ਇਹਨਾਂ ਦੇ ਹਿਸਾਬ ਨਾਲ, ਉਸ ਦਿਨ ਹੀ ਰੋਂਦੇ ਨੇ ਕਿ ਸਾਡੇ ਬੰਦੇ ਮਾਰਤੇ, ਪਰ 25,000 ਤੁਸੀਂ ਮਾਰਿਆ, ਉਹ ਮੈਥੋਲੋਜੀ ਚ ਮਾਰਿਆ ਨਾ, ਦੇਖੋ ਸਾਡੇ 36 ਸੀਗੇ, ਅਸੀਂ ਮਾਰਿਆ 25,000, ਉਹ ਤਾਂ ਬੇਵਸ ਹੋ ਕੇ ਉਹਨਾਂ ਨੇ ਸਾਡਾ ਤਖ਼ਤ ਢਾ ਦਿੱਤਾ, ਨਹੀਂ ਤਾਂ ਅਸੀਂ ਬਾਕੀ ਵੀ ਸਾਰੇ ਜਿੰਨੇ ਲੱਖ ਸੀ ਸਾਰੇ ਮਾਰਦੇ ਸੀ, ਅਸੀਂ ਖੁਸ਼ੀ ਮਨਾਉਣੀ ਸੀ, ਉਹ ਤਾਂ ਦਰਬਾਰ ਸਾਹਿਬ ਧਾਨ ਆਏ ਸੀ, ਦੇਖੋ ਦਰਬਾਰ ਸਾਹਿਬ ਇੰਟੈਕਟ ਰਿਹਾ, ਬਟ ਸਾਡਾ ਉਹ ਜਿਹੜਾ ਅਕਾਲ ਤਖ਼ਤ ਸੀ ਉਹ ਟੁੱਟ ਗਿਆ ਸੀ, ਉਸ ਤੋਂ ਵੱਧ 4 ਫੁੱਟ ਵੱਧ ਬਣਾ ਲਿਆ, ਓਦਾਂ ਦਾ ਅਸੀਂ ਜਦੋਂ ਗੁਰੂ ਜੀ ਨੇ ਛੱਡ ਕੇ ਗਏ ਸੀ ਓਦਾਂ ਦਾ ਅਸੀਂ ਦੁਬਾਰਾ ਬਣਾਇਆ, 25,000 ਨਾਲੇ ਉਹਨਾਂ ਦਾ ਬੰਦਾ ਮਾਰਤਾ, ਸਾਡੇ 30-35-40 ਬੰਦੇ ਮਰੇ ਨੇ, ਬਾਕੀ ਬੇਕਸੂਰ ਉਹਨਾਂ ਨੇ ਮਾਰਤੇ, ਪਰ ਉਹਨਾਂ ਦਾ ਜਿਹੜਾ ਹੈਗਾ 1,000 ਨੁਕਸਾਨ ਜ਼ਿਆਦਾ ਹੋਇਆ, ਇਹ ਕੋਈ ਗੱਲ ਹੀ ਨੀ, ਹੈਨਾ, ਜਿਹੜੀ ਅਸਲੀ ਗੱਲ ਆ ਫੈਕਟਸ ਉੱਤੇ ਥੋੜੀ ਆ ਨਾ, ਕਿਸੇ ਨੇ ਫੈਕਟਸ ਨੀ ਦੱਸਣੇ ਕਿ ਸੰਤੋਖ ਸਿੰਘ ਜਦੋਂ ਮਰਿਆ ਸੀ ਉਦੋਂ ਕੀ ਗੱਲ ਸੀ ਉੱਥੇ ਜਿਹੜੇ ਬੈਠੇ ਸੀ, ਕਿਸੇ ਨੇ ਇਹ ਨੀ ਦੱਸਣਾ ਕਿ ਜਿਹੜੀ ਇੰਟਰਵਿਊ ਅੰਦਰ ਹੋਈ ਆ, ਜਿਹੜੀ ਇੰਟਰਵਿਊ ਦਾ ਸੈਂਸ ਇੰਟਰਵਿਊ ਪ੍ਰੋਸੈਸ ਹੋਇਆ ਵਾ, ਕਿ ਜਿਹਦੇ ਵਿੱਚ ਕਮਲਨਾਥ ਨੇ ਜਾਂ ਜੈਲ ਸਿੰਘ ਨੇ ਜਾਂ ਸੰਜੇ ਗਾਂਧੀ ਨੇ ਰੋਲ ਜਿਹੜਾ ਅਪਣਾਇਆ ਵਾ ਉਹਨੂੰ ਜਿਤਾਉਣ ਵਾਸਤੇ, ਆਰ ਐਲ ਭਾਟੀਆ ਵਾਸਤੇ ਉਹਨੇ ਜਿਹੜੀ ਚੋਣ ਮੁਹਿੰਮ ਲੜੀ ਆ, 80 ਚ ਉਹਨੇ ਬਾਦਲਾਂ ਦੇ ਖਿਲਾਫ਼ ਇੱਕ ਕੀ ਕਹਿੰਦੇ ਉਹ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਚੋਣ ਲੜੀ ਆ, ਬਾਅਦ ਚ ਉਹੀ ਬੰਦਾ ਤੁਹਾਡੇ ਚ ਬਹਿ ਜਾਂਦਾ ਵਾ, ਉਹੀ ਕੌਮ ਦਾ ਲੀਡਰ ਬਣ ਜਾਂਦਾ, ਚੁਣਿਆ ਵੀ ਨਹੀਂ ਕਿਸੇ ਨੇ, ਨਾ ਤੁਸੀਂ ਚੁਣਿਆ, ਨਾ ਮੈਂ ਚੁਣਿਆ, ਨਾ ਰਣਜੀਤ ਸਿੰਘ ਢੱਡਰੀਵਾਲੇ ਨੇ ਚੁਣਿਆ, ਨਾ ਖੰਡ ਕੀਰ ਤੇ ਜੱਥੇ ਨੇ ਚੁਣਿਆ, ਨਾ ਐਸ ਜੀ ਪੀ ਸੀ ਨੇ ਚੁਣਿਆ, ਉਹ ਬੰਦਾ ਅਕਾਲ ਤਖ਼ਤ ਬਹਿ ਜਾਂਦਾ। ਤਵਲੀਨ ਸਿੰਘ ਕਹਿੰਦੀ ਆ ਕਿ ਇਹਨਾਂ ਦੇ ਕਛਹਿਰੇ ਜਿਹੜੇ ਹੁੰਦੇ ਸੀ ਨਾ, ਜਿਹੜੇ ਕਛਹਿਰੇ ਹੁੰਦੇ ਸੀ ਕਛਹਿਰਾ ਸਾਹਿਬ, ਉਹ ਉੱਥੇ ਲਾਵਾਂ ਬੰਨ ਕੇ ਤੇ ਕਹਿੰਦੇ ਅਕਾਲ ਤਖ਼ਤ ਦੇ ਉੱਤੇ ਟੰਗੇ ਹੁੰਦੇ ਸੀ ਇਹਨਾਂ ਦੇ, ਜਿਹੜੇ ਬੰਦੇ ਪਹਿਲੀ ਮੰਜ਼ਿਲ ਤੇ ਰਹਿੰਦੇ ਸੀ ਥੱਲੇ ਗਡਾਊਨ ਚ ਉਹਨਾਂ ਨੇ ਰੱਖਦੇ ਸੀ, ਕੀ ਕਹਿੰਦੇ ਆ ਤਵਲੀਨ ਸਿੰਘ ਕਹਿੰਦੀ ਮੇਰੀ ਮਾਸੀ ਜਿਹੜੀ ਸੀ ਉਹ ਲਿਬਰਲ ਸੀ, ਉਹ ਬੋਲਣ ਲੱਗੀ ਤੇ ਇਹਨਾਂ ਨੇ ਗੋਲੀ ਚਲਾ ਤੀ ਅੰਦਰੋਂ, ਲੋਕੀ ਭੱਜ ਗਏ, ਉਹਦੀ ਗੱਲ ਕੋਈ ਨੀ ਕਰਦਾ ਪਿਆ ਜਿਹੜੀ ਡਾਕੂਮੈਂਟਡ ਆ, ਪਰ ਮੈਥੋਲੋਜੀ ਦੀ ਗੱਲ ਕਰਦੇ ਪਏ ਨੇ ਕਿ ਜੀ ਹੱਥ ਕੱਟਤਾ ਤੇ ਉਹ ਦੇਖੋ ਜੀ ਐ ਹੋ ਗਿਆ, ਇਹ ਅਸਲੀ ਗੱਲ ਹੈ, ਜਿੱਦਾਂ ਹਿੰਦੂਇਜ਼ਮ ਨੂੰ ਮੈਥੋਲੋਜੀਕਲ ਬਣਾ ਕੇ ਕਰਨਾ ਚਾਹਿਆ, ਪ੍ਰੋਬਲਮ ਇਹ ਉਹਨਾਂ ਦਾ ਮੈਥੋਲੋਜੀਕਲ ਵੀ ਕੁਛ ਨਾ ਕੁਛ ਉਹਨਾਂ ਨੂੰ ਸਿੱਟੇ ਦੇ ਰਿਹਾ, ਕਿਉਂਕਿ ਉਹਨੂੰ ਪਤਾ ਹੈ ਮੈਥੋਲੋਜੀ ਚ ਨਹੀਂ, ਇਹ ਸਦਾਈ ਐਡੇ ਨੇ, ਇਹ ਮੈਥੋਲੋਜੀ ਦੱਸੀ ਜਾਂਦੇ ਨੇ ਰਿਐਲਿਟੀ ਦੱਸ ਕੇ, ਇਹਨਾਂ ਦੇ ਬਾਕੀ ਸ਼ਹਿਜ਼ਾਦੇ ਨੇ ਇੱਕ ਦੂਜੇ ਨੂੰ ਸ੍ਰੀ ਸਾਹਿਬ ਕੱਢ ਕੇ ਉੱਤੇ ਵੀਡੀਓ ਸ਼ੇਅਰ ਕੀਤੀ, ਇੱਕ ਦੂਜੇ ਨੂੰ ਮਾਰ ਕੇ ਕਹਿੰਦਾ ਸ੍ਰੀ ਸਾਹਿਬ ਮਾਰਨਾ ਮਾਰ ਨੂੰ ਅੰਦਰ ਪਾ ਲੇ, ਸਦਾਈ ਬਣਾ ਕੇ ਛੱਡਤਾ, ਉਹਨੇ ਮੈਥੋਲੋਜੀ ਰਾਹੀਂ ਵੀ ਪ੍ਰਾਪਤ ਬਹੁਤ ਕੁਛ ਕਰ ਲਿਆ ਨਾ, ਦੁਨੀਆ 'ਚ ਆਪਣੀ ਸਥਾਪਤੀ ਆ ਉਹਨਾਂ ਦੀ। ਉਹਨਾਂ ਨੇ ਸਰ ਮੈਥੋਲੋਜੀ ਦੇ ਨਾਂ ਦੇ ਉੱਤੇ ਦੇਖੋ ਜੀ ਸਾਡਾ ਨਿੱਥ ਹੈ, ਸਾਰਾ ਨਿੱਥ ਹੈ,
ਪਰ ਉਹਦੇ ਉੱਤੇ ਵੀ ਅਸੀਂ ਚਿੰਦੇ ਹਾਂ, ਅਸੀਂ ਨਵਾਂ ਅੱਗੇ ਵੱਧਦੇ ਪਏ ਹਾਂ, ਸਾਡੇ ਬੱਚੇ ਜਿਹੜੇ ਹੈਗੇ ਨੇ ਉਹ ਗੂਗਲ ਜਾਂ ਮਾਈਕਰੋਸੋਫਟ ਦੇ ਜਾਂ ਬਾਕੀ ਉਹਨਾਂ ਦੇ ਸੀਈਓ ਬਣਦੇ ਪਏ ਨੇ, ਉਹ ਹਿੰਦੂ ਨੇ ਏਦਾਂ ਏਦਾਂ, ਉਹ ਉਹਨੂੰ ਪ੍ਰਮੋਟ ਕਰਦੇ ਪਏ ਨੇ। ਇਹਨਾਂ ਦੀ ਪ੍ਰਮੋਸ਼ਨ ਕੀ ਆ ਕਿ 36 ਬੰਦਿਆਂ ਨੇ 25,000 ਬੰਦਾ ਮਾਰਤਾ ਹੈ ਨਾ, ਇਹ ਜਿਹੜੀ ਚੀਜ਼ਾਂ ਨੇ ਇਹਨਾਂ ਦੀ, ਇਹਨਾਂ ਦੀ ਪ੍ਰਾਪਤੀ ਕੀ ਆ? ਜਗਮੀਤ ਸਿੰਘ ਜਿਹੜਾ ਪਹਿਲਾਂ ਕਹਿੰਦਾ ਕਿ ਪਤਾ ਨੀ ਖਾਲੀ ਅਟੈਕ ਨੇ ਕੀਤਾ ਬਾਅਦ ਚ ਮਾਰਦਾ, ਇਹ ਤੁਸੀਂ ਦੇਖਣ ਵਾਲੀ ਚੀਜ਼ ਆ ਕਿ ਇਹ ਜਿਹੜਾ ਹੈ ਨਿਊ ਸਭ ਤੋਂ ਨਵਾਂ ਧਰਮ ਆ ਉਹ ਹਿੰਦੂਇਜ਼ਮ ਦਾ ਹੀ ਪਾਰਟ ਹੈ, ਜਿਹੜਾ ਉਹ ਬੰਦੇ ਅੱਜ ਬੋਲਦੇ ਆ ਨਾ ਉਹ ਕਿਉਂ ਨਾ ਬੋਲਣ? ਜਦੋਂ ਤੁਸੀਂ ਇੱਕ ਹੱਥ ਦੇ ਸਰੀਰ ਇੱਕ ਹੱਥ ਦੇ ਸਿਰ ਰੱਖ ਕੇ 36 ਬੰਦੇ ਜਦੋਂ 25,000 ਇੰਡੀਅਨ ਫੌਜ ਮਾਰ ਸਕਦੇ ਨੇ, ਉਹ ਕਿਉਂ ਨਾ ਬੋਲਣ ਫਿਰ? ਬਿਲਕੁਲ, ਉਹ ਤਾਂ ਸਵਾਲ ਉੱਠਣਾ ਹੀ ਆ ਜੀ। ਇਹ ਅਸਲੀ ਗੱਲ ਹੈ, ਜਦੋਂ ਤੱਕ ਫੈਕਟਸ ਨੂੰ ਸਿੱਖ ਆਮ ਸਿੱਖ ਨਹੀਂ ਦੇਖਦਾ ਨਾ, ਉਹ ਤੱਕ ਆਪਣੀ ਜਿਹੜਾ ਕੁੜੀ ਕੁੜੀ ਬੋਲ ਕੇ ਦੋ ਕਿਲੋ ਪਹਿਲਾਂ ਆਇਆ ਸੀ ਨਾ ਕੁੜੀ ਦੀ ਆਵਾਜ਼ ਕੱਢ ਕੇ ਕੱਢਣਾ ਸੀ, ਉਹ ਇੱਦਾਂ ਦੇ ਜਾਨਵਰ ਹੀ ਇਹਨਾਂ ਨੇ ਬਰੀਡ ਕਰਨੇ ਨੇ, ਇਹਨਾਂ ਦੇ ਜਾਨਵਰ ਇਹਨਾਂ ਨੇ ਬਰੀਡ ਕਰਦੇ ਰਹਿਣਾ ਹਨਾ। ਜਿਹੜਾ ਜੇਐਸ ਧਾਲੀਵਾਲਾ ਉਹ ਪਿਓ ਕੀ ਸੀ, ਉਹ ਆਪ ਕੀ ਆ, ਉਹ ਇੱਦਾਂ ਦੇ ਹੀ ਚਾਰ ਨੇ, ਉਹਨਾਂ ਦੀ ਹੀ ਉਹਨਾਂ ਦੇ ਹੀ ਜਾਨਵਰ, ਉਹਦਾ ਦੀ ਹੀ ਪੈਦਾਇਸ਼ ਹੈਗੀ ਆ, ਉਹ ਪੈਦਾਇਸ਼ ਹੈਗੀ ਆ, ਇਹ ਉਸੇ ਮੈਥੋਲੋਜੀ ਦੀ ਪੈਦਾਇਸ਼ ਆ, ਲੇਕਿਨ ਇਹਨਾਂ ਦੀ ਥਰਡ ਗ੍ਰੇਡ ਮੈਥੋਲੋਜੀ ਆ, ਉਹਨਾਂ ਦੀ ਫਿਰ ਮੈਥੋਲੋਜੀ ਹਿੰਦੂਆਂ ਦੀ, ਜਿਹੜੀ ਫਿਰ ਠੀਕ ਥੋੜੀ ਲੱਗਦੀ ਆ, ਸ਼ਕਲ ਤੋਂ ਤਾਂ ਠੀਕ ਲੱਗਦੀ ਹੈ ਨਾ, ਉਹਨਾਂ ਦੇ ਇਹੋ ਜਿਹੇ ਜਾਨਵਰ ਤਾਂ ਨਹੀਂ ਨਾ ਹੈਗੇ ਕਿ ਤੁਹਾਨੂੰ ਉੱਤੇ ਜਦੋਂ ਮਰਜ਼ੀ ਗਾਲ ਕੱਢ ਲੈਣ, ਇਹਨਾਂ ਕੋਲ ਬਹਿ ਕੇ ਇਹਨਾਂ ਨੂੰ ਇਹ ਨੀ ਸਮਝ ਆਉਂਦੀ ਕਿ ਤੁਸੀਂ ਇਹਨਾਂ ਨੂੰ ਗਾਲਾਂ ਕੱਢਦੇ ਪਿਓ, ਆਪਣੇ ਪੂਰਵਜਾਂ ਨੂੰ, ਤੁਹਾਡੇ ਭੈਣ ਭਰਾ ਇੱਦਾਂ ਹੀ ਕਰਦੇ ਹੋਣਗੇ, ਇੱਕ ਦੂਜੇ ਦੂਜੇ ਗੱਲ ਨਹੀਂ ਮੰਨਦੇ ਹੋਣਗੇ, ਜੇ ਤੁਹਾਡੀ ਮਾਂ ਤੁਹਾਡੀ ਗੱਲ ਨਹੀਂ ਮੰਨਦੀ ਹੋਈ ਇੱਦਾਂ ਮਾਂ ਨੂੰ ਗਾਲ ਕੱਢਦੇ ਹੋਵੇ, ਇੱਦਾਂ ਹੀ ਕਰਦੇ ਹੋਵੇ, ਤਦ ਕਰਕੇ ਤੁਹਾਡੀ ਹਿੰਮਤ ਹੋ ਗਈ ਕਿ ਤੁਸੀਂ ਕਾਲ ਤੇ ਆ ਕੇ 5 ਰੁਪਏ ਦੀ ਕਾਲ ਕਰਕੇ ਦੀ ਕੱਢਣਾ ਫਿਰਦੇ ਹੋ ਗਾਲਾਂ ਹਨਾ। ਇਹੀ ਆ, ਇਹ ਬਰੀਡ ਉਹਨਾਂ ਦੀ ਹੀ ਆ, ਫੈਕਟਸ ਉੱਤੇ ਨੀ ਕਿਸੇ ਨੇ ਦੱਸਣਾ ਕਿ ਮੀਟਿੰਗ ਕਿੱਦਾਂ ਹੋਈਆਂ, ਉਹ ਕਿੱਦਾਂ ਹੋਇਆ। ਉਹ ਬੰਦਾ ਜਿਹੜਾ ਜਿਹੜਾ ਪਹਿਲਾਂ ਕਾਂਗਰਸ ਵੱਲੋਂ 80 ਤੱਕ ਲੜਦਾ ਰਿਹਾ, 82 ਤੱਕ ਬਣ ਕੇ ਲੜਦਾ ਰਿਹਾ, ਉਹ 84 ਤੇ ਇਹਨਾਂ ਦਾ ਲੀਡਰ ਬਣ ਕੇ ਕਿੱਦਾਂ ਕਰਦਾ ਰਿਹਾ, ਇਹ ਹਜੇ 40 ਸਾਲ ਨੀ ਹੋਇਆ ਚੀਜ਼, ਅਸੀਂ 250 ਸਾਲ ਪੁਰਾਣੀ ਜਿਹੜੀ ਹੋਈ, ਉਹ ਤਾਂ ਕਿੰਨੇ ਲੈਵਲ ਦੀ ਮੈਥੋਲੋਜੀ ਹੋ ਗਈ, ਸਾਨੂੰ ਪਤਾ ਹੀ ਨੀ ਕੀ ਚੱਲਦਾ ਰਿਹਾ ਉੱਥੇ। ਕੀ ਪਤਾ ਕਿਸੇ ਹਿੰਦੂ ਨੇ ਬਣਾਤੀ ਆ ਫੋਟੋ ਗਣੇਸ਼ ਦੀ, ਬਣਾਉਂਦੇ ਬਣਾਉਂਦੇ ਉਹਨੇ ਸੋਚਿਆ ਚੱਲਿਆ ਦੀਪ ਸਿੰਘ ਦਾ ਜਿਹੜਾ ਸਿਰ ਇੱਧਰ ਲਾ ਕੇ ਦੇਖੀਆਂ ਕਿੱਦਾਂ ਦਾ ਲੱਗਦਾ ਹਨਾ। ਕਿਸੇ ਹੁਣ ਇੱਕ ਸਰ ਇੱਕ ਨਾ ਬੜੇ ਤਗੜੇ ਨਾ ਰਾਜਾ ਰਵੀ ਵਰਮਾ ਕਰਕੇ ਇੱਕ ਨਾ ਪੇਂਟਰ ਹੋਏ ਨੇ ਸਾਊਥ ਦੇ, ਇਸ ਟਾਈਮ ਤੇ ਜਿੰਨੀਆਂ ਤੁਸੀਂ ਫੋਟੋਆਂ ਦੇਖਦੇ ਹੋ ਨਾ ਭਗਵਾਨ ਕ੍ਰਿਸ਼ਨ ਦੀਆਂ ਜਾਂ ਮਾਤਾ ਦੀਆਂ ਜਾਂ ਗਣੇਸ਼ ਦੀਆਂ ਜਾਂ ਸ਼ਿਵਜੀ ਦੀਆਂ, ਇਹ ਸਾਰੀਆਂ ਉਹਦੀਆਂ ਰਚਨਾਵਾਂ ਨੇ 150 ਸਾਲ ਪਹਿਲਾਂ। ਰਾਜਾ ਰਵੀ ਵਰਮਾ ਪੇਂਟਰ ਸੀ, ਉਹਨੂੰ ਸਰ ਦਾ ਉਪਾਧੀ ਮਿਲੀ ਆ, ਸਰ ਕਰੋ ਸਾਊਥ ਦੇ ਪੇਂਟਰ ਸੀ, ਉਹਨਾਂ ਉੱਤੇ ਇੱਕ ਮੂਵੀ ਵੀ ਬਣੀ ਸੀ ਪਿੱਛੇ ਜੇ, ਉਹ ਅਮੈਰੀਕਨ ਨੇ ਬਣਾਈ ਸੀ। ਰਾਜਾ ਇਹ ਜਿੰਨੀਆਂ ਫੋਟੋਆਂ ਅਸੀਂ ਹਿੰਦੂਇਜ਼ਮ ਦੇਖਦਾ ਪਿਆ ਨਾ ਇਸ ਟਾਈਮ ਤੇ, ਗਣੇਸ਼ ਦੀਆਂ, ਸ਼ਿਵਜੀ ਦੀਆਂ, ਮਾਤਾ ਵੈਸ਼ਨੋ ਦੀਆਂ, ਪਾਰਵਤੀ ਦੀਆਂ, ਹਰ ਕਿਸੇ ਦੀਆਂ, ਇਹ ਜਿਹੜੀਆਂ ਫੋਟੋਆਂ ਨੇ ਇਹ 150 ਸਾਲ ਪਹਿਲਾਂ ਬਣਾਈਆਂ ਗਈਆਂ ਨੇ ਰਾਜਾ ਰਵੀ ਵਰਮਾ ਨੇ। ਉਦੋਂ ਕੋਈ ਪੰਜਾਬ ਦਾ ਹੋਊਗਾ, ਉਦੋਂ ਕੋਈ ਪੰਜਾਬ ਚ ਵੀ ਹੋਊਗਾ, ਭਾਣਾ ਸਿੰਘ ਜਾਂ ਜੀਜਾ ਸਿੰਘ ਜਾਂ ਗਾਜਰ ਸਿੰਘ ਜਾਂ ਮਾਜਰ ਸਿੰਘ, ਉਹਨੇ ਫਿਰ ਫੋਟੋ ਉਹਨੇ ਦੇਖਿਆ ਰਾਜਾ ਰਵੀ ਵਰਮਾ ਉਹਦੇ ਚ ਆ ਗਿਆ, ਉਹਨੇ ਗਣੇਸ਼ ਦੀ ਥਾਂ ਉਹਦੇ ਲਾਈ ਦੀਪ ਸਿੰਘ ਦੀ ਫੋਟੋ ਇੱਧਰ ਲਾ ਤੀ, ਹੱਥ ਇੱਕ ਤਲਵਾਰ ਫੜਾਤੀ। ਨਹੀਂ ਮੈਂ ਤਾਂ ਦੇਖੋ, ਮੈਂ ਤਾਂ ਤੁਹਾਨੂੰ ਫੈਕਟ ਦੱਸਦਾ ਪਿਆ ਨਾ, ਮੇਰੇ ਫੈਕਟ ਜਿਹੜਾ ਇੱਕ ਵੀ ਗਲਤ ਤੁਸੀਂ ਦੱਸ ਦੋ ਕਿ ਜਦੋਂ ਰਾਜਾ ਰਵੀ ਵਰਮਾ 150 ਸਾਲ ਪਹਿਲਾਂ ਫੋਟੋ ਬਣਾਉਂਦਾ, ਉਸ ਤੋਂ ਪਹਿਲਾਂ ਮੂਰਤੀਆਂ ਦੇ ਹਿਸਾਬ ਨਾਲ ਦੇਖਦੀ ਪਈ ਆ, ਉਹ ਜਿਹੜੀ ਫੋਟੋਆਂ ਨੇ ਉਹ ਹੋਰ ਵਧੀਆ ਵਧੀਆ ਬਣਾਈ ਗਈ, ਉਹ ਮੈਥੋਲੋਜੀ ਨੂੰ ਆਪਣੇ ਠੀਕ ਕਰੀ ਗਏ ਤੇ ਸਿਸਟਮ ਸਿੱਖੀ ਗਏ, ਇਹਨਾਂ ਦੇ ਬੰਦਿਆਂ ਨੇ ਉਦਾਂ ਬਣਾਤੀ, ਹੋਰ ਕੋਈ ਗੱਲ ਨੀ। ਕੀ ਪਰ ਰਾਜਾ ਰਵੀ ਵਰਮਾ ਹੀ ਬਣਾ ਗਿਆ ਹੋਏ, ਚਲੋ ਯਾਰ ਇੱਕ ਤੁਹਾਡੇ ਵਾਸਤੇ ਵੀ ਛੱਡਤੀ ਜੇ, ਚਲੋ ਇੱਕ ਤੁਹਾਡੇ ਵਾਸਤੇ ਵੀ ਛੱਡਤੀ ਜੇ, ਬਣਾਈ ਜੋ ਤੁਰੀ ਜੋ। ਸਾਡੇ ਬਾਰੇ ਮੈਂ ਕਹਿੰਦਾ ਜਿੰਨੇ ਮਰਜ਼ੀ ਸਵਾਲ ਕਰੋ ਤੁਸੀਂ ਹਨਾ, ਅਸੀਂ ਤੁਹਾਨੂੰ ਦੱਸੋ ਕਿਹੜੇ ਕਿਹੜੇ ਸਵਾਲ ਦਾ ਜਵਾਬ ਮੰਗਦੇ ਆ ਸਾਡੇ ਕੋਲੋਂ, ਵੀਡੀਓ ਬਣਾ ਦਿਓ, ਵੀਡੀਓ ਚਲਾ ਕੇ ਤੁਹਾਡੀ ਦਾ ਜਵਾਬ ਦਿਆਂਗੇ ਅਸੀਂ। ਜਾਗਰੂਕ ਜਿੰਨਾ ਰੌਲਾ ਪਾਉਂਦੇ, ਹੁਣ ਹਰਦੇਵ ਸਿੰਘ ਜੰਮੂ ਵਾਲਾ ਹੁਣ ਪੋਸਟ ਪਾਤੀ ਵੀ ਦੇਖੋ ਜੀ ਵੀ ਇੱਦਾਂ ਚਾਹੁੰਦੇ ਆ ਰੇਡੀਓ ਵਾਲੇ ਵੀ ਜਿਹੜਾ ਪੁਰਾਣਾ ਜਿੰਨਾ ਹੈਗਾ ਇਤਿਹਾਸ ਸਾਰਾ ਵੀ ਉਹਨਾਂ ਨੂੰ ਕਰਕੇ ਸ਼ੱਕੀ ਕਰ ਦਈਏ ਤੇ ਪੱਟ ਦਈਏ, ਵੀ ਪੱਟ ਕੇ ਤੁਸੀਂ ਤੁਸੀਂ ਇੱਦਾਂ ਸ਼ੱਕੀ ਕਾਹਤੇ ਹੁਣ ਦਿੰਦੇ ਆ, ਤੁਸੀਂ ਜਵਾਬ ਦਿਓ ਤਾਂ ਉਹਨਾਂ ਗੱਲਾਂ ਦੇ ਹਨਾ। ਹੁਣ ਜੰਮੂ ਵਾਲਾ ਆਪ ਦੇ ਦੇਵੇ, ਧੁੰਦਾ ਦੱਸ ਦੇਵੇ, ਪੰਥ ਫਰੀਦ ਦੱਸ ਦੇਵੇ, ਪਰ ਹਰਦਰਸ਼ਨ ਨੂੰ ਦੱਸ ਦੇਵੇ ਵੀ ਜਦੋਂ ਚਾਰ ਪਾਤਸ਼ਾਹੀਆਂ ਨਹੀਂ ਗਈਆਂ ਉੱਥੇ, ਠੀਕ ਆ, ਉਹਨਾਂ ਦੇ ਜਾਣ ਤੋਂ ਬਾਅਦ ਵੀ ਇੱਦਾਂ 30-40 ਸਾਲ ਲੰਘ ਜਾਣ ਤੇ ਤੁਹਾਨੂੰ ਇੱਕਦਮ ਕਾਹਤੇ ਫਿਕਰ ਪੈ ਗਿਆ ਵੀ ਅਸੀਂ ਬਿਲਡਿੰਗ ਦੀ ਖਾਤਰ ਲੜਨਾ ਹੈ। ਆਹੋ ਇਸ ਗੱਲ ਨੂੰ ਧਿਆਨ ਚ ਰੱਖ ਕੇ ਬਣਾਓ ਤਾਂ ਵੀਡੀਓ ਬਣਾਓ ਅੱਧੇ ਪੌਣੇ ਘੰਟੇ ਦੀ। ਕੋਈ ਕੋਈ ਸਾਨੂੰ ਜਵਾਬ ਦੇਵੇ ਵੀ ਦਮਦਮੀ ਟਕਸਾਲ ਦਾ ਪਹਿਲਾ ਮੁਖੀ ਬਾਬਾ ਦੀਪ ਸਿੰਘ, ਉਹਦੀ ਲੜਾਈ ਹੁੰਦੀ ਬਿਲਡਿੰਗ ਦੀ ਖਾਤਰ, ਦਰਬਾਰ ਸਾਹਿਬ ਦੀ ਖਾਤਰ, ਉਹ ਤੋਂ ਬਾਅਦ ਜਿਹੜਾ ਵੱਡਾ ਨਾਂ ਲੈਂਦੇ ਗੁਰਬਖਸ਼ ਸਿੰਘ, ਉਹਦੀ ਲੜਾਈ ਹੁੰਦੀ ਆ ਦਰਬਾਰ ਸਾਹਿਬ ਦੀ ਬਿਲਡਿੰਗ ਦੀ ਖਾਤਰ, ਉਹ ਤੋਂ ਬਾਅਦ ਆਉਂਦਾ ਭਿੰਡਰਾਂ ਵਾਲਾ, ਉਹਦੀ ਲੜਾਈ ਹੁੰਦੀ ਦਰਬਾਰ ਸਾਹਿਬ ਦੀ ਬਿਲਡਿੰਗ ਦੀ ਖਾਤਰ। ਆਹੋ
ਗੁਰੂ ਸਾਹਿਬ ਦੇ ਵੇਲੇ ਲੜਾਈਆਂ ਕਾਹਤੇ ਨਹੀਂ ਹੋਈਆਂ ਇੱਦਾਂ ਕਿ ਬਾਬਾ ਦੀਪ ਸਿੰਘ ਦੇ ਅੰਦਰ ਛੇਵੇਂ ਪਾਤਸ਼ਾਹ ਨਾਲੋਂ ਜ਼ਿਆਦਾ ਚੰਗਿਆੜੀ ਬੜੀ ਉਹ ਸੀ ਉਹ ਤਾਂ ਉੱਥੋਂ ਛੱਡ ਕੇ ਨਿਕਲ ਛੱਡ ਕੇ ਜਾ ਰਹੇ ਉਹ ਛੱਡ ਕੇ ਜਾ ਰਹੇ ਸਾਰੇ ਛੇਵੇਂ ਪਾਤਸ਼ਾਹ ਛੱਡ ਕੇ ਚਲ ਗਿਆ ਉੱਥੋਂ ਮੁੜ ਕੇ ਨਹੀਂ ਆਏ ਉਹ ਤੇ ਉਹਨੇ ਕਿਉਂ ਨਾ ਲਕੀਰ ਖਿੱਚੀ ਵੀ ਨਾ ਭਾਈ ਆਪਾਂ ਜਾਣਾ ਨਹੀਂ ਹੈਗਾ ਆਜ਼ਾਦ ਕਰਾਉਣਾ ਇਹਨੂੰ ਜਾਂ ਮੇਰਾ ਸਿਰ ਲੱਗੂ ਇੱਥੇ ਨਹੀਂ ਤਾਂ ਆਪਾਂ ਆਜ਼ਾਦ ਕਰਾਵਾਂਗੇ ਸੋਚ ਕਹਿੰਦੇ ਆ ਨਾ ਜਿਹਨੂੰ ਵਿਚਾਰਧਾਰਾ ਕਹਿੰਦੇ ਆ ਉਹੀ ਉਲਟ ਆ ਟੋਟਲੀ ਇੱਕ ਤਾਂ ਹੁੰਦਾ ਗ੍ਰੇ ਇਹ ਤਾਂ ਬਲੈਕ ਐਂਡ ਵਾਈਟ ਆ ਨਾ ਵੀ ਉਹ ਜਿੱਦਾਂ ਤੁਸੀਂ ਕਹਿੰਦੇ ਆ ਇੱਕ ਪਾਸੇ ਉਹ ਬੰਦਾ ਸੋਚ ਰਿਹਾ ਜਿਹੜਾ ਸਭ ਗੋਬਿੰਦ ਹੈ ਸਭ ਗੋਬਿੰਦ ਹੈ ਸੋਚ ਰਿਹਾ ਤੇ ਇੱਕ ਉਹ ਆ ਜਿਹੜਾ ਕਹਿੰਦਾ ਵੀ ਡਿੱਠੇ ਸਭੇ ਥਾਓ ਮਤਲਬ ਇਹ ਫਰਕ ਦੋਨਾਂ ਦੇ ਵਿੱਚ ਤੋਰੇ ਹੀ ਸਾਨੂੰ ਉਸਰਾ ਦਿੱਤਾ ਨਾ ਦਿਨੋਂ ਦਿਨ ਠੀਕ ਆ ਚਲੋ ਠੀਕ ਆ ਜੀ ਆਪਾਂ ਸਾਡੇ ਕੋਲ ਹੈਗਾ ਘੰਟਾ ਕੁ ਅੱਜ ਮੈਂ ਬਹੁਤਾ ਜ਼ਿਆਦਾ ਬੋਲਣ ਦੀ ਪੋਜੀਸ਼ਨ ਵਿੱਚ ਨਹੀਂ ਹੈਗਾ ਠੀਕ ਠੀਕ ਆ ਮੇਰੀ ਪ੍ਰੋਗਰਾਮ ਤਾਂ ਅਸਲ 'ਚ ਕਰਨਾ ਨਹੀਂ ਸੀ ਚਾਹੀਦਾ ਮੇਰੀ ਦਾੜ ਦੀ ਫੀਲਿੰਗ ਹੋਈ ਉਹ ਆ ਠੀਕ ਅਤੇ ਉਹ ਹੋਈ ਸੀ 3 ਵਜੇ ਅਤੇ ਮੈਨੂੰ ਪਤਾ ਸੀ ਵੀ 5-6 ਘੰਟੇ ਬਾਅਦ ਉਹਦਾ ਜਿਹੜਾ ਘਟਣਾ ਨਸ਼ਾ ਆ ਜਿਹੜਾ ਟੀਕਾ ਲੱਗਾ ਆ ਉਹ ਜਦੋਂ ਘਟਣਾ ਆ ਅਤੇ ਫਿਰ ਕੀ ਬਣਨਾ ਅਤੇ ਹੁਣ ਸਬੱਬ ਨਾਲ ਜਾਣੀ ਇੱਦਾਂ 7 ਵਜੇ ਦਾ ਹੀ ਉਹ ਹੋਇਆ ਆ ਅਸਰ ਖਤਮ ਉਹਦਾ ਠੀਕ ਆ ਤੇ ਹੁਣ ਆਪਾਂ ਵੀਡੀਓ ਲਾ ਲੈਣੇ ਜੀ ਉਦਣ ਸ਼ੁਰੂ ਕੀਤੀ ਸੀਗੀ ਠੀਕ ਆ ਓਕੇ ਤੇ ਸਰੋਤਿਆਂ ਨੂੰ ਬੇਨਤੀ ਆ ਹੁਣ ਤੁਸੀਂ ਫੋਨ ਨਾ ਕਰਿਓ ਸਭ ਤੋਂ ਦੋ ਹੀ ਕੰਮ ਨਹੀਂ ਹੋਣੇ ਠੀਕ ਆ ਕਿ ਜਾਂ ਤਾਂ ਪਹਿਲਾਂ ਕਾਲਾਂ ਅਸੀਂ ਦੇਖ ਲੈਂਦੇ ਇੱਕ ਵਟਸਐਪ ਤੇ ਸਾਡੇ ਨਾਲ ਸਰੋਤੇ ਹੋ ਰਿਹਾ ਜੀ ਉਹਨਾਂ ਦੀ ਗੱਲ ਪਹਿਲਾਂ ਸੁਣ ਲੈਣੇ ਹਾਂਜੀ ਤੁਸੀਂ ਆਉਂਦੇ ਰਹੋ ਜੀ ਵਟਸਐਪ ਤੋਂ ਹੈਲੋ ਹਾਂਜੀ ਸਤਿ ਸ਼੍ਰੀ ਅਕਾਲ ਭਾਜੀ ਸਤਿ ਸ਼੍ਰੀ ਅਕਾਲ ਹਾਂ ਸਰ ਜੀ ਪੰਜਾਬ ਤੋਂ ਬੋਲਦੇ ਗੁਰਪ੍ਰੀਤ ਹਾਂਜੀ ਹਾਂਜੀ ਅੱਜ ਹਿੰਮਤ ਕਰਕੇ ਮੈਂ ਥੋੜਾ ਜਿਹਾ ਕਰ ਲਈ ਜੀ ਗੱਲ ਤੋਂ ਹਾਂਜੀ ਅੱਛਾ ਮੈਂ ਤਾਂ ਉਹ ਗੱਲ ਕਰਨੀ ਸੀ ਤੁਸੀਂ ਕਹਿੰਦੇ ਸੀਗੇ ਨਾ ਇੱਕ ਵਾਰ ਵੀ ਮਤਲਬ ਜਿੱਦਾਂ ਆਪਣਾ ਪੰਜਾਬ ਦੇ ਵਿੱਚ ਜਿਹੜੇ ਬਾਹਰ ਆਪਣੇ ਬੈਠੇ ਆ ਨਾ ਬੰਦੇ ਪੰਜਾਬ ਦੇ ਉਹ ਖਾਲਿਸਤਾਨ ਬਾਰੇ ਜਾਂ ਜਿਵੇਂ ਇੱਧਰ ਆ ਕੇ ਕੰਮ ਕਰਨ ਬਾਰੇ ਗੱਲ ਕਰਦੇ ਆ ਤੇ ਸਰ ਉਹ ਗੱਲ ਤਾਂ ਉੱਧਰ ਬੈਠੇ ਹੀ ਕਰਦੇ ਆ ਇੱਧਰ ਜਿਹੜੇ ਗਰਾਊਂਡ ਦੇ ਹਾਲਾਤ ਹੈ ਉਹਨਾਂ ਦਾ ਤਾਂ ਉਹਨਾਂ ਨੂੰ ਪਤਾ ਨਹੀਂ ਨਾ ਇੰਨਾ ਤੇ ਉਰੇ ਹੁਣ ਅੱਜ ਅਸੀਂ ਜੇ ਦੇਖੀਏ ਤਾਂ ਪੰਜਾਬ ਦੀ ਤਾਂ ਬਹੁਤ ਬੁਰਾ ਹਾਲ ਹੈ ਜੀ ਆਹੋ ਨਹੀਂ ਉਹ ਵੀਰੇ ਜਿਹੜੇ ਮਤਲਬ ਜਿਹੜੇ ਬੰਦੇ ਬਾਹਰ ਵੀ ਬੈਠੇ ਆ ਨਾ ਉਹਨਾਂ ਦੇ ਵੀ ਆਪਣੇ ਆਪਣੇ ਸਵਾਰਥ ਆ ਇਹ ਗੱਲਾਂ ਕਰਨ ਦੇ ਲਈ ਅਗਰਾਹੀਆਂ ਕਰਨ ਦੇ ਲਈ ਹੁਣ ਤੁਸੀਂ ਜਿਹੜਾ ਵੀ ਗਰੁੱਪ ਤੁਸੀਂ ਏਦਾਂ ਕਰੋ ਗਰੁੱਪ ਦਾ ਨਾਂ ਲਓ ਜਿਹੜਾ ਖਾਲਿਸਤਾਨ ਦੀ ਗੱਲ ਕਰ ਰਿਹਾ ਬਾਹਰ ਬੈਠਾ ਉਹਦੇ ਬਾਰੇ ਆਪਾਂ ਗੱਲ ਕਰਦੇ ਕੋਈ ਵੀ ਗਰੁੱਪ ਦੇਖ ਲਓ ਕਿਸੇ ਵੀ ਕੰਟਰੀ ਦੇ ਵਿੱਚ ਹਾਂ ਤੁਸੀਂ ਮਤਲਬ ਉਹਨਾਂ ਦਾ ਨਾਂ ਲਓ ਤਾਂ 5 ਮਿੰਟਾਂ ਦੇ ਵਿੱਚ 5 ਮਿੰਟਾਂ 'ਚ ਉਹਨਾਂ ਦੀ ਔਕਾਤ ਸਾਹਮਣੇ ਆ ਜਾਣੀ ਵੀ ਕਿਹੜੇ ਸਵਾਰਥ ਆ ਜਿਹਨਾਂ ਦੇ ਕਰਕੇ ਉਹ ਰੌਲਾ ਪਾ ਰਹੇ ਆ ਜਿਹੜੀ ਮੈਂ ਤਾਂ ਮੇਰੇ ਮਤਲਬ ਇਹ ਸੀ ਕਹਿਣ ਦਾ ਜੀ ਵੀ ਜਿੱਦਾਂ ਨਾ ਆਪਾਂ ਗਰਾਊਂਡ ਰਿਪੋਰਟ ਪੰਜਾਬ ਦੀ ਦੇਖਦੇ ਆ ਜਿਹੜੇ ਬੰਦੇ ਰਹਿੰਦੇ ਜੀ ਇੱਥੇ ਉਹਦਾ ਜੂਝ ਰਹੇ ਆ ਆਪਣੇ ਹਾਲਾਤਾਂ ਦੇ ਨਾਲ ਜੀ ਆਹੋ ਤਾਂ ਜਿਹੜਾ ਸਿਸਟਮ ਚਲੋ ਜੋ ਹੈਗਾ ਪੰਜਾਬ ਦੇ ਵਿੱਚ ਜਿੱਦਾਂ ਦਾ ਹੈਗੀ ਆ ਮਤਲਬ ਉੱਥੇ ਹਾਲ ਜੋ ਸਾਰੇ ਮੁਲਕ ਦਾ ਉਹ ਤਾਂ ਹੈਗਾ ਹੀ ਆ ਉੱਥੇ ਪਰ ਉੱਥੇ ਦੇਖੋ ਕਿਸੇ ਦਾ ਨਿੱਜ ਨਹੀਂ ਹੈਗਾ ਹਨਾ ਖਾਲਿਸਤਾਨ ਬਾਰੇ ਸੋਚਣਾ ਜਿਹੜੇ ਲੋਕ ਉੱਥੇ ਪੰਜਾਬ 'ਚ ਆ ਉਹ ਤਾਂ ਆਪਣਾ ਕੰਮ ਕਰ ਰਿਹਾ ਕੋਈ ਖੇਤੀ ਕਰ ਰਿਹਾ ਕੋਈ ਨੌਕਰੀ ਕਰ ਰਿਹਾ ਪਰ ਜਿੱਦਾਂ ਹੁਣ ਆ ਸਤਿਕਾਰ ਕਮੇਟੀ ਆ ਚਲੋ ਆਪਾਂ ਮੰਨ ਲਈਏ ਜਿਹੜੇ ਵਿਹਲੜ ਬੰਦੇ ਆ ਉਹ ਦੇਖ ਲਓ ਰੌਲਾ ਪੰਜਾਬ 'ਚ ਵੀ ਤਾਂ ਰੌਲਾ ਪਾਈ ਜਾਂਦੇ ਖਾਲਿਸਤਾਨ ਦਾ ਸਿਮਰਨਜੀਤ ਸਿੰਘ ਮਾਨ ਆ ਇਹ ਸਤਿਕਾਰ ਕਮੇਟੀ ਵਾਲੇ ਆ ਹੋਰ ਆ ਤਿੰਦਰਪਾਲ ਸਿੰਘ ਖਾਲਿਸਤਾਨ ਏਦਾਂ ਦੇ ਕਈ ਮਤਲਬ ਜਿਹੜੇ ਤੁਰੇ ਫਿਰਦੇ ਆ ਜਿਹਨਾਂ ਦੇ ਕੋਈ ਆਪਣੇ ਸਵਾਰਥ ਅਗਲੇ ਰੌਲਾ ਪਾਈ ਜਾਂਦੇ ਆ ਬਿਲਕੁਲ ਹਾਂ ਆਮ ਬੰਦੇ ਦਾ ਕੋਈ ਲੈਣਾ ਦੇਣਾ ਨਹੀਂ ਨਾ ਗੱਲਾਂ ਦਾ ਸੀਗਾ ਜੀ ਵੀ ਚਲੋ ਉਹਨਾਂ ਨੂੰ ਆਮ ਮਤਲਬ ਇਹ ਕਿਉਂਕਿ ਦੇਖੋ ਜਦੋਂ ਪਾਕਿਸਤਾਨ ਬਣੇ ਆ ਜੀ 47 ਦੇ ਵਿੱਚ ਅੱਜ ਹਾਲਾਤ ਦੇਖ ਲਓ ਪਾਕਿਸਤਾਨ ਦੇ ਕੀ ਨੇ ਤੇ ਉਦਾਂ ਹੀ ਆਪਣੇ ਫਿਰ ਖਾਲਿਸਤਾਨ ਦੇ ਜੇ ਪਹਿਲਾਂ ਬਣ ਵੀ ਜਾਂਦਾ ਜੀ ਤਾਂ ਉਹ ਉਹੋ ਜਿਹੀ ਹੋ ਜਾਣੇ ਸੀਗਾ ਮੇਰੇ ਖਿਆਲ 'ਚ ਤਾਂ ਜੀ ਆਹੋ ਇਹ ਗੱਲਾਂ ਚਲੋ ਖੈਰ ਅਸਿਊਮ ਨਹੀਂ ਕੀਤੀਆਂ ਜਾ ਸਕਦੀਆਂ ਵੀ ਕੀ ਹੋਣਾ ਸੀ ਕੀ ਨਹੀਂ ਹੋਣਾ ਸੀ ਪਰ ਜੋ ਅੱਜ ਦਿਖਦਾ ਹੈ ਉਹਦੇ ਤੋਂ ਜੇ ਆਪਾਂ ਆਪਣੇ ਆਪਣੇ ਬੌਧਿਕ ਪੱਧਰ ਦਾ ਅੰਦਾਜ਼ਾ ਲਾਈਏ ਤਾਂ ਕੋਈ ਬਹੁਤਾ ਵਧੀਆ ਨਹੀਂ ਸੀ ਹੋਣਾ ਜਿੱਦਾਂ ਦੇ ਆਪਾਂ ਹੈਗੇ ਦੂਜੀ ਗੱਲ ਵੀਰਾ 47 ਚ ਅਸੀਂ ਦਾਅਵਾ ਕਰਦੇ ਸੀ ਸਾਨੂੰ ਮੁਲਕ ਚਾਹੀਦਾ ਅੱਜ 70-72 ਸਾਲ ਬੀਤ ਗਏ ਆ ਕਿ ਅਸੀਂ ਯੋਗਤਾ ਵਧਾ ਲਈ ਆਪਣੀ ਵੱਡਾ ਸਵਾਲ ਜਾਣੀ 17 ਸਾਲਾਂ ਚ ਨਾ ਸਾਡੇ ਕੋਲ ਇੱਦਾਂ ਚਾਹੀਦੀ ਸੀ ਵੀ 20-25 ਗਰੁੱਪ ਘੱਟੋ ਘੱਟ 20-25 ਗਰੁੱਪ ਹੁੰਦੇ ਇੱਦਾਂ ਦੇ ਜਿਹੜੇ ਕੱਲਾ ਕੱਲਾ ਕੰਮ ਕਰਦਾ ਹੁੰਦਾ ਤੇ ਹਰੇਕ ਸਰਕਾਰ ਚਲਾਉਣ ਦੇ ਯੋਗ ਹੁੰਦਾ ਬਿਲਕੁਲ ਵੱਖਰੇ ਵੱਖਰੇ ਐਂਗਲ ਤੋਂ ਜਿੱਦਾਂ ਟਕਸਾਲ ਵਾਲੇ ਆ
ਹੁਣ ਜਿਹੜੇ ਆਪਣੇ ਆ ਜਿਹੜੇ ਟਕਸਾਲੀ ਬਾਦਲਾਂ ਦੇ ਵਿੱਚ ਵੜ ਕੇ ਕਹਿ ਰਹੇ ਪਏ ਸੀ ਖਾਲਿਸਤਾਨ ਬਣਾਉਣਾ, ਉਹਨਾਂ ਦਾ ਆਪਣਾ ਗਰੁੱਪ ਹੁੰਦਾ, ਆਪਣੀ ਸਰਕਾਰ ਇੱਦਾਂ ਜਾਣੀ ਕੰਮ ਕਰਦੀ ਹੁੰਦੀ, ਸਾਡੀ ਲਾ ਪਾ ਕੇ ਅਸੈਂਬਲੀ ਬਣੀ ਸੀ ਉਹ ਚ ਪੰਥ ਫਰੀਦ ਹੋਰ ਆ ਨਾ ਇਹ ਗੱਲ, ਪੰਥ ਫਰੀਦ ਮੂਲ ਮੰਤਰ ਦਾ ਪਾਠ ਕਰਨ ਲੱਗ ਪਿਆ ਜਾ ਕੇ ਜਾ। ਹਾਂਜੀ ਹਾਂਜੀ ਨਹੀਂ ਚਲੋ ਜਿੱਦਾਂ ਆਪਾਂ ਦੇਖ ਨਾ ਜਿਹੜੇ ਵਿਵਹਾਰ ਵੀ ਕਰਦੇ ਨੇ ਜੀ ਇਹ ਬਹੁਤ ਜ਼ਿਆਦਾ ਗਲਤ ਵਿਵਹਾਰ ਕਰਦੇ ਨੇ ਜੀ ਆਮ ਲੋਕਾਂ ਨਾਲ ਵੀ, ਮਤਲਬ ਆਪਣੇ ਆਪ ਨੂੰ ਖਾਸ ਸਮਝਦੇ ਆ ਜੀ ਹੋਰਾਂ ਨਾਲੋਂ, ਹਾਲਾਂਕਿ ਗੁਰੂ ਸਾਹਿਬ ਨੇ ਤਾਂ ਆਪਾਂ ਨੂੰ ਜੋੜੇ ਵੀ ਸਭ ਇੱਕੋ ਬਰਾਬਰ ਆ, ਸਭ ਸਭ ਦੀ ਇੱਜ਼ਤ ਕਰਨੀ ਚਾਹੀਦੀ, ਸਭ ਨੂੰ ਸਨਮਾਨ ਦੇਣਾ ਚਾਹੀਦਾ ਜੀ। ਆਹੋ ਇਹ ਤਾਂ ਜਿਹੜੀ ਤੁਸੀਂ ਗੱਲ ਕਹੀ, ਇਹ ਤਾਂ ਮੁੱਢਲੀਆਂ ਮੁੱਢਲੀਆਂ ਸਮੱਸਿਆਵਾਂ ਆ ਨਾ ਆਪਣੀਆਂ ਇਹਨਾਂ ਗੱਲਾਂ ਨੂੰ ਲੈ ਕੇ ਜਿਹੜਾ ਹੰਕਾਰ ਪਾਲੀ ਕਰਦੇ ਆ ਹੋਣੀ ਹੈ ਨਾ ਜੀ, ਸਾਡਾ ਸਾਡਾ ਪਤਾ ਸਾਡੀ ਪਰਸਨੈਲਿਟੀ ਤਾਂ ਇੱਥੋਂ ਦਿਖਣੀ, ਅਸੀਂ ਦੂਜੇ ਨਾਲ ਕਿਹੋ ਜਿਹਾ ਵਿਵਹਾਰ ਕਰਦੇ ਹਾਂ ਨਾ ਜੀ। ਆਹੋ ਠੀਕ ਆ, ਪਰ ਜਿਹੜੀਆਂ ਜਿਹੜੀਆਂ ਪ੍ਰੋਬਲਮਾਂ ਹੋ ਰਿਹਾ ਨਾ ਸਾਡੇ ਵਿੱਚ, ਜਿਹੜੀਆਂ ਆਪਾਂ ਪਹਿਲਾਂ ਡਿਸਕਸ ਕਰਦੇ ਸੀਗੇ, ਜਦੋਂ ਉਹਨਾਂ ਦਾ ਉਹਨਾਂ ਨੂੰ ਆਪਾਂ ਧਿਆਨ ਨਾਲ ਦੇਖਣ ਲੱਗ ਪਏ ਤੇ ਆਹ ਜਿਹੜੀਆਂ ਗੱਲਾਂ ਆ ਨਾ ਇਹ ਆਪਣੇ ਆਪ ਹੀ ਸੂਤ ਹੋ ਜਾਣੀਆਂ ਫਿਰ। ਹਾਂਜੀ ਹਾਂਜੀ ਠੀਕ ਹੈ ਜੀ, ਠੀਕ ਹੈ ਸਰ, ਠੀਕ ਹੈ, ਫਰੈਂਡ ਉਹਦੇ ਵਿੱਚ ਲਿਸਟ ਵਿੱਚ ਰੱਖਿਓ ਸਰ ਸਾਨੂੰ ਆਪਣੇ ਨਾਲ। ਹਾਂਜੀ ਹਾਂ, ਮੈਂ ਕਿਹਾ ਆਪਣੀ ਫਰੈਂਡ ਲਿਸਟ ਦੇ ਵਿੱਚ ਆਪਣੇ ਨਾਲ ਰੱਖਿਓ ਸਾਨੂੰ, ਅਸੀਂ ਠੀਕ ਹੈ ਜੀ। ਤੇ ਆਪਾਂ ਜਿਹੜੀ ਵੀਡੀਓ ਦੀ ਗੱਲ ਕਰਦੇ ਸੀਗੇ, ਹਾਂਜੀ ਠੀਕ ਆ, ਤੇ ਹੁਣ ਬੇਨਤੀ ਹੈ ਜੀ ਸਰੋਤਿਆਂ ਨੂੰ, ਤੁਸੀਂ ਘੰਟਾ ਹੈਗਾ ਸਾਡੇ ਕੋਲ ਤੇ ਘੰਟੇ ਚ ਸਾਨੂੰ ਜਿਹੜੀ ਗੱਲਬਾਤ ਆ ਉਹ ਕਰ ਲੈਣ ਦਿਓ। ਠੀਕ ਹੈ, ਠੀਕ ਆ, ਜਿਹੜਾ ਕੋਈ ਜ਼ਰੂਰੀ ਹੋਇਆ ਸਾਨੂੰ ਮੈਸੇਂਜਰ 'ਤੇ ਜਾਂ ਤੁਸੀਂ ਵਟਸਐਪ 'ਤੇ ਮੈਸੇਜ ਕਰ ਦਿਓ, ਫਿਰ ਕਰਿਓ ਫੋਨ, ਨਹੀਂ ਤਾਂ ਫਿਰ ਸਾਡੀ ਗੱਲਬਾਤ ਜਿਹੜੀ ਆ ਉਹ ਚੱਲ ਰਹੀ, ਥੋੜ੍ਹੀ ਜਿਹੀ ਦੋ ਚਾਰ ਮਿੰਟ ਚੱਲੀ ਸੀ ਉਹ। ਠੀਕ ਹੈ, ਠੀਕ ਆ, ਇੱਕ ਪਾਸੇ ਪੰਜੋਲੀ ਆ, ਇੱਕ ਪਾਸੇ ਖਣਕੀ ਦੀ ਜੱਥੇ ਦਾ ਬੰਦਾ ਆ। ਅੱਛਾ, ਬੈਕਗਰਾਊਂਡ ਤੁਹਾਨੂੰ ਦੱਸਦੇ ਨੇ, ਟੀ ਵੀ ਦਾ ਪ੍ਰੈਜੈਂਟਰ ਆ, ਉਹਨੇ ਗੱਲ ਕੀਤੀ ਹੋਵੇ ਇਹਨਾਂ ਦੇ ਨਾਲ। ਠੀਕ ਆ, ਅਤੇ ਸ਼੍ਰੋਮਣੀ ਕਮੇਟੀ ਦਾ ਮੈਂਬਰ ਹੈਗਾ ਆ ਜਾਂ ਰਿਹਾ ਆ, ਇਹ ਮਾਨ ਉਹਨਾਂ ਦੇ ਨਾਲ ਰਿਹਾ, ਜਿਹੜੇ ਬੰਦੇ ਜਾਣਦੇ ਪੰਜੋਲੀ ਕਰਕੇ, ਕਾਫੀ ਮਸ਼ਹੂਰ ਆ ਬੰਦਾ, ਤੇ ਨਾਲ ਇੱਕ ਅਖੰਡ ਕੀਰਤਨੀ ਜਥੇ ਦਾ ਬੰਦਾ ਆ ਕੋਈ ਬੁਲਾਰਾ ਉਹਨਾਂ ਦਾ, ਤੇ ਨਾਲ ਉਹ ਬ੍ਰਿਗੇਡੀਅਰ ਆ ਜਿਹਨੇ ਇੰਦਰ ਸਿੰਘ ਨੇ ਕਿਤਾਬ ਲਿਖੀ ਆ ਲੇਟਲੀ। ਠੀਕ ਆ, ਉਹਨਾਂ ਦੀ ਗੱਲਬਾਤ ਆਪਸ ਵਿੱਚ ਹੀ ਹੋ ਰਹੀ, ਨਾ ਕਿਸੇ ਨੇ ਦਿੱਤੀ ਸੀ ਤੇ ਨਾ ਅੱਜ ਤੱਕ ਹੁਣ ਕਿਸੇ ਨੇ ਦੇਣ ਦਾ ਯਤਨ ਕੀਤਾ। ਗੁਰੂ ਸਾਹਿਬ ਜੀ ਨੇ ਮੀਰੀ ਤੇ ਪੀਰੀ ਦਾ ਸਿਧਾਂਤ ਦਿੱਤਾ, ਧਰਮ ਦੀ ਸ਼ਤਾਬਿਆ ਰਾਜਨੀਤੀ ਨੂੰ ਮਤਲਬ ਤੁਰਨ ਦੀ ਪ੍ਰੇਰਨਾ ਦਿੱਤੀ। ਸ਼੍ਰੀ ਅਕਾਲ ਤਖ਼ਤ ਸਾਹਿਬ ਖਾਲਸਾ ਪੰਥ ਦਾ ਰਾਜਨੀਤਿਕ ਸ਼ਕਤੀ ਦਾ ਪ੍ਰਤੀਕ ਹੈ, ਤੇ ਇਹ ਇਹਨੂੰ ਮੌਕਾ ਮਿਲਿਆ ਜਾਣੀ ਦੱਸਣ ਦਾ। ਗੱਲ ਦਰਬਾਰ ਸਾਹਿਬ ਦੇ ਅਟੈਕ ਦੀ ਚੱਲਦੀ, ਮੈਂ ਪਿੱਛੋਂ ਲਾਈ ਨਹੀਂ। ਅੱਛਾ, ਵੀ ਉੱਦਾਂ ਤਾਂ 4 ਮਿੰਟ ਦੀ ਆ, ਜੇ ਤੁਸੀਂ ਕਹਿੰਦੇ ਆ ਤਾਂ ਸ਼ੁਰੂ ਤੋਂ ਲਾ ਦਿੰਦੇ ਫਿਰ। ਠੀਕ ਹੈ, ਸੁਣ ਲਓਗੇ ਸਰੋਤੇ ਸ਼ੁਰੂ ਤੋਂ। ਚਲੋ ਠੀਕ ਹੈ ਫਿਰ। ਬਣਿਆ ਵਾਸੀ ਗੋਲੀਆਂ ਦਾ ਸੰਤ ਜਰਨੈਲ ਸਿੰਘ ਅਕਾਲ ਤਖ਼ਤ ਹੈ ਤੇ ਗੋਲੀਆਂ 318 ਲੱਗੀਆਂ ਨੇ। ਇਹ ਤਾਂ ਆਈਡੀਆ ਮੋਰੀ ਚੱਲਦੀ, ਇਹੋ ਜਿਹੀਆਂ ਪ੍ਰਸਥਿਤੀਆਂ ਜਿਨ੍ਹਾਂ 'ਚ ਦੁਸ਼ਮਣਾਂ ਵਾਲਾ ਵਤੀਰਾ ਬੱਚੇ ਆ ਪ੍ਰੈਜ਼ੈਂਟਰ ਆ ਬਜ਼ੁਰਗ ਵੱਡੇ ਬੈਕਗ੍ਰਾਉਂਡ ਦੱਸਣ ਲੱਗਾ। ਠੀਕ ਹੈ, ਪਿਆਸੇ ਗੋਲੀਆਂ ਨਾਲ ਬਿੰਨੇ ਆਪਣੇ ਲੋਕ, ਕੀ ਇਹ ਸਾਰਾ ਕੁਝ ਜਿਹੜੇ ਇੱਥੋਂ ਦੀ ਰਵਾਇਤੀ ਜਾਂ ਆਪਣੇ ਆਪ ਨੂੰ ਪੰਥਕ ਲੀਡਰਸ਼ਿਪ ਕਹਾਉਂਦੀ ਸੀ ਉਹਦਾ ਕਦ ਹੀ ਇੰਨਾ ਬੌਣਾ ਹੋ ਗਿਆ, ਜਾਂ ਸਾਡੇ ਜਿਹੜੇ ਦੇਸ਼ ਦੇ ਹਾਕਮ ਹੈ ਤਾਕਤ ਦੇ ਨਸ਼ੇ 'ਚ ਉਹਨਾਂ ਨੇ ਪੰਜਾਬ ਨੂੰ ਰੋਂਦਿਆ ਫੌਜ ਦੇ ਬੂਟਾਂ ਹੇਠ। ਸਾਡੇ ਪ੍ਰਚਾਰਕ ਹੋਣ, ਰਾਗੀ ਢਾਡੀ ਹੋਣ, ਪ੍ਰਬੰਧਕ ਹੋਣ ਜਾਂ ਆ ਜਿਹੜੇ ਟੀਵੀ ਰੇਡੀਓ ਦੇ ਉੱਤੇ ਬਿਠਾਲੇ, ਉੱਦਾਂ ਬੰਦੇ ਰੌਲਾ ਪਾਈ ਜਾਂਦੇ ਆ, ਪਰ ਜਾਣੀ ਇਸ ਮਸਲੇ ਦੇ ਆ ਕੇ ਨਾ ਤੁਸੀਂ ਕੈਨੇਡਾ ਅਮਰੀਕਾ ਦੇ ਵਿੱਚ ਵੀ ਦੇਖ ਲਿਓ, ਕਾਮਰੇਡਾਂ ਨੂੰ ਉੱਦਾਂ ਪਿੱਟਣਗੇ, ਅੰਦਰੋਂ ਸਾਰੀਆਂ ਛੁਰੀਆਂ ਚਲਾਉਣਗੇ, ਪਰ ਇੱਦਾਂ ਦੇ ਮੌਕੇ ਜਦੋਂ ਗੱਲ ਕਰਦੇ ਆ ਨਾ ਇੱਦਾਂ ਇਮੋਸ਼ਨਲ ਕਰਦੇ ਲੋਕਾਂ ਨੂੰ ਨਾ, ਇੱਦਾਂ ਕੈਸ਼ ਕਰਾਉਂਦੇ ਆ, ਇੱਦਾਂ ਲੁੱਟਣ ਲਈ ਉਹਨਾਂ ਨੂੰ ਤਿਆਰ ਕਰਦੇ ਆ ਜਾਣੀ। ਠੀਕ ਆ, ਹੁਣ ਆ ਜਿਹੜਾ ਬੰਦਾ ਟੀ ਵੀ ਵਾਲਾ ਜਿਹੜੀ ਭੂਮਿਕਾ ਬਣ ਰਿਹਾ ਹੈ ਉਹ 'ਚ ਸੱਤਿਆਨਾਸ ਮਾਰੀ ਜਾਂਦਾ, ਆਪਣੀਆਂ ਸਟੇਟਮੈਂਟਾਂ ਇੱਦਾਂ ਦੀਆਂ ਦੇ ਦੇ ਕੇ ਸੱਤਿਆਨਾਸ ਮਾਰ ਰਿਹਾ ਜਾਣੀ। ਕਿ ਅੱਜ ਤੱਕ ਪਾਰਲੀਮੈਂਟ ਨੇ ਇਸ ਬਹੁਤ ਹੀ ਮੰਦਭਾਗੇ ਗੈਰ ਮਾਨਵੀ ਕਾਰਜ ਦੇ ਉੱਤੇ ਸਮੁੱਚੇ ਤੌਰ 'ਤੇ ਨਿੰਦਿਆ ਦਾ ਮਤਾ ਵੀ ਪਾਸ ਨਹੀਂ ਕੀਤਾ। ਇਹਨਾਂ ਮੁੱਦਿਆਂ 'ਤੇ ਮੇਰੇ ਨਾਲ ਪੈਨਲ 'ਤੇ ਇਸ ਵੇਲੇ ਜਿਹੜੀਆਂ ਖਾਸ ਹਸਤੀਆਂ ਜੁੜ ਚੁੱਕੀਆਂ ਨੇ, ਬ੍ਰਿਗੇਡੀਅਰ ਓਂਕਾਰ ਸਿੰਘ ਗਰਾਇਆ ਜੀ, ਮੈਂ ਦਰਸ਼ਕਾਂ ਲਈ ਦੱਸਣਾ ਚਾਹੁੰਦਾ ਕਿ ਗਰਾਇਆ ਸਾਹਿਬ ਉਸ ਵੇਲੇ ਅੰਮ੍ਰਿਤਸਰ ਦੇ ਵਿੱਚ 9ਵੀਂ ਬਟਾਲੀਅਨ ਦੇ ਐਡਮ ਦੇ ਤੌਰ 'ਤੇ, ਕਰਨਲ ਦੇ ਤੌਰ 'ਤੇ ਆਪਣੀ ਭੂਮਿਕਾ ਨਿਭਾ ਰਹੇ ਸਨ। ਸਾਡੇ ਨਾਲ ਦੂਜੇ ਮਹਿਮਾਨ ਆਰ ਪੀ ਸਿੰਘ ਜੀ, ਅਖੰਡ ਕੀਰਤਨੀ ਜਥੇ ਦੇ ਮੁੱਖ ਬੁਲਾਰੇ, ਮੈਂ ਉਹਨਾਂ ਨੂੰ ਵੀ ਜੀ ਆਖਦਾ। ਸਾਡੇ ਨਾਲ ਤੀਜੇ ਮਹਿਮਾਨ ਕਰਨੈਲ ਸਿੰਘ ਪੰਜੋਲੀ ਜੀ, ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਸੀਨੀਅਰ ਆਗੂ,
ਜਾਣੇ ਪਛਾਣੇ ਸਿੱਖ ਜਿਹੜੇ ਤਿੰਨੇ ਮਹਿਮਾਨਾਂ ਨੂੰ ਮੈਂ ਮੁੜ ਕੇ ਪੈਨਲ ਤੇ ਆਉਣ ਦੇ ਲਈ ਜੀ ਆਖਦਾ, ਵੈਲਕਮ ਕਰਦਾ। ਪੰਜਲੀ ਸਾਹਿਬ, ਪਹਿਲਾ ਸਵਾਲ ਜਿਹੜਾ ਨਾਜ਼ੁਕ ਦੇ ਭਾਵਕ ਮੁੱਦੇ ਦੀ ਆਪਾਂ ਜਦੋਂ ਗੱਲ ਕਰਦੇ ਹਾਂ, ਜਿਸ ਤਰੀਕੇ ਨਾਲ ਪ੍ਰਸਥਿਤੀਆਂ ਜੋ ਵੀ ਹੋਣ, ਜਿਸ ਤਰੀਕੇ ਨਾਲ ਦਰਬਾਰ ਸਾਹਿਬ ਤੇ ਹਮਲਾ ਹੋਇਆ ਕਿ ਲੱਗਦਾ ਨਹੀਂ ਕਿ ਉਹਦੇ ਨਾਲ ਇੱਕ ਵਾਰੀ ਇਸ ਤਰ੍ਹਾਂ ਲੱਗਿਆ ਕਿ ਜਿਵੇਂ ਦੁਸ਼ਮਣਾਂ ਵਾਲਾ ਵਤੀਰਾ ਉਸ ਭਾਈਚਾਰੇ ਦੇ ਨਾਲ ਅਪਣਾਇਆ ਗਿਆ ਜਿਹਨੇ ਸਦੀ। ਜਦੋਂ ਏਦਾਂ ਸਵਾਲ ਪੁੱਛਦੇ ਆ ਤੁਸੀਂ, ਠੀਕ ਆ, ਤੇ ਉਹ ਚ ਫਿਰ ਅਗਲਾ ਮੂਹਰੇ ਆ, ਮੂਹਰੇ ਉਹ ਤਾਂ ਤਿਆਰ ਬੈਠੇ ਆ ਨਾਲੇ, ਠੀਕ ਹੈ ਕਿ ਨਹੀਂ। ਟੀਵੀ ਵਾਲੇ ਜਾਣੀ ਪੂਰਾ ਜ਼ੋਰ ਜਿਹੜਾ ਆ 94 ਤੋਂ ਬਾਅਦ ਨਾ ਉਹ ਚੀਜ਼ ਨੂੰ ਪ੍ਰਮੋਟ ਕਰਨ ਦੇ ਉੱਤੇ ਲਾਇਆ, ਜਦਕਿ ਇਹ ਵਿਚਾਰਿਆ ਨਹੀਂ ਇਹ ਗਿਆ ਜਾਣੀ ਕਿ ਹੋਇਆ ਕੀ ਆ, ਗੱਲ ਸ਼ੁਰੂ ਕਿੱਥੋਂ ਹੋਈ ਆ। ਅੱਧਾ ਤਾਂ ਤੁਹਾਡਾ ਸਵਾਲ ਇਹ ਗਲਤ ਹੈ ਨਾ, ਅੱਧੀ ਗੱਲ ਤਾਂ ਤੁਹਾਡੇ ਸਵਾਲ ਚ ਗਲਤ ਹੈ। ਹੋਣਾ ਹੀ ਚਾਹੁੰਦੇ ਆ, ਉਹਨਾਂ ਦਾ ਫਾਇਦਾ ਇਹਦੇ ਵਿੱਚ ਆ, ਟੀਆਰਪੀ ਦਾ ਸਵਾਲ ਆ, ਦੇਸ਼ ਦੀ ਰਾਖੀ ਦੀ ਖਾਤਰ, ਮਾਨ ਬਦਾ ਦੀ ਖਾਤਰ ਆਪਣਾ ਲਹੂ ਡੋਲਿਆ, ਅਹੁਤੀਆਂ ਦਿੱਤੀਆਂ। ਦੇਖੋ, ਅਸਲ ਵਿੱਚ ਮੈਂ ਜੋ ਮਹਿਸੂਸ ਕਰਦਾ ਕਿ ਪੰਜੋਲੀ ਨੂੰ ਸੁਣ ਲਓ, ਭਾਰਤ ਦੀ ਸਰਕਾਰ ਨੇ ਸ਼੍ਰੀ ਦਰਬਾਰ ਸਾਹਿਬ ਦੇ ਉੱਤੇ ਜਿਹੜਾ ਹਮਲਾ ਕੀਤਾ, ਉਹ ਹਮਲਾ ਸਹੀ ਅਰਥਾਂ ਵਿੱਚ ਸਿੱਖੀ ਦੇ ਸਿਧਾਂਤਾਂ ਉੱਤੇ ਹਮਲਾ ਸੀ। ਦੁਨੀਆ ਵਿੱਚ ਇੱਕ ਨਵੀਂ ਵਿਚਾਰਧਾਰਾ, ਇੱਕ ਹੁਣ ਜਾਣੀ ਅਸੀਂ ਗੱਲ ਕਰਦੇ ਸੀ ਵੀ ਜਦੋਂ ਛੇਵੇਂ ਪਾਤਸ਼ਾਹ ਛੱਡ ਕੇ ਚੱਲ ਗਏ ਉਹ ਚੀਜ਼ ਨੂੰ, ਹਨਾ, ਹੁਣ ਤੁਸੀਂ ਦੇਖ ਲਓ ਟਰੈਵਲ ਕਰਦੀ ਕਰਦੀ ਕਿੱਥੇ ਪਹੁੰਚ ਗਈ, ਉਹ ਬਿਲਡਿੰਗ ਸਿੱਖੀ ਦਾ ਸਿਧਾਂਤ ਬਣ ਗਈ ਹਨਾ। ਹੁਣ ਉੱਥੇ ਕਿਸੇ ਨੇ ਨੀ ਦੇਖਿਆ ਵੀ ਜਿਹੜੀ ਉਹ ਬਿਲਡਿੰਗ ਆ ਨਾ, ਉਹ ਕਿਸੇ ਨਾ ਕਿਸੇ ਸਟੇਟ ਦੇ ਅੰਦਰ ਆ, ਕਿਸੇ ਮੁਲਕ ਦੇ ਵਿੱਚ ਆਉਂਦੀ ਆ, ਉੱਥੇ ਜਿਹੜਾ ਕਾਨੂੰਨ ਆ ਉਸ ਮੁਲਕ ਦਾ ਕਾਨੂੰਨ ਲਾਗੂ ਹੁੰਦਾ। ਤੁਸੀਂ ਇੱਦਾਂ ਨੀ ਕਰ ਸਕਦੇ ਵੀ ਉਹ ਕੋਈ ਖਾਸ ਇੱਦਾਂ ਦੀ ਜਗ੍ਹਾ ਆ, ਠੀਕ ਹੈ, ਜਿਹੜੀ ਵੀ ਹੋਵੇ ਜਗ੍ਹਾ, ਹੁਣ ਕਿਸੇ ਵੀ ਧਰਮ ਦਾ ਸਥਾਨ ਹੋਵੇ ਜਿਹੜੇ ਮੁਲਕ ਦੇ ਵਿੱਚ ਆ, ਉਹ ਤੇ ਉਹ ਦੇਸ਼ ਦਾ ਕਾਨੂੰਨ ਜਿਹੜਾ ਲੈਂਡ ਦਾ, ਉਸ ਧਰਤੀ ਦਾ ਕਾਨੂੰਨ ਆ, ਉਹ ਲਾਗੂ ਹੋਣਾ, ਉਹ ਲਾਗੂ, ਠੀਕ ਹੈ। ਬੰਦਾ ਜਿੰਨਾ ਮਰਜ਼ੀ ਮਸ਼ਹੂਰ ਹੋਵੇ ਜਾਣੀ, ਕੋਈ ਕਿਸ ਦੇਸ਼ ਦਾ ਪ੍ਰਧਾਨ ਮੰਤਰੀ ਵੀ ਹੋਵੇ, ਠੀਕ ਹੈ, ਹੁਣ ਮੋਦੀ ਆ, ਮੋਦੀ ਇੰਡੀਆ ਦਾ ਪ੍ਰਧਾਨ ਮੰਤਰੀ ਆ, ਉਹ ਇੰਡੀਆ ਦੇ ਵਿੱਚ ਖੱਬੇ ਹੱਥ ਗੱਡੀ ਚਲਾਉਂਦਾ, ਠੀਕ ਹੈ। ਹੁਣ ਜੇ ਉਹ ਜਰਮਨੀ ਜਾਊਗਾ, ਯੂਰਪ ਜਾਊਗਾ, ਅਮਰੀਕਾ ਕੈਨੇਡਾ ਜਾਊਗਾ, ਕੀ ਉੱਥੇ ਜਾ ਕੇ ਕਹੂਗਾ ਵੀ ਮੈਂ ਤਾਂ ਦੇਸ਼ ਦਾ ਪ੍ਰਧਾਨ ਮੰਤਰੀ ਹਾਂ, ਮੈਂ ਤਾਂ ਇੰਪੋਰਟੈਂਟ ਬੰਦਾ ਆ, ਮੈਂ ਜਿੱਦਾਂ ਉੱਥੇ ਚਲਾਉਣਾ ਮੈਂ ਤਾਂ ਉੱਦਾਂ ਚਲਾਉਣੀ ਗੱਡੀ, ਇੱਦਾਂ ਚਲਾਊਗਾ ਨਹੀਂ। ਜਿਹੜਾ ਦੇਸ਼ ਦਾ ਕਾਨੂੰਨ ਆ ਉਹ ਲਾਗੂ ਉੱਤੇ ਸਾਰਿਆਂ ਨੂੰ, ਠੀਕ ਹੈ। ਇੱਦਾਂ ਜਿਹੜੀ ਕੋਈ ਬਿਲਡਿੰਗ ਆ ਉੱਤੇ ਸਥਾਨ ਆ, ਹੁਣ ਕੋਈ ਕੋਈ ਧਰਮ ਆ ਉਹ ਕਿਸੇ ਮੁਲਕ ਵਿੱਚ ਕਿਸੇ ਤਰ੍ਹਾਂ ਜੀਂਦਾ, ਠੀਕ ਆ, ਠੀਕ ਆ। ਹੁਣ ਜੇ ਜੇ ਇੰਡੀਆ ਦੇ ਵਿੱਚ ਆ, ਇੰਡੀਆ ਦੇ ਵਿੱਚ ਸਾਨੂੰ ਕਿਰਪਾਨ ਪਾਉਣ ਦੀ ਆਗਿਆ ਆ, ਉਹੀ ਧਾਰਮਿਕ ਬੰਦੇ ਜਦੋਂ ਜਹਾਜ਼ੇ ਚੜ੍ਹਨ ਲੱਗਦੇ ਆ, ਉਸ ਵੇਲੇ ਜਹਾਜ਼ ਦਾ ਕਾਨੂੰਨ, ਉਹ ਕਾਨੂੰਨ ਜਿਹੜਾ ਏਅਰਲਾਈਨ ਦਾ ਕਾਨੂੰਨ ਆ, ਉਹ ਲਾਗੂ ਹੁੰਦਾ, ਲਾਗੂ ਹੁੰਦਾ, ਠੀਕ ਆ। ਅੱਛਾ, ਹੁਣ ਜਦੋਂ ਹਾਂਗਕਾਂਗ ਚਲ ਜਾਂਦੇ ਅਸੀਂ, ਉੱਥੇ ਕਿਰਪਾਨ ਪਾਉਣ ਦੀ ਆਗਿਆ ਨਹੀਂ ਹੈਗੀ, ਉੱਥੇ ਅੰਮ੍ਰਿਤ ਛਕਾਇਆ ਜਾਂਦਾ ਗੁਰਦੁਆਰੇ ਦੇ ਅੰਦਰ, ਉੱਥੇ ਕਿਰਪਾਨ ਪਾ ਲਈ ਜਾਂਦੀ ਆ, ਉਹ ਤੋਂ ਬਾਅਦ ਬਾਹਰ ਨਹੀਂ ਤੁਸੀਂ ਪਾ ਸਕਦੇ। ਅੱਛਾ, ਪਤਾ ਹੈ, ਠੀਕ ਹੈ, ਆਲਰਾਈਟ। ਹਾਂਗਕਾਂਗ ਦੀ, ਥਾਈਲੈਂਡ ਦੀ, ਹਾਂਗਕਾਂਗ ਦੀ ਆ ਮੇਰੇ। ਅੱਛਾ, ਚਲੋ, ਵਨ ਆਫ ਦੋਜ਼ ਕੰਟਰੀ ਆ, ਉਹਨਾਂ ਦੋਹਾਂ ਚੋਂ ਇੱਕ ਆ, ਠੀਕ ਹੈ ਜੀ। ਤੇ ਉਹ ਹੁਣ ਸਾਰਿਆਂ ਨੂੰ ਪਤਾ ਆ, ਉੱਥੇ ਰਹਿੰਦੇ ਉਹ ਤੋਂ ਬਿਨਾਂ ਸਰਦਾ ਆ, ਹਨਾ। ਹੁਣ ਇੰਡੀਆ ਦੇ ਵਿੱਚ ਜਿਹੜਾ ਧਰਮ ਆ ਸਾਡਾ, ਜਦੋਂ ਸ਼ੁਰੂ ਹੋਇਆ ਉਦੋਂ ਦੇ ਕਾਨੂੰਨ ਹੋਰ ਸੀਗੇ, ਹੁਣ ਅੱਜ ਉੱਥੇ ਕਾਨੂੰਨ ਹੋ ਰਿਹਾ ਸੰਵਿਧਾਨ ਦੇ ਵਿੱਚ, ਹੁਣ ਉਹ ਕਾਨੂੰਨ ਲਾਗੂ ਹੁੰਦਾ। ਤੁਸੀਂ ਇਹ ਨਹੀਂ ਕਹਿ ਸਕਦੇ ਵੀ ਕਿਉਂਕਿ ਜਦੋਂ ਸਾਡਾ ਧਰਮ ਸ਼ੁਰੂ ਹੋਇਆ 400 ਸਾਲ ਪਹਿਲਾਂ, ਜਿਹੜਾ ਉਦੋਂ ਨਿਯਮ ਸੀਗੇ ਉਹੀ ਹੁਣ ਪਾਲਣੇ ਆ, ਅਸੀਂ ਇੱਦਾਂ ਨਹੀਂ ਕਹਿ ਸਕਦੇ। ਆਹੋ, ਠੀਕ ਹੈ, ਬਿਲਕੁਲ। ਸਿਧਾਂਤ ਤੁਹਾਡੇ ਕਦੋਂ ਬਣ ਗਿਆ ਇਹ? ਅਗਲੇ ਨੇ ਜੋ ਕਰਨਾ ਸੀ ਕਰ ਦਿੱਤਾ, ਹਨਾ, ਜਿਸ ਰਾਹੀਂ ਤੋਰਨਾ ਸੀ ਤੁਹਾਨੂੰ ਤੋਰ ਲਿਆ, ਤੇ ਕਰਦਿਆਂ ਕਰਦਿਆਂ ਨੇ ਪੀੜੀ ਦਰ ਪੀੜੀ ਤੁਸੀਂ ਇੰਨੀ ਛੇਤੀ ਜੋ ਉਹਨਾਂ ਦੇ ਸਿਧਾਂਤ ਸੀ ਉਹ ਆਪਣੇ ਗਲੇ ਚ ਪਾ ਲਿਆ। ਤੇ ਅਜੀਬ ਵੀ ਨਹੀਂ ਲੱਗ ਰਿਹਾ ਕਿਸੇ ਨੂੰ, ਜਦੋਂ ਏਡੀ ਸਟੇਟਮੈਂਟ ਦੇ ਰਿਹਾ ਬੰਦਾ, ਕਿਸੇ ਸਿੱਖ ਨੂੰ ਅਜੀਬ ਨਹੀਂ ਲੱਗ ਰਿਹਾ ਵੀ ਕੀ ਕਹਿ ਰਿਹਾ। ਤੁਸੀਂ ਦੱਸੋ, ਜੇ ਤੁਸੀਂ ਬਾਬਾ ਦੀਪ ਸਿੰਘ ਦੇ ਸਵਾਲ ਨਹੀਂ ਕਰੋਗੇ ਤੇ ਇਹ ਚੀਜ਼ਾਂ ਨੂੰ ਲੈ ਕੇ, ਫਿਰ ਤੁਸੀਂ ਆਪਣੇ ਆਪ ਨੂੰ ਜਸਟੀਫਾਈ ਕਿੱਦਾਂ ਕਰਨਾ? ਫਿਰ ਤਾਂ ਸਾਰਾ ਕੁਝ ਠੀਕ ਆ, ਜਿਹੜੀ ਧਿਰ ਉੱਥੇ ਬੈਠੀ ਆ, ਜਿਹੜੀ ਇੱਦਾਂ ਮਰਨਾ, ਜਿਹਨਾਂ ਨੂੰ ਕੰਮੇ ਨੀ ਹੋਰ ਕੋਈ ਹੈਗਾ, ਵੀ ਨਾਰੇ ਲਾਉਣੇ ਆ, ਜਕਾਰੇ ਛੱਡਣੇ ਆ, ਕਿਰਪਾਨਾਂ ਕੱਢਣੀਆਂ, ਠੀਕ ਹੈ, ਨਗਰ ਕੀਰਤਨ ਕੱਢਣੇ ਆ, ਤੁਸੀਂ ਕੀ ਸਿੱਖ ਇੱਦਾਂ ਜੀ ਲਓਗੇ? ਉਹਦੇ ਵਿੱਚੋਂ ਫਿਰ ਹੀ ਹੈ ਨਾ, ਸਿਆਣਾ ਬੰਦਾ ਛੱਡ ਕੇ ਕਾਮਰੇਡ ਬਣ ਗਿਆ, ਪਾਸੇ ਹੋ ਗਿਆ, ਠੀਕ ਹੈ, ਤੇ ਇਹੋ ਜਿਹੇ ਪਸ਼ੂ ਬਿਰਤੀ ਵਾਲੇ ਲੋਕ ਕਾਬਜ਼ ਹੋ ਕੇ ਬੈਠੇ, ਨਹੀਂ ਕਰਨਾ ਪੈਣਾ, ਬਿਲਕੁਲ। ਧਾਰਾ ਇੱਕ ਨਵੀਂ ਫਿਲਾਸਫੀ ਗੁਰੂ ਨਾਨਕ ਸਾਹਿਬ ਤੋਂ ਲੈ ਕੇ 10 ਗੁਰੂ ਸਾਹਿਬਾਨ ਨੇ ਦਿੱਤੀ, ਜਿਹੜੀ ਅੱਜ ਤੱਕ ਨਾ ਪਹਿਲਾਂ ਕਿਸੇ ਨੇ ਦਿੱਤੀ ਸੀ ਤੇ ਨਾ ਅੱਜ ਤੱਕ ਹੁਣ ਕਿਸੇ ਨੇ ਦੇਣ ਦਾ। ਜਾਣੀ ਇਹਨੂੰ ਪੰਜੋਲੀ ਨੂੰ ਪੁੱਛੇ ਵੀ ਉਹ 10 ਦੇ ਤਾਂ ਕਿਹੜੀ ਆ, ਆਹੋ, ਕਿ ਉਹ ਬਿਲਡਿੰਗਾਂ ਦੀ ਸੀ, ਆਹੋ,
ਹਨਾ ਤੁਸੀਂ ਏਦਾਂ ਗੱਲਾਂ ਕਰਕੇ ਸਾਰੀ ਜਾਂਦੇ ਬਸ ਬਸ ਦਸਾਂ ਪਾਤਸ਼ਾਹ ਨੇ ਇੱਕ ਨਵੀਂ ਫਲੋਪ ਕਿਹੜੀ ਸੀ ਉਹ ਪਿਨਾਇਓ ਕਰਿਓ ਇੱਥੇ ਏਦਾਂ ਵੀ ਏਦਾਂ ਗ੍ਰੰਥੀ ਚੁਣ ਲਿਓ ਇੱਕ ਸ਼੍ਰੋਮਣੀ ਕਮੇਟੀ ਬਣਾ ਲਿਓ ਹਨਾ ਟਕਸਾਲ ਗ੍ਰੰਥੀ ਤਿਆਰ ਕਰੀ ਜਾਊਗੀ ਸ਼੍ਰੋਮਣੀ ਕਮੇਟੀ ਉਹਨਾਂ ਨੂੰ ਇੰਪਲੋਈ ਕਰੀ ਜਾਊਗੀ ਪ੍ਰਚਾਰ ਕਰੀ ਜਾਊਗੇ ਲੋਕ ਪੈਸੇ ਮੱਥਾ ਟੇਕੀ ਜਾਊਗੇ ਆਹੋ ਇਹੀ ਹੋ ਯਤਨ ਕੀਤਾ ਗੁਰੂ ਸਾਹਿਬ ਜੀ ਨੇ ਮੀਰੀ ਤੇ ਪੀਰੀ ਦਾ ਸਿਧਾਂਤ ਦਿੱਤਾ ਧਰਮ ਦੀ ਸ਼ਤਾਬਿਆ ਰਾਜਨੀਤੀ ਨੂੰ ਮਤਲਬ ਤੁਰਨ ਦੀ ਪ੍ਰੇਰਨਾ ਦਿੱਤੀ ਸ੍ਰੀ ਅਕਾਲ ਤਖਤ ਸਾਹਿਬ ਖਾਲਸਾ ਪੰਥ ਆਹ ਵੀ ਗੱਲਾਂ ਨਾ ਫਿਲੋਸਫੀ ਦੀਆਂ ਫਿਲੋਸਫੀ ਤਾਂ ਇੰਨੀ ਝਾੜੀ ਜਾਂਦੀ ਸਾਡੇ ਧਰਮ ਦੇ ਵਿੱਚ ਕੋਈ ਅਰਥ ਨਹੀਂ ਇਹਦੇ ਇਹ ਗੱਲਾਂ ਦੇ ਠੀਕ ਹੈ ਫਿਲੋਸਫੀ ਤੇ ਜਿੰਨੀਆਂ ਕਿਤਾਬਾਂ ਸਾਡੀਆਂ ਲਿਖੀਆਂ ਗਈਆਂ ਸਾਰੀਆਂ ਇੱਦਾਂ ਫਿਲੋਸਫੀ ਤੇ ਲਿਖੀਆਂ ਗਈਆਂ ਉਹ ਨਾਂ ਰੱਖ ਲਿਆ ਵੀ ਜੀ ਪਹਿਲਾਂ ਦਇਆ ਆਈ ਆ ਫਿਰ ਧਰਮ ਆਇਆ ਆ ਫਿਰ ਸਾਹਿਬ ਆਇਆ ਫਿਰ ਹਿੰਮਤ ਆਈ ਆ ਫਿਰ ਮੋਹਕਮ ਆਇਆ ਠੀਕ ਹੈ ਫਿਰ ਗੁਰਬਾਣੀ ਦੇ ਵਿੱਚੋਂ ਸ਼ਬਦ ਲੈ ਲਿਆ ਆ ਵੀ ਧੌਲ ਧਰਮ ਦਇਆ ਕਾ ਪੂਤ ਸੰਤੋਖ ਥਾਪ ਰੱਖਿਆ ਜੀ ਨਸੂਤ ਹਨਾ ਵੀ ਧਰਮ ਤਾਂ ਆਊਗਾ ਜੇ ਪਹਿਲਾਂ ਦਇਆ ਹੋਊਗੀ ਗੁਰੂ ਸਾਹਿਬ ਨੇ ਆਵਾਜ਼ ਮਾਰੀ ਪਹਿਲਾਂ ਦਇਆ ਰਾਮ ਉੱਠ ਕੇ ਆਇਆ ਉਹ ਜਾਣੀ ਉਹ ਬੀਤ ਜਾਣ ਤੋਂ ਬਾਅਦ ਉਹਦੇ ਉੱਤੇ ਬੋਲ ਬੋਲ ਕੇ ਬੁਰਾ ਹਾਲ ਕੀਤਾ ਇੱਦਾਂ ਹੀ ਹੁਣ ਇਹ ਜਾਣੀ ਤੁਹਾਨੂੰ ਸਾਰਿਆਂ ਨੂੰ ਪਤਾ ਭਾਈ ਵੀ ਬਿਲਡਿੰਗ ਬਣ ਗਈ ਛੇਵੇਂ ਪਾਤਸ਼ਾਹ ਵੇਲੇ ਤਖ਼ਤ ਕਿੱਥੇ ਸੀਗਾ ਛੇਵੇਂ ਪਾਤਸ਼ਾਹ ਵੇਲੇ ਇੱਦਾਂ ਦੋ ਨਿਸ਼ਾਨ ਸਾਹਿਬ ਕਿੱਥੇ ਸੀਗੇ ਇੱਦਾਂ ਦੀ ਬਿਲਡਿੰਗ ਗੁਰਦੁਆਰਾ ਥੋੜੋ ਸੀਗਾ ਉੱਥੇ ਪਤਾ ਇਹਨਾਂ ਸਾਰਿਆਂ ਨੂੰ ਹੁਣ ਉਹ ਨਿਸ਼ਾਨ ਸਾਹਿਬ ਦੋ ਲਾਏ ਹੋਏ ਉਹਨਾਂ ਨੂੰ ਬੰਨਣ ਦੇ ਲਈ ਉੱਥੇ ਮੇਰੇ ਖਿਆਲ ਤਾਰਾਂ ਲੱਗੀਆਂ ਉਹਨੂੰ ਕ੍ਰੋਸ ਦਾ ਨਿਸ਼ਾਨ ਕਹੀ ਜਾਂਦੇ ਆ ਵੀ ਕੁੱਦਾ ਹੱਦ ਹੋ ਗਈ ਯਾਰ ਨਾ ਪਤਾ ਤੈਨੂੰ ਝੁਡੂਆ ਜਿਹਾ ਨਾ ਵਾਸਤਾ ਤੂੰ ਵੋਟਾਂ ਲੋਕਾਂ ਦੀਆਂ ਲੈ ਲੂ ਕੇ ਕਰ ਗਿਆ ਏਦਾਂ ਮਾੜਾ ਮੋਟਾ ਠੀਕ ਹੈ ਬੋਲਣ ਨੂੰ ਏਦਾਂ ਲੜਨੇ ਨੂੰ ਤਕੜੇ ਸੀਗੇ ਬੰਦੇ ਆਪਣਾ ਰੈਪੂਟੇਸ਼ਨ ਬਣਾਇਆ ਸੀਗਾ ਹੁਣ ਤੂੰ ਲੱਗਾ ਬੋਲਣ ਇਹਦੇ ਉੱਤੇ ਇੱਥੇ ਹੁਣ ਤਾਂ ਅੱਜ ਦੇ ਸਮੇਂ 'ਚ ਤਾਂ ਤਕੜੇ ਤਕੜੇ ਜਿਹੜੇ ਵਿਦਵਾਨ ਆ ਉਹ ਫੇਲ ਹੋਊਗਾ ਚੁੱਪ ਕਰਕੇ ਬਹਿ ਗਿਆ ਪਰ ਤੁਸੀਂ ਉਹ ਬੰਦਾ ਮੋਹਰਿਓ ਹੁਣ ਜਾਣੀ ਉਹ ਜਦੋਂ ਤੁਸੀਂ ਉਹਦੇ ਸਵਾਲ ਸੁਣਨੇ ਆ ਸ਼ਕਤੀ ਦਾ ਪ੍ਰਤੀਕ ਹੈ ਸ੍ਰੀ ਹਰਿਮੰਦਰ ਸਾਹਿਬ ਖਾਲਸਾ ਪੰਥ ਦੀ ਰੂਹਾਨੀਅਤ ਦਾ ਪ੍ਰਤੀਕ ਹੈ ਔਰ ਪੂਰੀ ਮਨੁੱਖਤਾ ਨੂੰ ਸਾਂਝੀ ਬਾਲਤਾ ਦਾ ਸੰਦੇਸ਼ ਦੇਣਾ ਚਾਹੁੰਦਾ ਹੈ ਦਿੱਲੀ ਦਾ ਤਖ਼ਤ ਜਿਹੜਾ ਹੈ ਭਾਵੇਂ ਉਹ ਮੁਗਲਾਂ ਦਾ ਸੀ ਭਾਵੇਂ ਉਹ ਅੰਗਰੇਜ਼ਾਂ ਦਾ ਸੀ ਅਤੇ ਭਾਵੇਂ ਉਹ ਅੱਜ ਦੀ ਦਿੱਲੀ ਹੈ ਉਸ ਦਿੱਲੀ ਦੇ ਤਖ਼ਤ 'ਤੇ ਕੋਈ ਵੀ ਬੈਠਾ ਹੈ ਉਹ ਇਹ ਗੱਲ ਕਦਾ ਚਿੱਤ ਵੀ ਬਰਦਾਸ਼ਤ ਕਰਨ ਲਈ ਤਿਆਰ ਨਹੀਂ ਹੈ ਕਿ ਕੋਈ ਹਰਿਮੰਦਰ ਤੋਂ ਰੋਸ਼ਨੀ ਲੈ ਕੇ ਅਕਾਲ ਤਖ਼ਤ ਸਾਹਿਬ ਦੇ ਉੱਤੇ ਰਾਜਨੀਤੀ ਕਰਨ ਦਾ ਯਤਨ ਕਰੇ ਜਾਣੀ ਇਹ ਗੱਲ ਕਿੱਥੇ ਕਿਸ ਕਿਹੜੀ ਗੱਲ ਨੂੰ ਆਧਾਰ ਬਣਾ ਕੇ ਤੁਸੀਂ ਕਹਿ ਰਹੇ ਹੋ ਆਹੋ ਜੇ ਇਹਦੀ ਇਸ ਗੱਲ ਦੀ ਪ੍ਰੈਕਟੀਕੈਲਿਟੀ ਦੱਸਣੀ ਹੋਵੇ ਕਿੱਦਾਂ ਦੱਸੇ ਪਿਛੋਕੜ ਦੱਸਤਾ ਦਿਓ ਤੁਸੀਂ ਤੁਹਾਨੂੰ ਬੇਵਕੂਫ ਬਣਾ ਗਿਆ ਹਰ ਗੱਲ ਦੇ ਵਿੱਚ ਗੁਰਦੁਆਰਾ ਸੁਧਾਰ ਲਹਿਰ ਚ ਲਿਜਾ ਕੇ ਤੁਹਾਨੂੰ ਜਿਹੜਾ ਉਹਨਾਂ ਨੂੰ ਕੱਲੇ ਕੱਲੇ ਗੁਰਦੁਆਰੇ ਚ ਮਹੰਤ ਬਿਠਾਉਣਾ ਪੈ ਰਿਹਾ ਸੀ ਸਰਬਰਾ ਬਣਾ ਕੇ ਕਾਬੂ ਕਰਨ ਲਈ ਤੁਹਾਨੂੰ ਕਿੰਨੇ ਬੰਦੇ ਨਿਗਰਾਨੀ ਕਰਨੀ ਪੈ ਰਹੀ ਸੀ ਠੀਕ ਹੈ ਉਹਨੇ ਸਾਰਿਆਂ ਦਾ ਇੱਕ ਸੰਵਿਧਾਨ ਬਣਾ ਕੇ ਤੁਹਾਡੇ ਗੱਲ ਚ ਪਾ ਦਿੱਤਾ ਪਟਾ ਚਲੋ ਚੁਣਿਓ ਤੁਸੀਂ ਸਾਰਾ ਕੁਝ ਤੁਸੀਂ ਕਰਿਓ ਸੰਭਾਲ ਤੁਸੀਂ ਕਰੋ ਗੁਰ ਉਹਦੀ ਹਨਾ ਮੁੜ ਕੇ ਅਗਲੇ ਜਦੋਂ ਮਰਜ਼ੀ ਕਾਨੂੰਨ ਦਾ ਇੱਦਾਂ ਡੰਡਾ ਠੋਕ ਕੇ ਤੁਹਾਡੇ ਤੇ ਕਰ ਦੋਗੇ ਵੀ ਭਾਈ ਜੇ ਏਦਾਂ ਕਰਨੀ ਆ ਤਾਂ ਰਹਿਣਾ ਇਹ ਨਹੀਂ ਤਾਂ ਚੱਲ ਬਾਹਰ ਖਤਮ ਕਿਹੜੀ ਰਾਜਨੀਤੀ ਉੱਥੋਂ ਹੋਈ ਆ ਕਿਹੜਾ ਲੀਡਰ ਕਿਸੇ ਲੀਡਰ ਦਾ ਨਾਂ ਤਾਂ ਲਾਓ ਫਿਰ ਦਰਬਾਰ ਸਾਹਿਬ ਤੋਂ ਰੋਸ਼ਨੀ ਉਹਦੀ ਰੂਹਾਨੀਅਤ ਤੋਂ ਰੋਸ਼ਨੀ ਲੈ ਕੇ ਆਹ ਬੰਦਾ ਖੜਾ ਹੋਇਆ ਸੀ ਉਹਦੀ ਕੋਈ ਦੱਸੋ ਪ੍ਰਾਪਤੀ ਕਿਸੇ ਦੀ 47 ਤੋਂ ਲੈ ਕੇ ਹੁਣ ਤੱਕ ਅਸੀਂ ਰੌਲਾ ਪਾਈ ਜਾਂਦੇ ਸਾਡੇ ਕੋਲ ਦੋ ਬੰਦੇ ਖੜੇ ਨਹੀਂ ਕਰ ਹੋਏ ਜਿਹੜੇ ਪਾਰਲੀਮੈਂਟ ਚ ਅੰਤਰਰਾਸ਼ਟਰੀ ਤੌਰ ਤੇ ਜਗ੍ਹਾ ਤੇ ਖੜ ਕੇ ਕਿਸੇ ਪਲੇਟਫਾਰਮ ਤੇ ਖੜ ਕੇ ਗੱਲ ਕਰ ਸਕਣ ਨਹੀਂ ਨਹੀਂ ਹੋਏ ਬਸ ਉਹ ਤੁਹਾਡੇ ਜੋ ਹੋਇਆ ਭਿੰਡਰਾਲੀ ਨੂੰ ਸਥਾਪਿਤ ਕਰਨ ਤੇ ਸਾਰਾ ਜ਼ੋਰ ਲੱਗਾ ਜਿੰਨੇ ਵਿਦਵਾਨ ਆ ਸਾਰਿਆਂ ਦਾ ਜ਼ੋਰ ਉਹ ਤੇ ਲੱਗਾ ਆ ਠੀਕ ਹੈ ਹਰਿਮੰਦਰ ਤੇ ਅਕਾਲ ਤਖ਼ਤ ਦੇ ਦਰਬਾਰ ਸਾਹਿਬ ਦੇ ਵਿਚਕਾਰ ਇੱਕ ਦੀਵਾਰ ਕੱਢਣੀ ਚਾਹੁੰਦਾ ਕਿ ਧਰਮ ਵੱਖਰਾ ਹੋਵੇ ਰਾਜਨੀਤੀ ਵੱਖਰੀ ਹੋਵੇ ਉਹ ਇਸ ਸਿਧਾਂਤ ਨੂੰ ਸਮਝਣ ਦਾ ਯਤਨ ਨਹੀਂ ਕਰਦੇ ਕਿ ਜਿਹੜੇ ਦੋ ਨੇ ਵੀ ਇਹ ਬਹੁਤ ਵੱਡਾ ਧੋਖਾ ਸਾਡੇ ਨਾਲ ਕੀਤਾ ਜਾ ਰਿਹਾ ਹੈ ਵੀ ਧਰਮ ਜੀ ਰਾਜਨੀਤੀ ਧਰਮ ਦੇ ਅੰਡਰ ਆ ਧਰਮ ਤੇ ਰਾਜਨੀਤੀ ਇਕੱਠੇ ਆ ਇਹ ਇਕੱਲੇ ਇਕੱਲੇ ਕਿੱਥੇ ਯਾਰ ਤੁਸੀਂ ਕਿਸੇ ਦੁਨੀਆਂ ਦੇ ਕਿਸੇ ਬੰਦੇ ਨੂੰ ਦੇਖ ਲਓ ਜਾਣੀ ਹਨਾ ਕੋਈ ਬੰਦਾ ਕਹੇ ਵੀ ਮੈਂ ਦੇਖੋ ਜੀ ਵੀ ਮੈਂ ਹੁਣ ਪਹਿਲਾਂ ਇਕੱਲਾ ਹੁੰਦਾ ਸੀ ਵਿਆਹ ਹੋ ਗਿਆ ਮੇਰਾ ਹੁਣ ਮੈਂ ਪਤੀ ਹਾਂ ਮੈਂ ਤੇ ਨਾਲ ਮੈਂ ਟੈਕਸੀ ਚਲਾਉਣਾ ਆ ਹਨਾ ਵੀ ਮੇਰਾ ਪਤੀ ਹੋਣਾ ਤੇ ਡਰਾਈਵਰ ਹੋਣਾ ਮੈਂ ਹੁਣ ਮੈਂ ਟੈਕਸੀ ਚਲਾਉਣਾ ਆ ਨਾਲ ਮੈਂ ਗੁਰਦੁਆਰੇ ਦਾ ਪ੍ਰਧਾਨ ਆ ਠੀਕ ਹੈ ਹੁਣ ਜਿਹੜਾ ਗੁਰਦੁਆਰੇ ਦੀ ਪ੍ਰਧਾਨਗੀ ਆ ਮੇਰੀ ਜਿਹੜਾ ਉਹ ਮੇਰਾ ਕਾਰਜ ਆ ਉਹਦੇ ਅੰਡਰ ਆ ਟੈਕਸੀ ਡਰਾਈਵਰ ਮੈਂ ਜਾਣਾ ਕੋਈ ਸੈਂਸ ਬਣਦੀ ਆ ਉਹ ਇੱਕ ਵੱਖਰਾ ਉੱਥੇ ਵੱਖਰੇ ਫੇਜ਼ ਵਿੱਚ ਜਾ ਕੇ ਜ਼ਿੰਮੇਵਾਰੀ ਨਿਭਾ ਰਹੇ ਤੁਸੀਂ ਉੱਥੇ ਇੱਕ ਐਟ ਏ ਟਾਈਮ ਬੰਦਾ ਕਿੰਨਾ ਕੁਛ ਹੁੰਦਾ ਆ ਉਹ ਬਾਪ ਵੀ ਆ ਉਹ ਪਤੀ ਵੀ ਆ ਉਹ ਭਰਾ ਵੀ ਆ ਠੀਕ ਆ
ਉਹ ਕਿਸੇ ਕਮੇਟੀ ਦੇ ਵਿੱਚ ਮੈਂਬਰ ਵੀ ਆ, ਉਹ ਟੈਕਸੀ ਡਰਾਈਵਰ ਵੀ ਆ, ਉਹ ਦੇਸ਼ ਦਾ ਵਲੰਟੀਅਰ ਵੀ ਆ, ਠੀਕ ਹੈ, ਇਹ ਐਟ ਏ ਟਾਈਮ ਸਾਰਾ ਕੁਛ ਕਰ ਰਿਹਾ ਉਹ। ਹੁਣ ਇੱਕ ਬੰਦਾ ਡਾਕਟਰ ਵੀ ਆ, ਉਹ ਆ ਕੇ ਗੁਰਦੁਆਰੇ ਦੀ ਕਮੇਟੀ ਦੇ ਵਿੱਚ ਵੀ ਕਰ ਰਿਹਾ ਹੈ ਕੰਮ, ਠੀਕ ਹੈ। ਹਾਂ, ਉਹ ਜਿਹੜੇ ਜਿਹੜਾ ਧਰਮ ਦਾ ਕਾਰਜ ਸੀ ਨਾ ਜਿਹੜਾ, ਉਹ ਤਾਂ ਉਨਾ ਚਿਰ ਸੀ ਅਸਲ ਦੇ ਵਿੱਚ, ਜਿੰਨਾ ਚਿਰ ਸਟੇਟ ਨਹੀਂ ਸੀ, ਜਿੰਨਾ ਚਿਰ ਡੈਮੋਕ੍ਰੇਸੀ ਨਹੀਂ ਸੀ, ਠੀਕ, ਜਿੰਨਾ ਚਿਰ ਡਿਕਟੇਟਰਸ਼ਿਪ ਸੀ, ਉਨਾ ਚਿਰ ਧਰਮ ਦਾ ਕੰਮ ਸੀ। ਓਕੇ, ਜਦੋਂ ਬੰਦੇ ਦੇ ਨਾਲ ਵਿਸ਼ੀ ਪਸ਼ੂਆਂ ਵਾਲਾ ਸਲੂਕ ਕੀਤਾ ਜਾਂਦਾ ਸੀ, ਠੀਕ ਹੈ, ਉਦੋਂ ਉਹਨੂੰ ਸਲੀਕਾ ਸਿਖਾਉਣ ਲਈ ਧਰਮ ਦੀ ਜਿਹੜੀ ਆਪਣੀ ਅਹਿਮੀਅਤ ਸੀ, ਅਮੋਰੈਲਿਟੀ ਦੀ ਇੱਕ ਮੰਗ ਧਰਮ ਤੋਂ ਸੀਗੀ, ਠੀਕ ਹੈ। ਹੁਣ ਪਤਾ ਨੀ ਉਹਨਾਂ ਲੋਕਾਂ ਨੇ ਜਾਣੀ ਡਰ ਪਾਉਣ ਲਈ ਕਹਿ ਲਓ, ਹਨਾ, ਉਹਨਾਂ ਨੂੰ ਮਨਾਉਣ ਲਈ ਕਹਿ ਲਓ, ਗਾਹਾਂ ਬੇਈਮਾਨਾਂ ਨੇ ਆਪਣੀਆਂ ਦੁਕਾਨਾਂ ਚਲਾਉਣ ਲਈ ਉਹ ਰੱਬ ਘੜ ਲਿਆ, ਹਨਾ, ਰੱਬ ਦੇ ਘਰ ਘੜ ਲਏ, ਅਸਥਾਨ ਘੜ ਲਏ, ਉਹਦੇ ਉਹਦੇ ਨਾਂ ਰੱਖ ਲਏ, ਉਹਦੀਆਂ ਮੂਰਤੀਆਂ ਬਣਾ ਲਈਆਂ, ਉਹਦੀ ਪੂਜਾ ਸ਼ੁਰੂ ਕਰਾ ਲਈ, ਠੀਕ ਹੈ। ਨਹੀਂ ਤਾਂ ਜਦੋਂ ਜਦੋਂ ਉਹਦੇ ਉਹਦੇ ਕੁੱਲ ਮਿਲਾ ਕੇ ਜੇ ਤੁਸੀਂ ਅਰਥ ਲੱਭਣੇ ਆ ਤੇ ਸਿਰਫ ਇੰਨੇ ਸੀ ਉਹਦੇ, ਨੈਤਿਕਤਾ ਜਿਹੜੀ ਆ, ਜਿਹੜੀ ਜਿਹੜੀ ਆਪਣੇ ਜਿਹੜੇ ਛੋਟੇ ਛੋਟੇ ਜਿਹੜੀਆਂ ਘੱਟ ਗਿਣਤੀਆਂ ਸੀ, ਕਿਉਂਕਿ ਜਿਹਨਾਂ ਕੋਲ ਦੇਸ਼ ਸੀਗੇ ਆਪਣੇ, ਉਹਨਾਂ ਨੂੰ ਤਾਂ ਲੋੜ ਪਈ ਇਸ ਕਰਕੇ ਆ ਪਜਾਰੀਆਂ ਨੇ ਜਿਹੜੇ ਆਮ ਲੋਕਾਂ ਨੂੰ ਕਾਬੂ ਕਰਨ ਲਈ, ਨਹੀਂ ਘੱਟ ਗਿਣਤੀਆਂ ਜਿਹੜੀਆਂ ਆ ਉਹਨਾਂ ਕੋਲ ਸਾਧਨ ਕੋਈ ਨੀ ਸੀਗਾ, ਉਹਨੇ ਆਪਣੇ ਆਪ ਨੂੰ ਆਪਣੇ ਲੋਕਾਂ ਨੂੰ ਆਪਣੇ ਕਬੀਲਿਆਂ ਨੂੰ ਐਜੂਕੇਟ ਕਰਨ ਲਈ ਏਦਾਂ ਦਾ ਜੋ ਵੀ ਬਣਾ ਲਿਆ ਜਾਣੀ, ਉਹ ਹੌਲੀ ਹੌਲੀ ਧਰਮ ਦਾ ਨਾਂ ਲੈ ਕੇ ਬਹਿ ਗਿਆ, ਵੱਖਰੇ ਵੱਖਰੇ ਬਹਿ ਗਏ ਉਹ, ਠੀਕ ਹੈ। ਹੁਣ ਜਦੋਂ ਜਦੋਂ ਹੁਣ ਅੱਜ ਦੇ ਸਮੇਂ ਚ ਸਾਰਾ ਕੰਮ ਜਿਹੜਾ ਹੈ ਡੈਮੋਕ੍ਰੇਸੀ ਵਿੱਚ ਸਟੇਟ ਕਰ ਰਹੀ ਹੈ, ਬਿਲਕੁਲ, ਤੁਸੀਂ ਦੱਸੋ ਕਿਹੜੀ ਲੋੜ ਹੈ, ਕਿਹੜੀ ਕਿਹੜੀ ਰੂਹਾਨੀਅਤ, ਕਿਹੜੀ ਚੀਜ਼ ਦੀ। ਜਦੋਂ ਤੁਸੀਂ ਰੂਹਾਨੀਅਤ ਦੀ ਗੱਲ ਕਰਦੇ ਆ ਨਾ, ਜਦੋਂ ਧਰਮ ਦੀ ਗੱਲ ਕਰਦੇ ਆ, ਉਦੋਂ ਉਦੋਂ ਭਰਮ ਆ ਜਿਹੜੇ, ਪਰੰਪਰਾ ਆ ਜਿਹੜੀ, ਠੀਕ ਹੈ, ਬਕਵਾਸ ਆ, ਝੂਠ ਆ, ਡਰਾਮਾ ਆ, ਫਰੇਵ ਆ, ਕਰਮ ਕਾਂਡ ਆ, ਉਹ ਆਉਂਦਾ, ਉਹ ਪਾਲੇ ਜਾ ਰਿਹਾ, ਬਿਲਕੁਲ। ਨਹੀਂ ਤਾਂ ਦੱਸੋ ਧਰਮ ਦਾ ਕੀ ਰੋਲ ਆ ਅੱਜ, ਰੱਬ ਦਾ ਕੀ ਰੋਲ ਆ ਅੱਜ, ਕੋਈ ਸੈਂਸ ਨਹੀਂ ਬਣਦੀ, ਠੀਕ ਹੈ। ਹੁਣ ਗੁਰੂ ਗ੍ਰੰਥ ਸਾਹਿਬ ਵਰਗਾ ਗ੍ਰੰਥ ਆ ਜਿਹੜਾ, ਜਿਹੜਾ ਸਭ ਤੋਂ ਨਵੀਨ ਧਰਮ ਦਾ ਗ੍ਰੰਥ ਕਿਹਾ ਜਾਂਦਾ ਆ, ਉਹਨੂੰ ਉਹਦਾ ਵੀ ਅਧਿਐਨ ਕਰਦੇ ਆ ਨਾ, ਜੇ ਤੁਸੀਂ ਜੇ ਤੁਸੀਂ ਉਹਨੂੰ ਇਸ ਨਜ਼ਰੀਏ ਨਾਲ ਨਹੀਂ ਦੇਖਿਆ ਵੀ ਇੱਕ ਸਮਾਂ ਸੀ ਜਦੋਂ ਗੁਰੂ ਸਾਹਿਬ ਹੋਏ ਆ, ਉਦੋਂ ਜਿਹੜੀਆਂ ਬਹੁਤ ਅਹਿਮ ਗੱਲਾਂ ਸੀ ਉਹ ਨੋਟ ਕੀਤੀਆਂ ਗਈਆਂ ਇਹਦੇ ਵਿੱਚ, ਜੇ ਇਸ ਨਜ਼ਰੀਏ ਨਾਲ ਨਹੀਂ ਦੇਖਿਆ ਤੁਸੀਂ, ਤਾਂ ਤੁਸੀਂ ਸਟੇਟ ਦੇ ਬਰਾਬਰ ਨੂੰ ਰੱਖ ਕੇ ਦਿਖਾ ਲਓ, ਨਹੀਂ ਜਿਹੜੀਆਂ ਤੁਸੀਂ ਗੱਲਾਂ ਬਹੁਤ ਵਧੀਆ ਵਧੀਆ ਗੱਲਾਂ ਕਹਿੰਦੇ ਆ, ਉਹ ਡੈਮੋਕ੍ਰੇਸੀ ਵਿੱਚ ਜਾਣੀ 4-5 ਸਾਲ ਦੀ ਉਮਰ ਤੋਂ, ਈਵਨ 2.5-3 ਸਾਲ ਦੀ ਉਮਰ ਤੋਂ ਬੱਚੇ ਨੂੰ ਪ੍ਰੈਕਟੀਕਲੀ ਸਿਖਾਈਆਂ ਕਿੱਦਾਂ ਜਾਣਗੀਆਂ। ਤੁਸੀਂ ਮਿਲਵਰਤਨ ਦੀ ਗੱਲ ਕਰਦੇ ਆ, ਉਹ ਪ੍ਰੈਕਟੀਕਲੀ ਸਿਖਾਉਂਦੇ ਆ ਵੀ ਕੋਪਰੇਟ ਕਿੱਦਾਂ ਕਰਨਾ ਇੱਕ ਦੂਜੇ ਨਾਲ, ਸ਼ੇਅਰਿੰਗ ਸ਼ੇਅਰਿੰਗ ਨੂੰ ਕੇਅਰਿੰਗ ਕਿੱਦਾਂ ਰੱਖਣਾ ਆ, ਠੀਕ ਹੈ। ਤੁਸੀਂ ਤੁਸੀਂ ਬਰਾਬਰੀ ਦੀ ਗੱਲ ਕਰਦੇ ਆ ਵੀ ਸਰੋਵਰ ਸੀਗੇ ਜੀ, ਲੰਗਰ ਸੀਗੇ, ਹਨਾ, ਇਹਨਾਂ ਸਕੂਲਾਂ ਚ ਕਿੱਥੇ ਭੇਦਭਾਵ ਬੱਚੇ ਨਾ ਹੋਣ ਦਿੰਦੇ, ਕਿਸੇ ਨਾਲ ਸਵਾਲ ਹੀ ਨੀ ਪੈਦਾ ਹੁੰਦਾ, ਕਿਸੇ ਕਿਸੇ ਨੂੰ ਅੰਗਰੇਜ਼ੀ ਇੰਗਲਿਸ਼ ਨਹੀਂ ਆਉਂਦੀ, ਕੋਈ ਨਲਾਇਕ ਆ, ਕੋਈ ਅਪੰਗ ਆ, ਕੋਈ ਬਿਮਾਰ ਆ, ਉਹਨੂੰ ਫੀਲ ਵੀ ਨੀ ਹੋਣ ਦਿੰਦੇ ਉਹਨੂੰ ਜਾਣ ਦਾ, ਠੀਕ ਹੈ। ਹੁਣ ਕਈ ਬੱਚਿਆਂ ਨੂੰ ਇੱਦਾਂ ਬਿਮਾਰੀਆਂ ਇੱਦਾਂ ਦੀਆਂ ਹੁੰਦੀਆਂ ਵੀ ਐਸਵੇਂ ਦੀ ਆ, ਚਾਹੇ ਉਹਨੂੰ ਕੋਈ ਦੌਰਾ ਪੈਂਦਾ ਆ, ਕੁਛ ਆ, ਉਹ ਜਦੋਂ ਕੈਂਪਾਂ ਤੇ ਲੈ ਕੇ ਜਾਂਦੇ ਕਰਦੇ, ਉਹਨੂੰ ਇੱਦਾਂ ਨੀ ਅਹਿਸਾਸ ਹੋਣ ਦਿੰਦੇ ਵੀ ਤੇਰੇ ਨਾਲ ਕੋਈ ਐਕਸਟਰਾ ਪੇਰੈਂਟਸ ਜਾਊਗਾ, ਵੀ ਤੇਰੇ ਤੈਨੂੰ ਇੱਦਾਂ ਸਪੈਸ਼ਲ ਰੱਖੀਏ ਅਸੀਂ, ਨਹੀਂ ਫੀਲ ਨੀ ਹੋਣ ਦਿੰਦੇ, ਇਨਫੀਰੀਅਰਟੀ ਨੀ ਮਹਿਸੂਸ ਹੋਣ ਦਿੰਦੇ, ਉਹ ਤੇ ਕੋਈ ਇੱਦਾਂ ਦੀ ਰਿਸਟ੍ਰਿਕਸ਼ਨ ਨੀ ਲਾਉਂਦੇ ਵੀ ਤੈਨੂੰ ਵੱਖਰਾ ਨਾ ਜਾਈ, ਤੂੰ ਇਕੱਲਾ ਨਾ ਹੋਈ, ਤੂੰ ਖੇਡ ਨਾ ਜਾਈ, ਸਾਨੂੰ ਦੇਖਣਾ ਔਖਾ ਆ ਸਾਨੂੰ, ਉਹ ਜ਼ਿੰਮੇਵਾਰੀ ਆਪ ਲੈਂਦੇ ਆ, ਆਪਣੀ ਉਹਨਾਂ ਦੇ ਦਿਮਾਗ ਵਿੱਚ ਹੁੰਦਾ ਆ ਇਹਦਾ ਖਿਆਲ ਰੱਖਣਾ ਆ, ਪਰ ਇੱਦਾਂ ਨੀ ਹੋਣ ਦਿੰਦੇ ਵੀ ਉਹ ਤੇ ਦਬਾਅ ਪਾਉਣ, ਬੱਚੇ ਨੂੰ ਅਹਿਸਾਸ ਨਾ ਹੋਵੇ, ਅਸਾ ਤੂੰ ਬ੍ਰੇਕ ਟਾਈਮ ਇੱਦਾਂ ਦੂਰ ਨਾ ਜਾਇਆ ਕਰ, ਉੱਥੇ ਡਿੱਗ ਪਿਆ ਤਾਂ ਅਸੀਂ ਕਿੱਥੋਂ ਚੱਕ ਲਿਆਵਾਂਗੇ, ਨਾ ਕਿ ਤੁਸੀਂ ਹੋਰ ਮਤਲਬ ਕੀ ਆ ਤੁਹਾਡੇ ਕੋਲ, ਇੱਦਾਂ ਤੁਸੀਂ ਯੋਧਿਆਂ ਦੀ ਗੱਲ ਕਰਦੇ ਆ, ਅੱਜ ਅਗਲਿਆਂ ਨੇ ਯਾਰ ਇੱਦਾਂ ਦੀਆਂ ਮਿਜ਼ਾਇਲਾਂ, ਇੱਦਾਂ ਦੇ ਹਥਿਆਰ, ਹੁਣ ਤੁਸੀਂ ਕਿਤੇ ਉਹ ਤੁਸੀਂ ਨੈੱਟ ਤੇ ਪਾ ਕੇ ਦੇਖੋ ਵੀ ਮਿਜ਼ਾਇਲ ਜਿਹੜੀ ਆ ਉਹਦਾ ਉਹਦੀ ਨੇਚਰ ਕੀ ਆ, ਤੇ ਜਿਹੜੇ ਮਿਜ਼ਾਇਲ ਨੂੰ ਡਿਫਿਊਜ਼ ਕਰਨ ਵਾਲੇ ਯੰਤਰ ਬਣਾਏ ਆ ਉਹਨਾਂ ਦੀ ਨੇਚਰ ਕੀ ਆ, ਕੀਮਤ ਕਿੰਨੀ ਆ ਉਹਨਾਂ ਦੀ, ਜਾਣੀ ਅਰਬਾਂ ਡਾਲਰਾਂ ਚ ਕੀਮਤ ਆ, ਠੀਕ ਹੈ। ਇੱਕ ਇੱਕ ਯੰਤਰ ਇੱਦਾਂ ਦਾ ਆਇਆ ਜਿਹੜਾ ਇੰਡੀਆ ਵਰਗੇ ਕੰਟਰੀ ਦੇ ਵਿੱਚ ਜਾਣੀ 3-4 ਯੰਤਰ ਹੋਣ ਉਹ ਤੇ ਸਾਰੇ ਇੰਡੀਆ ਨੂੰ ਕਵਰ ਕਰ ਸਕਦੇ, ਬਿਲਕੁਲ। ਸਪੀਡ ਉਹਨਾਂ ਦੀ ਕਿੰਨੀ ਆ, ਕਿੱਥੇ ਜਾ ਕੇ ਜਾਣੀ 400-400 ਮੀਲ, 600-600, 800-800 ਮੀਲ ਦੀ ਰੇਂਜ ਉਹਨਾਂ ਦੀ, ਉੱਥੇ ਜਾ ਕੇ ਮਿਜ਼ਾਇਲ ਨੂੰ ਡਿਫਿਊਜ਼ ਕਰ ਦਿੰਦੇ ਆ। ਤੁਸੀਂ ਗੱਤਕਾ ਸਿਖਾ ਕੇ ਕਹੀ ਜਾਂਦੇ ਗੁਰੂ ਸਾਹਿਬ ਸਾਨੂੰ ਹਥਿਆਰ ਦੇ ਗਏ,
6 ਇੰਚ ਦੀ ਕਿਰਪਾਨ ਪਾ ਕੇ ਕਹਿੰਦੇ ਗੁਰੂ ਸਾਹਿਬ ਸਾਨੂੰ ਅਧਿਕਾਰ ਦੇ ਗਿਆ, ਗੁਰੂ ਸਾਹਿਬ ਸਾਨੂੰ ਅਧਿਕਾਰ ਦੇ ਗਿਆ। ਜਾਂ ਤਾਂ ਤੁਹਾਡੀਆਂ 5-7, 50-40 ਕਿਤੇ ਫੈਕਟਰੀਆਂ ਚੱਲਦੀਆਂ ਹੁੰਦੀਆਂ ਦੁਨੀਆਂ ਦੇ ਵਿੱਚ, ਜਿਹੜੇ ਵਧੀਆ ਹਥਿਆਰ ਆ, ਆਧੁਨਿਕ ਹਥਿਆਰ ਆ, ਉਹਦੀ ਖੋਜ ਸਿੱਖ ਕਰਦੇ ਹੁੰਦੇ। ਆਹੋ, ਫਿਰ ਤੁਸੀਂ ਕਹਿੰਦੇ ਵੀ ਸਾਨੂੰ ਗੁਰੂ ਸਾਹਿਬ ਅਧਿਕਾਰ ਦੇ ਕੇ ਗਏ। ਬਿਲਕੁਲ ਠੀਕ ਹੈ, ਉਹ ਜਾਣੀ ਪਸ਼ੂ ਪੁਣਾ ਜਿਹੜਾ ਸਾਡੇ ਚੋਂ ਪਤਾ ਨੀ ਕਦੋਂ ਨਿਕਲੂਗਾ। ਅਕਾਲ ਤਖ਼ਤ ਸਾਹਿਬ ਦੇ ਕੋਲ ਲੱਗੇ ਹੋਏ ਨੇ, ਹਰਿਮੰਦਰ ਸਾਹਿਬ ਵਾਲਾ ਨਿਸ਼ਾਨ ਸਾਹਿਬ 1.5 ਫੁੱਟ ਉੱਚਾ, ਅਕਾਲ ਤਖ਼ਤ ਵਾਲਾ ਉਹਦੇ ਵਿੱਚ ਕ੍ਰੋਸ ਪਾਇਆ ਹੋਇਆ, ਗੁਰੂ ਸਾਹਿਬ ਨੇ ਉਹਦਾ ਸੁਨੇਹਾ ਦਿੱਤਾ ਹੋਇਆ ਕਿ ਉਸ ਕ੍ਰੋਸ ਦਾ ਮਤਲਬ ਇਹ ਹੈ ਕਿ ਧਰਮ ਤੇ ਰਾਜਨੀਤੀ, ਉਹ ਨਿਸ਼ਾਨ ਸਾਹਿਬ ਇਸ ਗੱਲ ਦਾ ਪ੍ਰਤੀਕ ਨੇ ਕਿ ਆਪਸ ਵਿੱਚ ਰਲਗੱਡ ਵੀ ਨਾ ਹੋ ਜਾਣ ਤੇ ਆਪਸ ਵਿੱਚ ਇੰਨੇ ਦੂਰ ਵੀ ਨਾ, ਕਿਉਂ ਨਾ ਕਿਉਂ ਨਾ ਰਲਗੱਡ ਹੋਣ ਯਾਰ। ਜਿਹੜਾ ਬੰਦਾ ਧਰਮ ਦੇ ਉੱਤੇ ਪਹਿਰਾ ਦੇਣ ਵਾਲਾ ਆ, ਜੇ ਉਹ ਬੰਦਾ ਦੇਸ਼ ਦਾ ਪ੍ਰਧਾਨ ਮੰਤਰੀ ਬਣੂਗਾ, ਨੁਕਸਾਨ ਆ ਉਹਦਾ ਕੋਈ ਨਹੀਂ। ਜਿਹੜਾ ਬਹੁਤ ਧਾਰਮਿਕ ਬੰਦਾ ਆ, ਵੀ ਦਿਆਲੂ ਆ, ਉਹ ਪੰਕਚੁਅਲ ਆ, ਸਾਰਿਆਂ ਦਾ ਭਲਾ ਕਰਨ ਵਾਲਾ, ਸਾਰਿਆਂ ਨੂੰ ਬਰਾਬਰ ਸਮਝਣ ਵਾਲਾ ਆ, ਉਹ ਦੇਸ਼ ਦਾ ਗ੍ਰਹਿ ਮੰਤਰੀ ਬਣ ਜਾਏ, ਜੇ ਉਹ ਜ਼ਿਲ੍ਹੇ ਦਾ DC ਬਣ ਜਾਏ, ਜੇ DGP ਲੱਗ ਜਾਏ, ਉਹ ਕਿੰਨਾ ਵਧੀਆ ਹੋਊਗਾ। ਚਾਹਾਂਗੇ ਵੀ ਬਣੇ, ਤੁਸੀਂ ਰਲਗੜ ਕੱਤ ਨਹੀਂ ਹੁਣ ਚਾਹਾਂਗੇ ਵੀ ਉਹੀ ਬਣੇ। ਠੀਕ ਹੈ, ਜਿਹਨੂੰ ਵੀ ਤਾਕਤ ਦਿੱਤੀ ਜਾਂਦੀ ਆ, ਅੱਜ ਵੀਡੀਓ ਮੁੰਡੇ ਨੇ ਇੱਕ ਭੇਜੀ ਆ, ਮੈਂ ਸ਼ੇਅਰ ਕਰੂੰਗਾ ਜਾਣੀ, ਉਹ ਬੰਦਾ ਆ ਕੋਈ ਉਹਦੇ ਹੱਥ ਚ ਆ ਕੁਛ ਤੇ ਉਹਨੂੰ ਪੁਲਿਸ ਵਾਲੇ ਕਹਿ ਰਹੇ, ਜਾਣੀ ਪੁਲਿਸ ਵਾਲਿਆਂ ਦਾ ਜ਼ੋਰ ਲੱਗ ਗਿਆ ਅੱਜ ਦਾ, ਘੱਟੋ ਘੱਟ 50 ਵਾਰੀ ਵਾਰਨਿੰਗ ਦਿੱਤੀ ਹੋਣੀ ਉਹਨੂੰ ਵੀ ਤੂੰ ਰੱਖ ਦੇ ਇਹਨੂੰ ਥੱਲੇ, ਰੁਕ ਜਾ ਰੁਕ ਜਾ, ਉੱਚੀ ਉੱਚੀ ਚੀਕਾਂ ਮਾਰ ਰਿਹਾ, ਨਾਲੇ ਪਿੱਛੇ ਨੂੰ ਹਟੀ ਜਾਂਦੇ ਉਹ ਜਾਣੇ ਅਮੈਰੀਕਾ ਦੀ ਆ, ਅੱਛਾ ਬਾਅਦ ਚੋਂ ਗੋਲੀ ਮਾਰ ਦਿੰਦੇ ਤੇ ਨਹੀਂ ਹਟਦਾ ਉਹ। ਜਿਹਨਾਂ ਨੂੰ ਤਾਕਤ ਦਿੱਤੀ ਜਾਂਦੀ ਆ, ਉਹਨੂੰ ਦੱਸਿਆ ਜਾਂਦਾ, ਉਹਨੂੰ ਟ੍ਰੇਨਿੰਗ ਦਿੱਤੀ ਜਾਂਦੀ ਆ ਕਿ ਤੂੰ ਜਦੋਂ ਵਰਤਣਾ ਹੈ ਕਿਤੇ ਐਕਸੈਸਿਵ ਨਾ ਵਰਤਣਾ। ਬਿਲਕੁਲ ਬਿਲਕੁਲ, ਠੀਕ ਹੈ, ਤੈਨੂੰ ਨਹੀਂ ਤਾਂ ਕਟਹਿਰੇ ਚ ਖੜਾ ਕਰਾਂਗੇ ਤੈਨੂੰ ਅਸੀਂ। ਹੁਣ ਏਦਾਂ ਥੋੜੀ ਵੀ ਜਿਹਨਾਂ ਦੇ ਕੋਲ ਅੱਜ ਐਟੋਮਿਕ ਹਥਿਆਰ ਹੈਗੇ ਉਦਾਂ ਹੀ ਵਰਤ ਲੈਣਗੇ। ਨਹੀਂ 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 ਨਹੀਂ, ਉਹਨਾਂ ਦੀ ਸਭ ਤੋਂ ਵੱਡੀ ਲੜਾਈ ਤਾਂ ਇਹੀ ਆ ਵੀ ਉਹਨਾਂ ਨੂੰ ਨਾ ਵਰਤਿਆ ਜਾਵੇ, ਸਭ ਤੋਂ ਲੜਾਈ ਤਾਂ ਇਹ ਲੜ ਰਹੇ ਆ, ਜਿੱਥੇ ਵਰਤਦੇ ਵੀ ਆ ਉਹਨੂੰ ਡਿਫਿਊਜ਼ ਕਰਨ ਲਈ ਵਰਤ ਰਹੇ, ਜ਼ਿਆਦਾ ਵੱਡਾ ਨੁਕਸਾਨ ਨਾ ਹੋਵੇ। ਕਾਲ ਆ ਜੀ ਸਾਨੂੰ ਕਈ ਵਾਰੀ ਆਈ ਆ, 107 ਦੇ ਉੱਤੇ ਤੁਸੀਂ ਆਉਂਦੇ ਰਹੋ ਜੀ। ਸਤਿ ਸ੍ਰੀ ਅਕਾਲ ਜੀ। ਸਤਿ ਸ੍ਰੀ ਅਕਾਲ ਸਰ ਜੀ, ਮੈਂ ਇੱਕ ਤਾਂ ਮਾਫੀ ਚਾਹੁੰਦਾ, ਮੈਂ ਤੁਹਾਨੂੰ ਇੱਕ ਵਾਰੀ ਗਲਤ ਟਾਈਮ ਫੋਨ ਕਰ ਬੈਠਾ ਸੀ, ਤੁਹਾਡਾ ਰੇਡੀਓ ਦਾ ਟਾਈਮ ਬਦਲ ਗਿਆ ਸੀ, ਮੈਨੂੰ ਪਤਾ ਨਹੀਂ ਸੀਗਾ। ਕੋਈ ਨੀ ਜੀ, ਤੇ ਕਾਫੀ ਚਿਰ ਤੋਂ ਮੈਂ ਟਰਾਈ ਕਰ ਰਿਹਾ ਸੀ, ਜਦੋਂ ਤੋਂ ਇਹ ਦਾਦੂਵਾਲ ਤੇ ਜੀਤਾ ਬੈਠੇ ਸੀਗੇ TV ਤੇ, ਮੈਂ ਉਦੋਂ ਦਾ ਫੋਨ ਟਰਾਈ ਕਰ ਰਿਹਾ, ਪਰ ਕਈ ਵਾਰੀ ਮੈਨੂੰ ਟਾਈਮ ਨਹੀਂ ਮਿਲਿਆ ਤੇ ਕਈ ਵਾਰੀ ਮੇਰਾ ਫੋਨ ਲੱਗਿਆ ਨੀ ਜੀ। ਠੀਕ ਹੈ ਜੀ, ਤੇ ਮੈਂ ਤੁਹਾਡੇ ਨਾਲ ਤੁਹਾਨੂੰ ਲਾਈਵ ਨਹੀਂ ਸੁਣ ਪਾਉਂਦਾ ਜੀ, ਇਸ ਕਰਕੇ ਮੈਨੂੰ ਪਤਾ ਨਹੀਂ ਹੁੰਦਾ ਤੁਹਾਡਾ ਵਿਸ਼ਾ ਕੀ ਚੱਲਦਾ। ਤੇ ਮੈਂ ਉਹ ਗੱਲ ਕਰਨੀ ਚਾਹੁੰਦਾ ਸੀਗਾ ਇੱਕ ਦਾਦੂਵਾਲ ਬਾਰੇ ਤੇ ਜੀਤੇ ਬਾਰੇ ਜੀ, ਇਹਨਾਂ ਬਾਰੇ। ਕੋਈ ਨੀ ਜੀ, ਕਰ ਲਓ ਫਿਰ। ਹਾਂ ਸਰ, ਉਦੋਂ ਮੈਂ ਮਤਲਬ ਪੜ੍ਹਦਾ ਹੁੰਦਾ ਸੀ ਤੇ ਮੈਂ ਕਲੱਬ ਦਾ ਸੀਨੀਅਰ ਮੀਤ ਪ੍ਰਧਾਨ ਸੀ, ਮੈਂ 10 ਪੜ੍ਹਿਆ, ਜ਼ਿਆਦਾ ਨਹੀਂ ਪੜ੍ਹਿਆ ਜੀ। ਹਾਂਜੀ। ਤੇ ਇੱਕ ਫੋਨ ਕਾਲ ਆਉਂਦੀ ਆ ਸਾਡੇ ਘਰੇ, ਉਦੋਂ ਲਾਈਨ ਫੋਨ ਹੁੰਦੇ ਸੀਗੇ ਜੀ। ਤੇ ਉਹਨਾਂ ਨੇ ਕਿਹਾ ਕਿ ਮੈਂ ਇਸ ਕਰਕੇ ਵੀ CID ਇੰਸਪੈਕਟਰ ਬੋਲਦਾ, ਤੇ ਇਹ ਹਰਨੇਕ ਸਿੰਘ ਦਾ ਨੰਬਰ ਆ, ਮੇਰੇ ਬਾਪੂ ਜੀ ਦਾ ਨਾਮ ਹਰਨੇਕ ਸਿੰਘ ਹੈ। ਠੀਕ ਹੈ ਜੀ। ਤੇ ਮੈਂ ਕਿਹਾ ਜੀ ਹਾਂ, ਮੈਂ ਕਿਹਾ ਹਰਨੇਕ ਸਿੰਘ ਦਾ ਨੰਬਰ ਹੀ ਹੈ। ਉਹ ਕਹਿੰਦੇ ਜੀ ਸਾਨੂੰ ਇਹ ਦੱਸੋ ਵੀ ਇਹ ਭੰਗੀ ਦਾਸ ਕਿੰਨੇ ਹੁੰਦੇ ਆ ਇੱਕ ਬਲਾਕ ਦੇ ਵਿੱਚ। ਮੈਂ ਕਿਹਾ ਜੀ ਸਾਨੂੰ ਇਸ ਗੱਲ ਬਾਰੇ ਪਤਾ ਨੀ ਭੰਗੀ ਦਾਸ ਬਾਰੇ। ਹਾਂਜੀ। ਉਹ ਕਹਿੰਦੇ ਜੀ ਤੇਰੇ ਬਾਪੂ ਜੀ ਨੂੰ ਪੁੱਛ ਲਓ ਯਾਰ, ਉਹਨਾਂ ਨੂੰ ਪਤਾ ਹੋਊਗਾ, ਉਹ ਭੰਗੀ ਦਾਸ ਨੇ। ਫਿਰ ਮੈਂ ਉਹਨਾਂ ਨੂੰ ਕਿਹਾ, ਮੈਂ ਕਿਹਾ ਜੀ ਤੁਸੀਂ ਹੋਰ ਹਰਨੇਕ ਸਿੰਘ ਦੇ ਘਰੇ ਨੰਬਰ ਲਾ ਲਿਆ, ਉਹ ਹਰਨੇਕ ਸਿੰਘ ਹੋਰ ਨੇ। ਤੇ ਮੈਂ ਨਾਲ ਹੀ ਉਹਨਾਂ ਨੂੰ ਪੁੱਛ ਲਿਆ ਜੀ, ਮੈਂ ਕਿਹਾ ਜੀ ਤੁਹਾਨੂੰ ਕੀ ਵਕਤ ਪੈ ਗਿਆ? ਉਹ ਕਹਿੰਦੇ ਜੀ ਸਾਨੂੰ ਤੋੜਾ ਸਾਹਿਬ ਨੇ ਵਕਤ ਪਾਤਾ ਵੀ ਸਾਰਾ ਪਤਾ ਕਰਕੇ ਦੱਸੋ ਵੀ ਇਹ ਭੰਗੀ ਦਾਸ ਕਿੰਨੇ ਹੁੰਦੇ ਬਲਾਕ ਦੇ ਵਿੱਚ। ਠੀਕ ਆ। ਤੇ ਉਸ ਤੋਂ ਬਾਅਦ ਹਰਨੇਕ ਸਿੰਘ ਬਾਈ ਇਹ ਨਿਕਲਦੇ ਆ, ਦਾਦੂ ਸਾਹਿਬ, ਢੱਕੀ ਸਾਹਿਬ, ਖੇੜੀ ਸਾਹਿਬ, ਫੇਰੇ ਖੁੰਬਾਂ ਵਾਂਗੂ ਸੰਤ ਬਾਬੇ ਉਗਰੇ, ਉਦੋਂ ਬਾਅਦ ਫੇਰ ਦੁਬਾਰਾ। ਤੇ ਉਸ ਤੋਂ ਬਾਅਦ ਫੇਰ ਤੁਸੀਂ ਪਹਿਲਾਂ ਆਪਾਂ ਤੁਸੀਂ ਵੀ ਗੱਲਾਂ ਕਰਦੇ ਰਹਿੰਦੇ, ਆਮ ਆਪਾਂ ਵੀ ਸੁਣਦੇ ਰਹਿੰਦੇ ਹਾਂ ਕਿ ਅੰਗਰੇਜ਼ਾਂ ਦੇ ਟਾਈਮ ਬਣਾਏ ਸਾਧਾਂ ਨੇ ਲੁੱਟਿਆ ਸਾਨੂੰ। ਉਸ ਤੋਂ ਬਾਅਦ ਫਿਰ ਕੁਛ ਟਾਈਮ ਚੱਲਿਆ ਜੀ ਇਹਨਾਂ ਦਾ ਕੰਮ। ਤੇ ਉਸ ਤੋਂ ਬਾਅਦ ਫਿਰ ਆ ਗਏ ਜੀ ਪ੍ਰਚਾਰਕ। ਕੋਈ ਤਾਂ ਹੀ ਨਿੱਤਰਦਾ ਹੈ ਜਿਹੜਾ ਮਤਲਬ ਗੁਰੂ ਗ੍ਰੰਥ ਸਾਹਿਬ ਨੂੰ ਜਾਂ ਕਿਸੇ ਵੀ ਧਰਮ ਦੇ ਗ੍ਰੰਥ ਨੂੰ, ਮੈਂ ਤਾਂ ਇਹ ਕਹਿੰਦਾ ਜੀ, ਜਿਹੜਾ ਬੰਦਾ ਪੜ੍ਹ ਲੈਂਦਾ ਤੇ ਉਹ ਲੋਕਾਂ ਨੂੰ ਗਿਆਨ ਦਿੰਦਾ। ਮੈਂ ਤਾਂ ਇਹ ਸਮਝਦਾ ਜਿੱਥੋਂ ਤੱਕ ਮੇਰੀ ਸੋਚ ਹੈ, ਬੇਸ਼ਕ ਮੈਂ 10 ਪੜ੍ਹਿਆ ਜੀ, ਵੀ ਜਿਹੜਾ ਧਰਮ ਗ੍ਰੰਥ ਨੂੰ ਚਾਹੇ ਉਹ ਕਿਸੇ ਵੀ ਧਰਮ ਗ੍ਰੰਥ ਨੂੰ ਪੜ੍ਹ ਲੈਂਦਾ ਉਹ ਲੁਟੇਰਾ ਬਣ ਜਾਂਦਾ। ਕੀ ਇਹ ਮੇਰੀ ਗੱਲ ਠੀਕ ਲੱਗਦੀ ਤੁਹਾਨੂੰ ਜੀ? ਲੱਗਦੀ ਆ ਜੀ, ਲੱਗਦੀ ਆ।
ਹੁਣ ਕੋਈ ਟਾਵਾਂ ਹੀ ਹੈ ਜਿਹੜਾ ਮਤਲਬ ਗੱਲ ਤਾਂ ਇਹ ਜੀ ਗੁਰੂਆਂ ਨੇ ਜਾਂ ਕਿਸੇ ਵੀ ਉਹਨਾਂ ਨੇ ਮਤਲਬ ਸਮਾਜ ਨੂੰ ਵਧੀਆ ਬਣਾਉਣ ਖਾਤਰ ਕੁਛ ਸਿੱਖਿਆਵਾਂ ਉਹ ਸਾਡੇ ਮੂਹਰੇ ਰੱਖ ਗਏ ਤੇ ਉਹ ਸਿੱਖਿਆਵਾਂ ਪੜ੍ਹ ਕੇ ਦੱਸਣ ਸਾਨੂੰ ਦੱਸਣ ਖਾਤਰ ਹੀ ਪੈਸੇ ਲਈ ਜਾਂਦੇ ਨਹੀਂ ਨਹੀਂ ਜਦੋਂ ਵੀ ਕੋਈ ਬੰਦਾ ਨਾ ਜਿਹੜਾ ਚਾਹੇ ਗ੍ਰੰਥ ਆ ਚਾਹੇ ਕੋਈ ਵੀ ਕਿਸੇ ਦਾ ਸੁਨੇਹਾ ਆ ਜਦੋਂ ਉਹ ਕਿਸੇ ਦੇ ਸੁਨੇਹੇ ਨੂੰ ਹੂਬ ਹੂ ਕਾਪੀ ਕਰਕੇ ਪੇਸਟ ਕਰਦਾ ਆ ਸਮਝ ਲਓ ਬੇਈਮਾਨ ਆ ਠੀਕ ਹੈ ਜੇ ਤੁਸੀਂ ਕਿਸੇ ਕਾਰ ਮਕੈਨਿਕ ਕੋ ਜਾਂਦੇ ਆ ਤੁਸੀਂ ਸਕੂਟਰ ਮਕੈਨਿਕ ਕੋ ਜਾਂਦੇ ਆ ਕਿਸੇ ਪਲੰਬਰ ਨੂੰ ਸੱਦਦੇ ਆ ਉਹ ਜਾਣੀ ਆਪਣੀ ਆਪਣੇ ਗਿਆਨ ਦੇ ਰਾਹੀਂ ਆਪਣੀ ਪ੍ਰੈਕਟੀਕਲ ਜਿਹੜੀ ਉਹਦੇ ਕੋਲ ਜੁਗਤ ਆ ਉਹਦੇ ਰਾਹੀਂ ਤੁਹਾਡੀ ਚੀਜ਼ ਨੂੰ ਠੀਕ ਕਰਨ ਦੀ ਬਜਾਏ ਤੁਹਾਨੂੰ ਕੁਛ ਕਿਤਾਬ ਚ ਪੜ੍ਹ ਪੜ੍ਹ ਕੇ ਸੁਣਾਈ ਜਾਵੇ ਤੇ ਸਮਝ ਲਿਓ ਬੇਈਮਾਨ ਆ ਉਹਨੂੰ ਆਉਂਦਾ ਨੀ ਕੁਛ ਆਉਂਦਾ ਨੀ ਉਹਨੂੰ ਤਜਰਬਾ ਕੋਈ ਨੀ ਹੁਣ ਕੋਈ ਡਾਕਟਰ ਆ ਡਾਕਟਰ ਕੋਲ ਤੁਸੀਂ ਗਏ ਆ ਉਹ ਤੁਹਾਡੀ ਬੱਖੀ ਚ ਦਰਦ ਆ ਗਿੱਟੇ ਚ ਦਰਦ ਆ ਗੋਡੇ ਚ ਦਰਦ ਆ ਉਹਦਾ ਉਹਦਾ ਹੱਲ ਦੱਸਣ ਦੀ ਬਜਾਏ ਉਹਦਾ ਇਲਾਜ ਦੱਸਣ ਦੀ ਬਜਾਏ ਉਹ ਇੱਦਾਂ ਕਿਤਾਬ ਪੜ੍ਹ ਪੜ੍ਹ ਕੇ ਸੁਣਾਈ ਜਾਵੇ ਭਈ ਇੱਦਾਂ ਹੁੰਦੀ ਆ ਦੇਖ ਲਓ ਇਸ ਪੰਨੇ ਤੇ ਇੱਦਾਂ ਲਿਖਿਆ ਆ ਤੇਰਾ ਨੰਬਰ ਪੰਨੇ ਤੇ ਆ ਲਿਖਿਆ ਆ ਇੱਦਾਂ ਸਮਝ ਲਿਆ ਉਹਨੂੰ ਕੁਛ ਨਹੀਂ ਹੁੰਦਾ ਬੇਈਮਾਨ ਆ ਤੁਹਾਡੀ ਗੱਲ ਮੈਂ ਸਮਝ ਗਿਆ ਵੀ ਸਮਾਜ ਨੂੰ ਸੋਹਣਾ ਬਣਾਉਣ ਦੀ ਥਾਂ ਉਹ ਆਪ ਲੁੱਟ ਰਹੇ ਆ ਬਸ ਜਿਹੜੀ ਉਹ ਸਕੂਟਰਾਂ ਸਾਡਾ ਸਮਾਜ ਆ ਗਿਆ ਜਾਣੀ ਬਸ ਤੇ ਮੈਂ ਗੱਲ ਜਿਹੜੀ ਸ਼ੁਰੂ ਕੀਤੀ ਸੀ ਦਾਦੂਵਾਲ ਦੇ ਜੀਤੇ ਤੋਂ ਇਹ ਮਤਲਬ ਦਾਦੂਵਾਲ ਬਾਰੇ ਨਾ ਸਾਡੇ ਆਪਣੇ ਪੰਜਾਬ ਦੇ ਵਿੱਚ ਆਪਣੇ ਇੱਥੇ ਤਲਵੰਡੀ ਸਾਬੋ ਦਮਦਮਾ ਸਾਹਿਬ ਤਿੰਨ ਸਟੇਟਾਂ ਦੀ ਮੰਡੀ ਲੱਗਦੀ ਟਰੈਕਟਰਾਂ ਦੀ ਜੀ ਜਿੱਥੇ ਇਹਦੇ ਬਾਰੇ ਹਥਿਆਰ ਵੰਡੇ ਗਏ ਦਾਦੂਵਾਲ ਬਾਰੇ ਤੇ ਜੀਤੇ ਦੀ ਵੀਡੀਓ ਤੁਸੀਂ ਦਿਖਾਈ ਹੈ ਜੀ ਇਹ ਮਤਲਬ ਇਹ ਬੈਠੇ ਕਰ ਰਹੇ ਆ ਨਾ ਵਿਚਾਰਾਂ ਕਰ ਰਹੇ ਇਹ ਦੋਨੇ ਬੰਦੇ ਤੇ ਇਹਨਾਂ ਦੋਨਾਂ ਦੇ ਬਾਰੇ ਮਤਲਬ ਇਹ ਜਿਹਾ ਕੁਛ ਜਦੋਂ ਸਮਾਜ ਦੇ ਵਿੱਚ ਆ ਚੁੱਕਿਆ ਤੇ ਇਹ ਸਮਾਜ ਨੂੰ ਕਿਹੋ ਜਿਹਾ ਬਣਾਉਣਗੇ ਦੀਦਾ ਜੀ ਦੀਦਾ ਇਹ ਆਪਣਾ ਆਪਣਾ ਸਪਸ਼ਟੀਕਰਨ ਦੇਣ ਦੀ ਬਜਾਏ ਲੋਕਾਂ ਨੂੰ ਕਹੀ ਜਾਂਦਾ ਜੀ ਉਹ ਮਾੜਾ ਉਹ ਮਾੜਾ ਮੈਂ ਕਹਿੰਦਾ ਜੀ ਹਰਨੇਕ ਸਿੰਘ ਲੱਖ ਮਾੜਾ ਸਾਰਾ ਰੇਡੀਓ ਵਿਰਸਾ ਮਾੜਾ ਤੁਸੀਂ ਆਪਦੇ ਵਿੱਚ ਗਾਈਆਂ ਦੱਸੋ ਤੇ ਟਾਈਮ ਮੈਂ ਜ਼ਿਆਦਾ ਨਹੀਂ ਲੈਣਾ ਚਾਹੁੰਦਾ ਜੀ ਤੁਹਾਡੀ ਨਾਲ ਇੱਕ ਗੱਲ ਕਰਨੀ ਚਾਹੁੰਦਾ ਜਿਹੜੇ ਉਹ ਵੀਰ ਨੇ ਇਨਾਮ ਰੱਖਿਆ ਗਾ ਤੁਹਾਡੇ ਤੇ ਮੈਂ ਉਹਨੂੰ ਵੀ ਇਹ ਦੱਸਣਾ ਚਾਹੁੰਦਾ ਵੀ ਮੈਂ ਦਸ ਕੁ ਪੜ੍ਹਿਆ ਬੰਦਾ ਅਨਪੜ੍ਹ ਜੀ ਹੈ ਵੀ ਗੁਰੂ ਸਾਹਿਬ ਵੇਲੇ ਕੋਈ ਐਡੀ ਮਤਲਬ ਕੱਲੀ ਹੱਥ ਲਿਖਤੇ ਸੀਗੇ ਜੀ ਮੇਰੇ ਹਿਸਾਬ ਨਾਲ ਗੁਰੂ ਸਾਹਿਬ ਵੇਲੇ ਤੇ ਉਹਨਾਂ ਦੀਆਂ ਚੰਗੀਆਂ ਗੱਲਾਂ ਲੋਕਾਂ ਤੱਕ ਪਹੁੰਚ ਗਈਆਂ ਚਾਹੇ ਇਹ ਜਿਹੇ ਲਟੇਰਾਂ ਨੇ ਲੱਖ ਦਵਾਉਣ ਦੀ ਕੋਸ਼ਿਸ਼ ਕੀਤੀ ਹੈ ਵੀ ਆਪਦੇ ਤੋਰੀ ਫੁਲਕਾ ਚਲਾਉਣ ਖਾਤਰ ਉਹਨੂੰ ਗਲਤ ਢੰਗ ਨਾਲ ਪੇਸ਼ ਕੀਤਾ ਚੰਗੀਆਂ ਗੱਲਾਂ ਚਾਹੇ ਦੱਬੀਆਂ ਤਾਂ ਮੈਂ ਉਹਨੂੰ ਚੈਲੰਜ ਕਰਦਾ ਵੀ ਹੁਣ ਵੀਰਾ ਇਹ ਗੱਲਾਂ ਨਹੀਂ ਲੁਕਣੀਆਂ ਹੁਣ ਤਾਂ ਮੇਰੇ ਵਰਗੇ ਅਨਪੜ੍ਹ ਬੰਦਿਆਂ ਨੂੰ ਵੀ ਪਤਾ ਲੱਗਣ ਲੱਗ ਗਿਆ ਵੀ ਤੁਸੀਂ ਲੁੱਟ ਰਹੇ ਹੋ ਲੋਕਾਂ ਨੂੰ ਸਿਰਫ ਚੰਗੇ ਬੰਦਿਆਂ ਨੂੰ ਤੁਸੀਂ ਧਮਕੀਆਂ ਦਿੰਦੇ ਹੋ ਮਾਰਨ ਦੀ ਕੋਸ਼ਿਸ਼ ਕਰਦੇ ਹੋ ਤੇ ਜਿਹੜੇ ਤੁਸੀਂ ਲਟੇਰੇ ਹੋ ਤੁਹਾਡੇ ਦੁਕਾਨਦਾਰੀਆਂ ਹੁਣ ਨਹੀਂ ਚੱਲਣੀਆਂ ਜ਼ਿਆਦਾ ਚਿਰ ਇਹ ਉਹਨੂੰ ਮੈਂ ਦੱਸਣਾ ਚਾਹੁੰਦਾ ਵੀਰ ਜੀ ਦੀਦਾ ਜੀ ਪਤਾ ਉਹਨਾਂ ਨੂੰ ਵੀ ਜਿਹੜੇ ਉਹ ਤੁਹਾਡੇ ਤੇ ਨਾਮ ਰੱਖੀ ਬੈਠਾ ਨਾ ਸਿਰ ਵੱਢਣ ਦਾ ਕਿੰਨਾ ਕਦੇ ਸਿਰ ਵੱਢਣਗੇ ਕਿੰਨਾ ਹੁਣ ਬਹੁਤ ਦੁਨੀਆ ਜਾਗ ਚੁੱਕੀ ਹੈ ਸੋਸ਼ਲ ਮੀਡੀਆ ਰਾਹੀਂ ਪਤਾ ਉਹਨਾਂ ਨੂੰ ਵੀ ਆ ਉਹ ਤਾਂ ਆਪਣਾ ਨਾ ਮਾੜੀ ਮੋਟੀ ਹੋਂਦ ਬਚਾਉਣ ਦੇ ਲਈ ਦੁਨੀਆਂ ਦੇ ਵਿੱਚ ਇੰਨਾ ਕੁ ਦੱਸਣ ਲਈ ਕਿ ਅਸੀਂ ਹੈਗੇ ਆ ਜਿਹੜੇ ਉਹਨਾਂ ਦੇ ਮਗਰਲੇ ਬੰਦੇ ਆ ਨਾ ਉਹਨਾਂ ਨੂੰ ਇੰਨਾ ਕੁ ਹੌਸਲਾ ਦੇਣ ਲਈ ਉਹ ਜਿਹੜੇ ਹੱਥ ਪੈਰ ਮਰਦੇ ਆ ਖੇਖਣ ਕਰਦੇ ਆ ਉਹਨਾਂ ਚੋਂ ਇਹ ਧਮਕੀਆਂ ਆਉਣੀਆਂ ਠੀਕ ਹੈ ਜੀ ਨਹੀਂ ਇਨਾਮ ਰੱਖਿਆ ਜੀ ਉਹੀ ਪੈਸਾ ਕਿਸੇ ਚੱਜ ਦੇ ਕੰਮ ਤੇ ਲਾ ਕੇ ਦਿਖਾ ਦੇਣ ਵੀ ਯਾਰ ਅਸੀਂ ਇਹਦੀ ਆਊਟਪੁੱਟ ਦਿਖਾਈ ਆ ਵਧੀਆ ਸਮਾਜ ਬਣਾਇਆ ਅਸੀਂ ਵਿਆਪੀ ਲੋਕ ਖੜਨਗੇ ਜਾ ਕੇ ਉਸ ਪਾਸੇ ਜੀ ਨਹੀਂ ਬਸ ਉਹ ਗੱਲ ਤਾਂ ਜੀ ਇੰਨੀ ਆ ਵੀ ਉਹ ਜੋ ਉਹਨਾਂ ਦੇ ਕੋਲ ਆਪਣਾ ਆ ਨਾ ਉਹਨੂੰ ਦੱਸ ਦੇਣ ਲੋਕਾਂ ਨੂੰ ਆਹੋ ਲੋਕ ਉਹਨਾਂ ਕੋਲ ਤਾਂ ਸਦੀਆਂ ਦਾ ਇਤਿਹਾਸ ਆ ਉਹਨਾਂ ਕੋਲ ਤਾਂ ਗੁਰੂ ਗੋਬਿੰਦ ਸਿੰਘ ਦਾ ਆਸ਼ੀਰਵਾਦ ਆ ਉਹਨਾਂ ਦੇ ਕੋਲ ਤਾਂ ਉਹ ਅੰਮ੍ਰਿਤ ਆ ਜਿਹੜਾ ਗੁਰੂ ਗੋਬਿੰਦ ਸਿੰਘ ਨੇ ਛਕਾਇਆ ਪੀੜੀ ਦਰ ਪੀੜੀ ਲੈ ਕੇ ਉਹਨਾਂ ਕੋਲ ਤਾਂ ਉਹ ਗ੍ਰੰਥ ਆ ਉਹਨਾਂ ਨੇ ਤਾਂ ਪਹਿਲੇ ਤਖਤਾਂ ਤੇ ਸਭ ਤੋਂ ਪਹਿਲਾ ਗ੍ਰੰਥ ਦਾ ਪ੍ਰਕਾਸ਼ ਬਾਬਾ ਦੀਪ ਸਿੰਘ ਦਾ ਲਿਖਿਆ ਹੋਇਆ ਆ ਉਹ ਦੱਸ ਦੇਣ ਲੋਕਾਂ ਨੂੰ ਮੈਂ ਤਾਂ ਜੀ ਮੈਂ ਤਾਂ ਉਹ ਇਨਾਮ ਰੱਖਣ ਵਾਲੇ ਨੂੰ ਇੰਨਾ ਵੀ ਪੁੱਛਣਾ ਚਾਹੁੰਦਾ ਵੀ ਜਿਹੜੇ ਆ ਗਿਆ ਸਿੱਧਾ ਧੀ ਭੈਣ ਦੀ ਗੱਲ ਕਰਦੇ ਰੇਡੀਓ ਤੇ ਵੀ ਤੁਸੀਂ ਉਹਨਾਂ ਚੋਂ ਕਿ ਉਹ ਵੱਖਰੇ ਆਈ ਦੱਸ ਦੇਣ ਸਾਨੂੰ ਬਸ ਨਾਲੇ ਇਹ ਦੱਸਣ ਭਈ ਕੀ ਬਾਬਾ ਦੀਪ ਸਿੰਘ ਵੇਲੇ ਪਟਨਾ ਸਾਹਿਬ ਵਾਲਾ ਤਖ਼ਤ ਬਣ ਗਿਆ ਸੀ 1750 ਦੇ ਜਾਣੀ ਦਸਵੇਂ ਪਾਤਸ਼ਾਹ ਦੇ ਜਾਣ ਤੋਂ 40 ਸਾਲ ਬਾਅਦ ਹਜ਼ੂਰ ਸਾਹਿਬ ਤੇ ਪਟਨਾ ਸਾਹਿਬ ਗੁਰਦੁਆਰੇ ਬਣ ਗਏ ਸੀ ਬਿਲਡਿੰਗ ਬਣ ਗਈ ਸੀ ਉਸ ਵੇਲੇ ਬਿਲਕੁਲ ਇਹ ਦੱਸ ਦੇਣ ਠੀਕ ਫਿਰ ਦੱਸਣ ਭਾਈ ਜਦੋਂ ਵੱਡੇ ਘੱਲੂ ਘਰ ਚ ਉੱਥੇ ਹਜ਼ਾਰਾਂ ਦੇ ਕਤਲ ਹੋ ਰਹੇ ਬਾਬਾ ਦੀਪ ਸਿੰਘ ਨੂੰ ਕਿੰਨੇ ਲੰਘਣ ਦੇ ਦਿੱਤਾ ਉੱਥੋਂ ਕਿਹੜੇ ਰਹਿ ਗਿਆ ਉੱਥੇ ਹਜ਼ੂਰ ਸਾਹਿਬ ਨੂੰ ਫਿਰ ਉਹ ਜੇ ਉਹ ਵਿਚਾਰ ਕਰਦੇ ਆ ਤਾਂ ਫਿਰ ਉਹ ਗੱਲ ਨੀ ਆਉਂਦੀ ਫਿਰ ਉੱਥੇ ਫਿਰ ਗਾਹ ਕੱਢਣੀ ਅਸੀਂ ਤਾਂ ਬਸ
ਬਸ ਫਿਰ ਹੁਣ ਜਾਣੀ ਤਾਂ ਧਮਕੀਆਂ ਦੇ ਕੇ ਨੀ ਨਾ ਸਰ ਜਾਣਾ। ਚਲੋ ਇੰਨੇ ਦੱਸ ਦੇਣਾ ਵੀ ਜਿਹੜੇ ਆ ਕੇ ਸਿੱਧੀ ਗਾਲ ਕੱਢਦੇ ਆ ਧੀ ਦੀ ਜਾਂ ਭੈਣ ਦੀ ਵੀ ਉਹ ਤੁਹਾਡੇ ਸਿੱਖ ਨੇ ਜਾਂ ਕੋਈ ਹੋਰ ਲੋਕ ਹੈ ਜਾਂ ਕੌਣ ਨੇ ਉਹ ਇੰਨੇ ਦੱਸ ਦੇਣਾ। ਕੋਈ ਨੀ ਜੀ ਕੋਈ ਨੀ ਪੁੱਛਾਂਗੇ ਜਿੱਦਣ ਅਸੀਂ ਆਈ ਤੇ ਆ ਗਏ ਅਸੀਂ ਤਾਂ ਬਹੁਤ ਕੁਛ ਕਰਾਂਗੇ। ਨਹੀਂ ਵੀਰ ਜੀ ਹੋ ਰਿਹਾ ਆ ਰਹੇ ਹੋ ਤੁਸੀਂ ਆਈ ਤੇ ਹੋ ਰਿਹਾ ਜਦੋਂ ਮੇਰੇ ਵਰਗੇ ਦਸ ਬੜੇ ਬੰਦੇ ਨੂੰ ਸਭ ਕੁਛ ਸਮਝ ਆਉਣ ਲੱਗ ਗਈ ਤਾਂ ਕੋਈ ਗੱਲ ਨੀ ਮਤਲਬ ਦੁਨੀਆਂ ਅੱਗੇ ਵੱਧ ਰਹੀ ਆ ਦੁਨੀਆਂ ਤੁਹਾਡੇ ਨਾਲ ਜੁੜ ਰਹੀ ਹੈ ਤੇ ਧੰਨਵਾਦ ਵੀਰ ਜੀ ਇੰਨਾ ਹੀ ਕਹਿਣਾ ਚਾਹੁੰਦਾ ਸੀ ਮੈਂ। ਥੈਂਕ ਯੂ ਜੀ। ਬਸ ਇਹੀ ਅਸਲ ਚ ਨਾ ਜਿਹੜੀ ਪ੍ਰਾਪਤੀ ਆ ਉਹ ਇਹੀ ਆ ਜਿੱਦਣ ਨਾ ਜਿਹੜੀ ਆਪਾਂ ਗੁਰੂ ਸਾਹਿਬ ਬਾਰੇ ਗੱਲ ਕਰਦੇ ਸੀ ਨਾ ਵੀ ਹੋਇਆ ਕੀ ਆ ਜਿਹੜੇ ਆਮ ਲੋਕ ਸੀ ਨਾ ਉਹਨਾਂ ਦੇ ਅੰਦਰ ਇੱਕ ਗਰੂਰ ਭਰ ਦਿੱਤਾ ਉਹਨੇ। ਇਹ ਕੌਣ ਹੁੰਦੇ ਸਾਨੂੰ ਗੁਲਾਮ ਰੱਖਣੇ ਵਾਲੇ? ਠੀਕ ਹੈ ਉਹ ਬੋਲਣ ਲੱਗ ਪਿਆ ਬਸ ਹਨਾ। ਹੁਣ ਹੋ ਰਿਹਾ ਉਹ ਕਿ ਨਹੀਂ? ਬਿਲਕੁਲ 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 ਲੋਕ ਲੱਗ ਪਏ ਆਪ ਸੋਚਣ ਲੱਗ ਪਏ ਲੋਕ ਨਹੀਂ ਬੋਲਣਗੇ ਤਾਂ ਵੀ ਕੋਈ ਨੀ ਪਤਾ ਤਾਂ ਲੱਗ ਗਿਆ ਨਾ ਉਹਨਾਂ ਨੂੰ ਸੋਚ ਹੀ ਹਥਿਆਰ ਆ ਬੰਦੇ ਦਾ ਘਰ ਦੇ ਵਿੱਚ ਵੀ ਘਰ ਦੇ ਵਿੱਚ ਵੀ ਜਦੋਂ ਇੱਕ ਬੱਚੀ 20-22 ਸਾਲ ਦੀ ਬੱਚੀ ਕਹਿੰਦੀ ਆ ਵੀ ਮੇਰਾ ਭਰਾ ਟਕਸਾਲੀ ਆ ਮੇਰੇ ਘਰ ਦੀ ਟਕਸਾਲੀ ਆ ਹਨਾ ਪਰ ਮੈਂ ਮੈਨੂੰ ਮੈਂ ਤਾਂ ਚੋਰੀ ਮੈਨੂੰ ਸੁਣ ਨੀ ਦਿੰਦੇ ਉਹ ਵੀ ਮੈਂ ਚੋਰੀ ਸੁਣ ਲੈਂਦੀ ਰੇਡੀਓ ਹਨਾ ਪਤਾ ਲੱਗ ਗਿਆ। ਔਰ ਜਦੋਂ ਜਦੋਂ ਅਗਲੇ ਦਾ ਵਿਆਹ ਹੋਣਾ ਉਹਦੇ ਬੱਚੇ ਹੋਣੇ ਆ ਉਹਨੇ ਜਿਹੜੀ ਸਿੱਖਿਆ ਕਿਹੜੀ ਸਿੱਖਿਆ ਦੇਣੀ ਆ ਤੁਹਾਡੀ ਥੋੜੋ ਦੇਣੀ? ਨਾ ਨਾ ਉਹ ਤਾਂ ਵੇਟ ਕਰ ਰਿਹਾ ਕਦੋਂ ਨਰਕ ਤੋਂ ਨਿਕਲੀਏ। ਇੱਕ ਪੀੜੀ ਆ ਇੱਕ ਪੀੜੀ ਆ ਤੁਹਾਡੀ ਸੰਭਾਲ ਲਓ ਤੁਸੀਂ ਕਰ ਲਓ ਜੋ ਕਰਨਾ ਤੁਸੀਂ ਜਵਾਬ ਤਾਂ ਦੇ ਹੀ ਨਹੀਂ ਰਹੇ ਉਹਨਾਂ ਨੂੰ ਵੀ ਦਵਾ ਕੇ ਕਿਉਂ ਨੀ ਸਾਨੂੰ ਦੱਸਦੇ ਵੀ ਜਦੋਂ 37 ਗੁਰਦੁਆਰਿਆਂ ਤੇ ਸਰਕਾਰ ਨੇ ਅਟੈਕ ਕੀਤਾ ਦਰਬਾਰ ਸਾਹਿਬ ਤੇ ਅਟੈਕ ਕੀਤਾ ਤੇ ਉਦੋਂ ਚੌਂਕ ਮਹਿਤੇ ਅਟੈਕ ਕਿਉਂ ਨੀ ਕੀਤਾ? ਰੋਡੇ ਪਿੰਡ ਤੇ ਅਟੈਕ ਕਿਉਂ ਨੀ ਕੀਤਾ? ਰੋਡੇ ਨੂੰ ਤੱਕ ਲਾ ਦੇਣੀ ਚਾਹੀਦੀ ਸੀ ਉਹਨਾਂ ਨੂੰ ਪਿੰਡ ਜਿਹਦੇ ਵਿੱਚੋਂ ਉਹ ਜੜ ਜਿੱਥੇ ਲੱਗੀ ਉਹਦਾ ਟੱਬਰ ਦਾ ਕੋਈ ਬੰਦਾ ਨੀ ਛੱਡਣਾ ਚਾਹੀਦਾ ਉਹਨਾਂ ਨੂੰ। ਅੱਜ ਪਿੰਡਾਂ ਦੇ ਮੁੰਡੇ ਨੂੰ ਲਾਇਸੈਂਸੀ ਹਥਿਆਰ ਕਿਉਂ ਦੇ ਰਹੀ ਸਰਕਾਰ? ਸੋਚੋ ਜਦੋਂ ਜਦੋਂ ਉਸ ਵੇਲੇ ਤੁਸੀਂ ਕਹਿੰਦੇ ਆ ਵੀ ਸਰਕਾਰ ਕਹਿੰਦੀ ਸੀ ਇਹਦੇ ਕੋਲ ਹਥਿਆਰ ਆ ਹਨਾ ਕੋਈ ਬੰਦਾ ਪੁੱਛ ਨੀ ਰਿਹਾ ਇਹ ਤਾਂ ਇਹਨੂੰ ਟਕਸਾਲੀਆਂ ਨੂੰ ਪੁੱਛਣਾ ਚਾਹੀਦਾ ਸੀਗਾ ਵੀ ਜਦੋਂ ਉਹਦੇ ਬਾਪ ਦੇ ਉੱਤੇ ਤੁਸੀਂ ਇਹ ਇਲਜ਼ਾਮ ਲਾ ਕੇ ਟੈਂਕ ਚਾੜ ਦਿੱਤੇ ਆ ਵੀ ਇਹਦੇ ਕੋਲੋਂ ਹਥਿਆਰ ਆ ਅੰਦਰ ਉਹ ਲੈ ਕੇ ਆਉਣੇ ਅਸੀਂ ਤੇ ਹੁਣ ਮੁੰਡਿਆਂ ਨੂੰ ਕਹਿੰਦੇ ਲਾਇਸੈਂਸੀ ਦੇਈ ਜਾਂਦੇ ਤੁਸੀਂ ਬਿਲਕੁਲ ਬਲੈਕਲਿਸਟ ਕਰੋ ਉਹਨਾਂ ਨੂੰ ਪਰ ਨਹੀਂ ਉਹ ਸਾਰਾ ਸਾਰਾ ਮਿਲੀ ਭੁਗਤ ਜਵਾਬ ਨੀ ਨਾ ਦੇ ਰਹੇ। ਆਹੋ ਅਗਲਿਆਂ ਨੂੰ ਤਾਂ ਬੀਜੇਪੀ ਬਾਹਰਲੇ ਬਿਨਾਂ ਰੋਕ ਟੋਕ ਦੇ ਮਿਲਦੇ ਬਾਕੀਆਂ ਦੇ ਉੱਤੇ ਸਰਕਾਰਾਂ ਸਰਕਾਰੀ ਬੰਦੇ ਹੋਣ ਦਾ ਏਜੰਸੀਆਂ ਦੇ ਬੰਦੇ ਹੋਣ ਦਾ ਕਲੰਕ ਲਾਈ ਜਾਂਦੇ ਆ ਤੁਸੀਂ ਤੁਸੀਂ ਤੁਹਾਨੂੰ ਧੁੰਮਾ ਬਾਦਲ ਦੇ ਪੈਰਾਂ 'ਚ ਬੈਠਾ ਨਹੀਂ ਦੀਦਾ ਉਹਨਾਂ ਗੱਲਾਂ ਦੇ ਜਵਾਬ ਦੇ ਦਿਓ ਨਾ ਬਣਦੇ ਤਾਂ ਠੀਕ ਹੈ ਸਾਨੂੰ ਸਾਨੂੰ ਥੋੜ੍ਹੀ ਆ ਸਾਡਾ ਸਾਨੂੰ ਸਾਨੂੰ ਆਪਣਾ ਦਰਦ ਦਰਦ ਨਹੀਂ ਦਿਸਣਾ ਫਿਰ ਤੁਹਾਡੀਆਂ ਕਰਤੂਤਾਂ ਨੇ ਸਾਨੂੰ ਤਾਂ ਖੜੇ ਕਰ ਦੇਣਾ ਠੀਕ ਹੈ ਸਾਡਾ ਸਾਡਾ ਹੌਸਲਾ ਵਧੀ ਜਾਣਾ ਦਿਨੋਂ ਦਿਨ। ਚਲੋ ਖੈਰ ਜੀ ਆਪਾਂ ਪੰਜੋਲੀ ਸਾਹਿਬ ਨੂੰ ਸੁਣਦੇ ਵੀ ਨਾ ਹੋ ਜਾਣ ਕਿ ਧਰਮ ਵਿਹੂਣੀ ਰਾਜਨੀਤੀ ਚੰਗੇ ਸ਼ਾਹੀ ਦਾ ਰੂਪ ਧਾਰਨ ਕਰ ਜਾਵੇ। ਜਿਹੜੀ ਧਰਮ ਵਾਲੀ ਰਾਜਨੀਤੀ ਕਿਹੜੀ ਆ? ਬਾਦਲ ਵਾਲੀ, ਧੁੰਮੇ ਵਾਲੀ, ਪਿੰਡਰਾਂ ਵਾਲੀ, ਖੜਕੂ ਲਹਿਰ ਜਿਹੜੀ ਸੀ ਉਹ ਧਰਮ ਵਾਲੀ ਸੀ ਬਸ ਉਹ ਫਿਲੋਸਫੀ ਝਾੜੀ ਜਾਂਦੀ ਹੈ। ਅੱਧੀ ਦੁਨੀਆ ਅੱਜ ਧਰਮ ਤੋਂ ਬਿਨਾਂ ਰਾਜਨੀਤੀ ਚੱਲ ਰਹੀ ਹੈ। ਧਰਮ ਤੋਂ ਬਿਨਾਂ ਬਿਲਕੁਲ ਬਿਲਕੁਲ ਸਿਧਾਂਤਕ ਤੌਰ ਤੇ ਬਿਲਕੁਲ ਕਹਿੰਦੇ ਆ ਸਿਧਾਂਤ ਤੇ ਹਮਲਾ ਸੀ ਪਰ ਜਦੋਂ ਆਪਾਂ ਗੱਲ ਕਰਦੇ ਹਾਂ ਦੇਸ਼ ਦੀ ਆਜ਼ਾਦੀ ਦੀ ਗੱਲ ਕਰਦੇ ਹਾਂ ਮੁਲਕ ਵੰਡਿਆ ਗਿਆ ਇਸ ਦੇ ਵਿੱਚ ਜਿਹੜਾ ਸਿੱਖਾਂ ਦੀ ਜਿਹੜੀ ਪੂਰੀ ਤਰ੍ਹਾਂ ਨਾਲ ਭਾਈਵਾਲੀ ਸਰਕਾਰਾਂ ਦੇ ਵਿੱਚ ਕੇਂਦਰ ਦੇ ਵਿੱਚ ਸਟੇਟ ਦੇ ਵਿੱਚ ਇਹਦੇ ਬਾਵਜੂਦ ਕਿਉਂ ਇਹ ਵਤੀਰਾ ਅਪਣਾਇਆ ਗਿਆ ਕੀ ਵਜ੍ਹਾ ਹੋਈ? ਦੇਖੋ ਕੀ ਕੇਵਲ ਸਿਧਾਂਤ ਦੀ ਗੱਲ ਹੈ ਸਿੱਖਾਂ ਦੀ ਭਾਈਵਾਲੀ ਵੀ ਤਾਂ ਹੈ ਸਰਕਾਰ ਦੇ ਅੰਦਰ। ਇੱਕ ਗੱਲ ਤਾਂ ਸਿਧਾਂਤ ਤੇ ਹਮਲਾ ਸੀ ਦੂਸਰੀ ਗੱਲ ਇਹ ਸੀ ਕਿ 1947 ਦੇ ਵਿੱਚ ਸਾਡੀ ਲੀਡਰਸ਼ਿਪ ਨੇ ਸਭ ਤੋਂ ਵੱਡੀ ਗਲਤੀ ਕੀਤੀ ਇਸ ਦੇਸ਼ ਨਾਲ ਆਪਣੀ ਕਿਸਮਤ ਜੋੜ ਕੇ ਸਾਨੂੰ ਉਦੋਂ ਚਾਹੀਦਾ ਸੀ 1947 ਵਿੱਚ ਜਿਵੇਂ ਪਾਕਿਸਤਾਨ ਨੇ ਪਾਕਿਸਤਾਨ ਲਿਆ ਹਿੰਦੂਆਂ ਨੇ ਹਿੰਦੁਸਤਾਨ ਲਿਆ ਸਿੱਖਾਂ ਨੂੰ ਆਪਣਾ ਵੱਖਰਾ ਦੇਸ਼ ਲੈ ਲੈਣਾ ਚਾਹੀਦਾ ਸੀ ਔਰ ਜਿਹਦੇ ਕਰਕੇ ਇਹ ਹਾਲਾਤ ਨਾ ਪੈਂਦੇ। ਉਦੋਂ ਇੰਦਰਾ ਗਾਂਧੀ ਨਹੀਂ ਰਹੀਆਂ ਉਦੋਂ ਨਹੀਂ ਲਿਆ ਤੁਸੀਂ ਹਥਿਆਰ ਕੋਈ ਬੰਦਾ ਕਹੇ ਵੀ ਮੈਂ ਹੁਣ ਕੋਈ ਬੰਦਾ ਕਹੇ ਵੀ ਮੈਂ ਦੇਖ ਲਓ ਅਮਰੀਕਾ ਆਇਆ ਹੈਨਾ ਵੀ ਮੈਂ ਕਨੇਡਾ ਗਿਆ ਵੀ ਜਾ ਕੇ ਅਸੀਂ 4-5 ਸਾਲ ਕੰਮ ਕੀਤਾ ਹੈਨਾ ਵੀ ਮੁੜ ਕੇ ਮੈਂ ਫੈਕਟਰੀ ਲਾ ਲਈ ਮੈਂ ਟਰੱਕ ਪਾ ਲਿਆ ਹੈਨਾ ਮੈਂ ਇੰਡੀਆ ਜ਼ਮੀਨ ਲੈ ਲਈ ਆਪਣਾ ਕਰਕੇ ਮੁੜ ਕੇ 3-4 ਸਾਲ ਬਾਅਦ ਜਿਹੜੇ ਘਰ ਉਦੋਂ 20-30 ਹਜ਼ਾਰ ਦੇ ਸੀ ਉਹ 1.5-1.5 ਲੱਖ ਦੇ ਹੋ ਗਏ ਮੈਨੂੰ ਉਦੋਂ ਲੈ ਲੈਣਾ ਚਾਹੀਦਾ ਸੀ ਠੀਕ ਹੈ। ਹੁਣ ਜਦੋਂ ਸਸਤੇ ਸੀ ਜਾਂ ਬੰਦਾ ਕਹੇ ਵੀ ਹੁਣ ਨਿਊਜ਼ੀਲੈਂਡ ਦੇ ਵਿੱਚ ਸਾਨੂੰ ਪਤਾ ਜਿਹੜੇ ਬੰਦੇ ਪਹਿਲਾਂ ਆਏ ਆ ਉਹਨਾਂ ਟਾਈਮਾਂ 'ਚ ਆਉਂਦੇ ਸੀ ਉਹ ਇਕੱਲੇ
ਆ ਕੇ ਸ਼ਿਪਰਾ ਹੀ ਆਉਂਦੇ ਸੀ, ਆ ਕੇ ਸਾਲ ਦੋ ਸਾਲ ਕੰਮ ਕਰਦੇ ਸੀ ਮੁੜ ਜਾਂਦੇ ਸੀ। ਇੱਕ ਟਾਈਮ ਆਇਆ ਜਦੋਂ ਸਰਕਾਰ ਨੇ ਕਿਹਾ ਵੀ ਜੇ ਤੁਸੀਂ ਆਉਣਾ ਆ ਪਹਿਲੀ ਗੱਲ ਤਾਂ ਆਪਣੇ ਟੱਬਰਾਂ ਨੂੰ ਲੈ ਕੇ ਆਓ, ਠੀਕ ਹੈ, ਇੱਥੇ ਵਸੇਬਾ ਬਣਾਓ ਆਪਣਾ, ਠੀਕ ਹੈ, ਤਾਂ ਵੀਜ਼ਾ ਮਿਲਣਾ ਤੁਹਾਨੂੰ। ਓਕੇ, ਹੁਣ ਜ਼ਮੀਨ ਜਿਹੜੇ ਉਦੋਂ ਫਾਰਮ ਲਾਏ ਉਹ ਜ਼ਮੀਨ ਬੜੀ ਸਸਤੀ ਜਿਹੀ ਸੀ, ਜ਼ਮੀਨ ਜਾਣੀ ਆਬਾਦ ਕਰਕੇ ਬਹਿ ਗਏ ਸੀ ਇੱਦਾਂ, ਠੀਕ ਹੈ। ਸਰਕਾਰ ਚਾਹੁੰਦੀ ਸੀ ਵੀ ਕੰਮ ਇਹ ਤਾਂ ਹੈਗੇ ਆ ਤੁਸੀਂ, ਤੇ ਤੁਸੀਂ ਲੈ ਕੇ ਆਪਣੇ ਪਰਿਵਾਰਾਂ ਨੂੰ ਲੈ ਕੇ ਇੱਥੇ ਇਹਨੂੰ ਇਹਨੂੰ ਏਰੀਆ ਆਬਾਦ ਕਰ ਗਏ ਸੀ, ਹਨਾ। ਹੁਣ ਉਦੋਂ ਜਿਨ੍ਹਾਂ ਨੇ ਕਰ ਲਿਆ ਕਰ ਲਿਆ, ਜਿਹੜਾ ਬੰਦਾ ਉਦੋਂ ਮੁੜ ਗਿਆ ਰਹਿ ਗਿਆ, ਜੇ ਹੁਣ ਉਹਨੂੰ ਜਦੋਂ ਉਹ ਦੁਬਾਰਾ ਜੇ 20 ਸਾਲ ਬਾਅਦ ਆਇਆ ਉਹ, ਤੇ ਉਹਨੂੰ ਉਦੋਂ ਦੇ ਹਾਲਾਤਾਂ ਦੇ ਨਾਲ ਜਿੱਟਣਾ ਪੈਣਾ ਹੈ। ਬਿਲਕੁਲ ਬਿਲਕੁਲ, ਇਹ ਥੋੜੋ ਕਰੂਗਾ ਉਦੋਂ ਜੇ 30 ਸਾਲ 40 ਸਾਲ ਬਾਅਦ ਮੁੜ ਕੇ ਆਇਆ ਤੇ ਫੇਰ ਕਹੇ ਵੀ ਨਹੀਂ ਹੁਣ ਮੈਂ ਤਾਂ 100 ਏਕੜ ਜਿਹੜਾ ਮੈਂ ਇੱਥੇ ਕਬਜ਼ਾ ਕਰਨਾ, ਉਦੋਂ ਨੀ ਮੇਰੇ ਤੋਂ ਕਰ ਹੋਇਆ, ਉਦੋਂ ਮੇਰੇ ਤੋਂ ਗਲਤੀ ਹੋ ਗਈ ਜਿਹੜੀ, ਹਨਾ। ਤੁਹਾਡੇ ਦਾਦੇ ਨੇ ਕਰ ਲਈ ਗਲਤੀ, ਬਾਬੇ ਨੇ ਕਰ ਲਈ, ਕਿਸੇ ਨੇ ਵੀ ਕਰ ਲਈ, ਹੁਣ ਅੱਜ ਜੋ ਸਮਾਂ ਆ ਉਹਦੇ ਨਾਲ ਜਿੱਠੋ ਤੁਸੀਂ। ਵੈਸੇ ਵੀ ਜਿਹੜੇ ਅੱਜ ਦੇ ਮੌਕੇ ਦੇ ਕਾਨੂੰਨ ਆ ਨਾ, ਉਹ ਸਿਚੁਏਸ਼ਨ ਨੂੰ ਡਿਕਟੇਟ ਕਰੂਗੇ, ਬਸ ਸਿੱਧੀ ਗੱਲ ਆ। ਸਮੇਂ ਪੰਡਿਤ ਜਵਾਹਰ ਲਾਲ ਨਹਿਰੂ ਨੇ, ਮਹਾਤਮਾ ਗਾਂਧੀ ਨੇ ਇਹ ਗੱਲਾਂ ਕਹੀਆਂ ਸੀ। ਦੇਸ਼ ਆਜ਼ਾਦ ਹੋਣ ਤੋਂ ਬਾਅਦ ਸਿੱਖਾਂ ਨੂੰ ਉੱਤਰੀ ਭਾਰਤ ਵਿੱਚ ਕਿਹੜਾ ਖਿੱਤਾ ਦਿੱਤਾ ਜਾਏਗਾ ਜਿੱਥੇ ਸਿੱਖ ਆਜ਼ਾਦੀ ਦਾ ਨਿੱਘ ਮਾਣ ਸਕਣ। ਅਸੀਂ ਅਸੀਂ ਮੈਂ ਕਹਿੰਦਾ ਉਹ ਉਹ ਹੋ ਸਕਦਾ 100 ਵਾਰੀ ਧੋਖਾ ਦਿੱਤਾ ਹੋਵੇ ਉਹਨਾਂ ਨੇ, ਠੀਕ, ਪਰ ਪ੍ਰੈਕਟੀਕਲੀ ਸੋਚੋ ਤੁਸੀਂ ਵੀ ਕਿਸੇ ਹੋਰ ਦੇਸ਼ ਦਾ ਕਬਜ਼ਾ ਆਇਆ ਤੁਹਾਡੇ ਤੇ, ਹਾਂਜੀ, ਤੁਸੀਂ ਹਿੰਦੂ ਸਿੱਖ ਤੇ ਮੁਸਲਮਾਨ ਤੁਸੀਂ ਆਜ਼ਾਦ ਹੋਣ ਲਈ ਲੜ ਰਹੇ ਹਾਂ, ਠੀਕ ਹੈ, ਠੀਕ ਹੈ। ਜਿਹੜੀ ਸਿੱਖਾਂ ਦੀ ਬਹੁ ਗਿਣਤੀ ਆ ਉਹ ਹਿੰਦੂਆਂ ਦੀ ਪਾਰਟੀ ਨੂੰ ਸਪੋਰਟ ਕਰ ਰਹੀ ਆ, ਹਾਂਜੀ, ਜਿੱਦਾਂ ਉਹ ਕਹਿੰਦੇ ਆ ਉਦਾਂ ਹੀ ਕਰ ਰਹੇ ਹੋ, ਜਿੱਥੇ ਉਹ ਕਹਿੰਦੇ ਸਾਈਨ ਕਰ ਦਿਓ ਕਰ ਦਿੰਦੇ ਆ ਉਹ, ਹਨਾ। ਉਸ ਵੇਲੇ ਹੋ ਸਕਦਾ ਉਹਨਾਂ ਨੇ ਕਹਿ ਦਿੱਤਾ ਹੋਵੇ ਵੀ ਭਾਈ ਇੱਦਾਂ ਕਰਾਂਗੇ ਅਸੀਂ, ਆਹੋ, ਹਨਾ। ਹੁਣ ਜਦੋਂ ਸਮਾਂ ਪਾ ਕੇ ਨਹੀਂ ਬਣਿਆ, ਪਹਿਲੀ ਗੱਲ ਤਾਂ ਇਹ ਦੁਨੀਆਂ ਦਾ ਸੁਭਾਅ, ਇਹ ਮਨੁੱਖ ਦਾ ਸੁਭਾਅ ਆ ਇਹ, ਠੀਕ ਆ। ਕਿਤੇ ਵੀ ਜਿੱਥੇ ਜਿਹੜਾ ਵਪਾਰ ਆ ਉਹਦੇ ਵਿੱਚ ਜੇ ਕੋਈ ਬੰਦਾ ਇਹ ਕਹਿੰਦਾ ਤੁਸੀਂ ਜਾ ਕੇ ਤੁਸੀਂ ਗੱਡੀ ਲੈਣ ਜਾਂਦੇ ਹੋ, ਸਮਾਨ ਲੈਣ ਜਾਂਦੇ ਹੋ, ਕਿਸੇ ਬਿਲਡਰ ਤੋਂ ਘਰ ਬਣਾਉਣ ਲੱਗੇ ਆ, ਹਨਾ, ਜਦੋਂ ਤੁਸੀਂ ਕੋਈ ਸੈਕਸ਼ਨ ਖਰੀਦਦੇ ਆ, ਹਨਾ, ਉਹਦੇ ਵਿੱਚ ਜਿਹੜੀ ਡੀਲ ਹੁੰਦੀ ਆ ਨਾ ਤੁਹਾਡੀ, ਸੌਦਾ ਹੋਣ ਲੱਗਾ ਆ, ਉਸ ਵੇਲੇ ਤੁਹਾਡੇ ਕੋਲ ਮੌਕਾ ਆ, ਬਿਲਕੁਲ, ਤੁਸੀਂ ਕਹਿ ਦਿਓ ਵੀ ਭਾਈ ਨਹੀਂ ਇਹ 5 ਲੱਖ ਦਾ ਸੈਕਸ਼ਨ ਨਹੀਂ ਹੈਗਾ, ਮੈਂ ਨਹੀਂ ਲੈਣਾ, ਨਾ ਲਓ। ਜਦੋਂ ਤੁਸੀਂ ਇੱਕ ਵਾਰੀ ਸੈਨ ਕਰ ਦਿੱਤੇ ਨਾ, ਜੇ ਤੁਸੀਂ ਬਾਅਦ ਚ ਪਿੱਟ ਸਿਆਪਾ ਪਾਵੋ ਫੇਰ ਨਹੀਂ ਸੁਣਿਆ ਜਾਣਾ, ਨਹੀਂ ਨਹੀਂ ਵੀ ਭਾਈ ਉਹ ਫਲਾਨੇ ਬੰਦੇ ਨੂੰ 3.5 ਲੱਖ ਦਾ ਮਿਲ ਗਿਆ, ਮੈਨੂੰ ਇੰਨੇ ਦਾ ਕਿਉਂ ਦਿੱਤਾ, ਫੇਰ ਨਹੀਂ ਪਿੱਟ, ਫੇਰ ਨਹੀਂ ਸੁਣੀ ਜਾਣੀ ਤੁਹਾਨੂੰ, ਸਿਗਨੇਚਰਾਂ ਤੋਂ ਪਹਿਲਾਂ ਦੀਆਂ ਗੱਲਾਂ, ਡੀਲ ਹੋ ਗਈ, ਡੀਲ ਹੋ ਗਈ, ਠੀਕ ਹੈ। ਹੁਣ ਜਦੋਂ ਅਗਲੇ ਦਾ ਮੁਲਕ ਬਣ ਗਿਆ, ਅਗਲੇ ਨੇ ਕੋਈ ਬੰਦਾ ਵਪਾਰੀ ਆ, ਕੋਈ ਬੰਦਾ ਬਿਜ਼ਨਸ ਕਰਦਾ ਆ, ਅੱਜ ਦੇ ਸਮੇਂ ਚ ਵੀ ਇੱਦਾਂ ਹੀ ਆ ਨਾ, ਠੀਕ ਹੈ। ਹੁਣ ਕੈਨੇਡਾ ਅਮਰੀਕਾ ਦੇ ਵੀ ਸਾਡੇ ਬੰਦੇ ਟਰੱਕ ਚਲਾਉਂਦੇ ਆ, ਜੇ ਕੋਈ ਕੰਪਨੀ ਵਾਲਾ ਕਹਿੰਦਾ ਹੈ ਵੀ ਭਾਈ ਤੂੰ ਇੱਦਾਂ ਕਰ ਆਪਣਾ ਟਰੱਕ ਪਾ ਲਾ, ਤੈਨੂੰ ਇੰਨਾ ਫਾਇਦਾ ਹੋ ਜਾਊਗਾ, ਮੇਰਾ ਡੀਲ ਕਰ ਲਾ 2 ਸਾਲ ਦੀ, ਹਨਾ। ਹੁਣ ਉਹਦੇ ਵਿੱਚੋਂ ਜੇ ਉਹ ਅਗਲਾ ਇਹ ਕਹੇ ਟਰੱਕ ਪਾ ਕੇ ਉਹਦੇ ਨਾਲ ਜਿਹੜਾ ਟੈਂਡਰ ਭਰ ਲਿਆ, ਐਗਰੀਮੈਂਟ ਹੋ ਗਿਆ, 2 ਸਾਲ ਬਾਅਦ ਇਹ ਕਹੇ ਵੀ ਤੂੰ ਆਪ ਤਾਂ $5 ਲੱਖ ਕਮਾ ਲਿਆ, ਮੈਨੂੰ 50,000 ਮਿਲਿਆ, ਕੀ ਓਬਜੈਕਸ਼ਨ ਜਾਇਜ਼ ਹੋਊਗਾ ਉਹ? ਨਹੀਂ ਨਾ, ਨਹੀਂ। ਹਰੇਕ ਦਾ ਹਰੇਕ ਜਣਾ ਆਪਣਾ ਬਿਜ਼ਨਸ ਵਧਾਉਣਾ ਚਾਹੁੰਦਾ, ਵਪਾਰ ਵਧਾਉਣਾ ਚਾਹੁੰਦਾ, ਨਾਲੇ ਜ਼ਿਆਦਾ ਲਾਹਾ ਲੈਣਾ ਚਾਹੁੰਦਾ, ਹਾਂਜੀ, ਨਾਲੇ ਜੇ ਜਨਾਹ ਉਸ ਵੇਲੇ ਇਹ ਸਵਾਲ ਕਰ ਸਕਦਾ ਹੈ ਨਹਿਰੂ ਹੋਣਾ ਨੂੰ ਬਈ ਬਈ ਕਿੱਦਾਂ ਬਈ ਸਰਕਾਰਾਂ ਕਿੱਦਾਂ ਬਣਨੀਆਂ, ਉਹ ਕਹਿੰਦੇ ਡੈਮੋਕ੍ਰੇਸੀ ਨਾਲ ਬਣਨੀਆਂ ਤੇ ਵੋਟਾਂ ਨਾਲ ਬਣਨੀਆਂ, ਹਾਲਾਂਕਿ ਤੁਹਾਨੂੰ ਤਾਂ ਗਦੇ ਉਹ ਪੁੱਛਣ ਦੀ ਲੋੜ ਵੀ ਨਹੀਂ ਪਈ, ਤੁਹਾਡੇ ਸਾਹਮਣੇ ਜਨਾਹ ਪੁੱਛ ਰਿਹਾ ਪਰ ਤੁਹਾਨੂੰ ਸੁਣ ਤਾਂ ਰਿਹਾ ਆ, ਦੇਖ ਰਿਹਾ ਆ, ਉਤੋਂ ਹੀ ਅਕਲ ਲੈ ਲਓ। ਜੇ ਜਨਾਹ ਨੂੰ ਪਤਾ ਹੈ ਵੀ ਡੈਮੋਕ੍ਰੇਸੀ ਇੱਦਾਂ ਕੰਮ ਕਰਦੀ ਆ ਤਾਂ ਤੁਹਾਡੇ ਨਾਲ ਵੀ ਤਾਂ ਕੱਲ ਨੂੰ ਇੱਦਾਂ ਹੋਣਾ ਹੀ ਸੀ, ਨਾਲੇ ਤੁਹਾਡੇ ਕੋਲ ਇਹਨਾਂ ਦੇ ਨਾਲੋਂ ਹਿੰਦੂਆਂ ਦੇ ਨਾਲੋਂ ਜਨਾਹ ਦੇ ਨਾਲ ਜਾਣ ਦੀ ਵਧੀਆ ਆਪਸ਼ਨ ਸੀ ਤੁਹਾਡੇ ਕੋਲ, ਜਿਹੜੀ ਤੁਹਾਨੂੰ ਚੰਗੀ ਤਰ੍ਹਾਂ ਸਮਝਾਈ ਗਈ, ਠੀਕ ਹੈ। ਉੱਥੇ ਜੇ ਤੁਸੀਂ ਜੇ ਪਾਕਿਸਤਾਨ ਨਾਲ ਜਾਂਦੇ ਸੀ ਤੇ ਪੰਜਾਬ ਕੱਟਿਆ ਨਹੀਂ ਸੀ ਜਾਂਦਾ, ਜਿਹੜਾ ਬੰਗਲਾਦੇਸ਼ ਆ ਉਹ ਇੰਡੀਆ ਦੇ ਨਾਲ ਰਹਿੰਦਾ ਸੀ, ਪੰਜਾਬ ਦਾ ਜਿਹੜਾ ਸਾਡੇ ਵਾਲਾ ਹਿੱਸਾ ਹੈ ਉਹ ਪਾਕਿਸਤਾਨ ਨਾਲ ਜਾਂਦਾ ਸੀ। ਇਹ ਦੋਏ ਗੱਲਾਂ ਨਹਿਰੂ ਗਾਂਧੀ ਨੂੰ ਗਵਾਰਾ ਨਹੀਂ ਸੀਆਂ, ਕਿਉਂਕਿ ਬੰਗਲਾਦੇਸ਼ ਜਿਹੜਾ ਆ ਉਹ ਹਿੱਸਾ ਪਾਕਿਸਤਾਨ ਦਾ ਪਾਕਿਸਤਾਨ ਨਾਲੋਂ ਬਿਲਕੁਲ ਟੁੱਟਾ ਆਇਆ ਸੀ। ਇਹਨਾਂ ਨੂੰ ਪਤਾ ਸੀ ਵੀ ਅੱਜ ਨਹੀਂ ਤਾਂ ਕੱਲ ਉਹਨੇ ਵਿਦਰੋਹ ਕਰਕੇ ਇਕੱਲੇ ਹੋਣਾ ਹੀ ਹੋਣਾ ਆ, ਜਿਹਦੀ ਉਹ ਨਹਿਰੂ ਦੀ ਨੀਅਤ ਦੇ ਉੱਤੇ ਇੰਦਰਾ ਗਾਂਧੀ ਨੇ ਮੋਹਰ ਲਵਾਈ ਆ ਕੇ। ਜੇ ਪੰਜਾਬ ਉੱਧਰ ਜਾਂਦਾ ਉੱਥੇ ਸਿੱਖਾਂ ਨੂੰ ਜ਼ਿਆਦਾ ਗਿਣਤੀ ਚ ਜਾ ਕੇ ਮੁਸਲਮਾਨਾਂ ਦੇ ਨਾਲ ਰਲ ਕੇ ਤਾਕਤ ਵੱਧਦੀ ਸੀ ਉਹਨਾਂ ਦੀ, ਠੀਕ ਹੈ। ਦੂਜੀ ਗੱਲ, ਜੇ ਬੰਗਲਾਦੇਸ਼ ਵਾਲਾ ਹਿੱਸਾ ਇੰਡੀਆ ਨਾਲ ਜੁੜਦਾ ਉਹ ਚ ਮੁਸਲਮਾਨਾਂ ਦੀ ਗਿਣਤੀ ਵੱਧਦੀ ਸੀ, ਉਹ ਵੀ ਨਹੀਂ ਸੀ ਬਰਦਾਸ਼ਤ ਕਰਦੇ ਉਹ,
ਜਿਸ ਕਰਕੇ ਉਹਨੇ ਆਪਣੇ ਇਹਨਾਂ ਨੂੰ ਭਰਮਾ ਕੇ ਆਪ ਉਹਨੇ ਅੜਨ ਦੀ ਬਜਾਏ ਸਿੱਖਾਂ ਨੂੰ ਅੜਾਤਾ ਮੂਹਰੇ ਨਾ ਜੀ ਨਾ ਸਨ, ਅਸੀਂ ਤਾਂ ਇੱਥੇ ਲਕੀਰ ਖਿੱਚਣੀ ਆ, ਅਸੀਂ ਤਾਂ ਇੰਡੀਆ ਦੇ ਨਾਲ ਹੀ ਜਾਣਾ ਆ। ਬਿਲਕੁਲ ਠੀਕ ਹੈ। ਹੁਣ ਉਹ ਜੇ ਤੁਸੀਂ ਅੱਜ ਦਾ ਪਾਕਿਸਤਾਨ ਜਿਹੜਾ ਆ ਉਹਦੇ ਵਿੱਚੋਂ ਸਿੱਖਾਂ ਪੰਜਾਬ ਵਾਲਾ ਜਿਹੜਾ ਹਿੱਸਾ ਆ ਇਹਨੂੰ ਉੱਧਰ ਲੈ ਕੇ ਜਾਂਦੇ ਆ ਤੇ ਉਸ ਵੇਲੇ ਦੀ ਬੱਸੋਂ ਨੂੰ ਗਿਣਦੇ ਆ, ਠੀਕ ਆ, ਤੇ 30% ਜਾਣੀ ਨੇੜੇ ਤੇੜੇ ਜਿਹੜੀ ਆ ਉਹ ਸਿੱਖਾਂ ਦੀ ਬਣ ਜਾਂਦੀ ਸੀ ਉਹਦੇ ਵਿੱਚ, ਤੇ 20-25% ਹਿੰਦੂਆਂ ਦੀ ਬਣਦੀ ਸੀ। ਨਾ ਤਾਂ ਉਦੋਂ ਆਬਾਦੀ ਦਾ ਤਬਾਦਲਾ ਹੁੰਦਾ ਸੀ, ਉਹ ਹੋਇਆ ਵੀ ਤਾਂ ਹੀ ਆ ਜਦੋਂ ਪੰਜਾਬ ਕੱਟਿਆ ਗਿਆ, ਠੀਕ ਹੈ। ਉਹ ਆਪਸ਼ਨ ਇਹਨਾਂ ਨੂੰ ਜਨਾਹ ਨੇ ਦਿੱਤੀ ਸੀ, ਠੀਕ ਹੈ, ਓਬਵੀਅਸ ਆ ਵੀ ਉੱਥੇ ਜਿਹੜੀ ਹਿੰਦੂ ਬਹੁ ਗਿਣਤੀ ਹੋਊਗੀ, ਹਿੰਦੂ ਘੱਟ ਗਿਣਤੀ ਹੋਊਗੀ, ਉਹ ਮੁਸਲਮਾਨਾਂ ਦਾ ਸਾਥ ਨਹੀਂ ਦਊਗੀ, ਉਹ ਹਿੰਦੂਆਂ ਦਾ ਸਾਥ ਦਊਗੀ। ਵੀ ਜੇ ਤੁਹਾਡੇ ਨਾਲ ਮੁਸਲਮਾਨ ਧੱਕਾ ਕਰੂਗੇ ਵੀ ਤਾਂ ਤੁਸੀਂ ਬਰਾਬਰ ਦੀ ਧਿਰ ਬਣ ਕੇ ਬੈਠੋਗੇ ਉੱਥੇ। ਹਿੰਦੂ ਤਾਂ ਸਿੱਖ ਰਲ ਕੇ ਨੇੜੇ ਤੇੜੇ ਉਹਨਾਂ ਦੇ ਬਰਾਬਰ ਹੁੰਦੇ ਸੀ ਜਾਂ ਵੱਧਦੇ ਸੀ ਉਹਨਾਂ ਨਾਲੋਂ, ਠੀਕ ਹੈ। ਤੇ ਉਹਦੇ ਬਰਾਬਰ ਜੇ ਹਿੰਦੁਸਤਾਨ ਦੇ ਵਿੱਚ ਆ ਤੁਸੀਂ, ਉੱਥੇ ਬਹੁ ਗਿਣਤੀ ਤੁਹਾਡੇ ਨਾਲ ਧੱਕਾ ਕਰੂਗੀ ਤੇ ਤੁਸੀਂ 2% ਆ। ਹੁਣ ਇੱਕ ਥਾਂ ਤੇ 30-35% ਤੁਸੀਂ ਇਕੱਲੇ ਆ, ਹਿੰਦੂਆਂ ਨਾਲ ਰਲ ਕੇ 50-55% ਹੁੰਦੇ ਆ, 50-45% ਵੀ ਹੁੰਦੇ ਆ, ਫਿਰ ਵੀ ਬਰਾਬਰ ਦੀ ਧਿਰ ਆ। ਦੂਜੇ ਪਾਸੇ 2% ਆ, ਖਤਰਾ ਕਿੱਥੇ ਆ ਤੁਹਾਨੂੰ ਜਜ਼ਬ ਹੋਣ ਦਾ, ਮਾਰੇ ਜਾਣ ਦਾ ਖਤਰਾ ਕਿੱਥੇ ਆ? ਬਿਲਕੁਲ ਓਬਵੀਅਸਲੀ ਹਿੰਦੁਸਤਾਨ ਚ ਆ, ਨਹੀਂ ਤੁਹਾਡੇ ਆਗੂਆਂ ਨੇ ਸਮਝੀ ਗੱਲ ਉਹ, ਠੀਕ ਹੈ। ਹੁਣ ਤੁਸੀਂ ਉਹ ਕਹਿੰਦੇ ਮਾਸਟਰ ਤਾਰਾ ਸਿੰਘ ਨੇ ਤਾਂ ਇੱਕ ਸਟੇਜ ਦੇ ਉੱਤੇ ਉਹ ਗੱਲ ਸਮਝ ਵੀ ਲਈ ਜਾਣੀ, ਮੀਟਿੰਗ ਹੋਈ ਇਹਨਾਂ ਦੀ ਅੰਮ੍ਰਿਤਸਰ ਤੇ ਜਨਾਹ ਨੂੰ ਚਿੱਠੀ ਭੇਜੀ, ਜਿਹੜੇ ਆਗੂ ਦੇ ਰਾਹੀਂ ਭੇਜੀ ਉਹ ਅੰਮ੍ਰਿਤਸਰ ਤੋਂ ਦਿੱਲੀ ਚਲਾ ਗਿਆ। ਅੱਛਾ, ਲਾਹੌਰ ਜਾਣ ਦੀ ਬਜਾਏ ਚਿੱਠੀ ਲੈ ਕੇ, ਚਿੱਠੀ ਲੈ ਕੇ ਨਹਿਰੂ ਹੁਣਾਂ ਕੋਲ ਚਲਾ ਗਿਆ। ਅੱਛਾ, ਉਹਨੇ ਸੈਂਟ ਚ ਮਿਨਿਸਟਰ ਬਣਾ ਲਿਆ ਉਹਨੂੰ ਵਫ਼ਾਦਾਰ ਕਰਕੇ, ਫਿਰ ਭਾਈ ਆਹ ਸਲਾਹ ਕਰਦੇ ਆ, ਉਹਨੇ ਮੁੜ ਕੇ ਫਿਰ ਡੰਡਾ ਚਾੜ ਦਿੱਤਾ ਵੀ ਮਾਸਟਰ ਜੀ ਹੱਦ ਹੋ ਗਈ, ਸਾਈਆਂ ਕਿਤੇ ਵਧਾਈਆਂ ਕਿਤੇ, ਰਹਿੰਦਾ ਖੁੰਦਾ ਹੁਣ ਸਾਰਾ ਫਾਈਨੈਂਸ ਇਹਦਾ ਮਾਸਟਰ ਤਾਰਾ ਸਿੰਘ ਦਾ ਬਲਦੇਵ ਸਿੰਘ ਕਰਦਾ ਸੀ, ਠੀਕ ਹੈ, ਪੈਸੇ ਵਾਲਾ ਬੰਦਾ ਸੀ, ਠੀਕ ਹੈ, ਉਹਨੂੰ ਡਿਫੈਂਸ ਮਿਨਿਸਟਰ ਬਣਾਉਣ ਦਾ ਵਾਅਦਾ ਕਰ ਲਿਆ ਉਹਨੇ। ਹੁਣ ਤੁਸੀਂ ਜਿਹੜੇ ਸਾਡੇ ਵੱਡਿਆਂ ਵਡੇਰਿਆਂ ਨੇ ਕਰ ਲਈਆਂ ਗਲਤੀਆਂ ਉਹਨੂੰ ਸਮਝ ਲਓ ਤਾਂ ਵੀ ਹੋ ਗਈਆਂ ਬਸ, ਹੁਣ ਤੁਸੀਂ ਗਾਹਾਂ ਲਈ ਸੋਚੋ ਕਿੱਦਾਂ ਕਰਨੀ ਆ, ਅੱਜ ਦੇ ਮੁਲਕ ਅੱਜ ਦੇ ਸਮੇਂ 'ਚ ਕਿੱਦਾਂ ਨਜਿੱਠਣਾ ਤੁਸੀਂ? ਇਹ ਜਿਹੜਾ ਮਸਲਾ ਹੈ ਉਹੀ ਗੱਲਾਂ ਦਰਬਾਰ ਸਾਹਿਬ ਦੇ ਧਰਮ ਯੁੱਧ ਮੋਰਚੇ ਦੇ ਦੌਰਾਨ ਖੜੀਆਂ ਕੀਤੀਆਂ ਗਈਆਂ। ਆਪਾਂ ਇਸ ਮੁੱਦੇ ਤੇ ਵਾਪਸ ਆਉਣੇ ਆ, ਵਾਪਸ ਆਉਣੇ ਆ, ਨਹੀਂ ਗੱਲਾਂ ਕਰਨੇ ਦੀ ਪ੍ਰੋਬਲਮ, ਥੋੜੋ ਸੀ ਗੱਲਾਂ ਕਰੀ ਜਾਓ ਤੁਸੀਂ, ਧਰਮ ਯੁੱਧ ਮੋਰਚੇ ਵਿੱਚ ਤੁਸੀਂ ਇਹ ਗੱਲਾਂ ਕੀਤੀਆਂ, ਠੀਕ ਆ, ਸਵਾਲ ਤਾਂ ਇਹ ਆ ਵੀ ਤੁਸੀਂ ਹਥਿਆਰ ਰੱਖ ਲੈ, ਆਹੋ ਤੁਹਾਡੇ ਤੁਹਾਡਾ ਆਗੂ ਕਹਿ ਰਿਹਾ ਆ ਵੀ ਭਾਈ ਜਿਹੜਾ ਬੰਦਾ ਕੰਮ ਕਰਦਾ ਉਹਨੂੰ ਸੋਧਾ ਲਾ ਕੇ ਆ ਜਾਓ, ਮੈਂ ਸਾਹਮਣੇ, ਠੀਕ ਹੈ। ਹੁਣ ਮਿਲਟਰੀ ਦਾ ਘੇਰਾ ਪਿਆ ਉੱਥੇ, ਜਿਹੜੇ ਬੰਦੇ ਚੱਲ ਗਏ ਬਚ ਗਏ, ਹਨਾ, ਜੇ ਤੁਸੀਂ ਸਾਰੇ ਨਿਕਲ ਜਾਂਦੇ, ਜੇ ਸਾਰੇ ਜਣੇ ਬਾਹਾਂ ਖੜੀਆਂ ਕਰਕੇ ਉਸ ਵੇਲੇ ਘੇਰਾ ਪਾਈ ਤੇ ਅਕਸਰ ਸਰਕਾਰ ਦਾ ਕਾਨੂੰਨ ਚੱਲਦਾ, ਹੁਣ ਨਿਊਜ਼ੀਲੈਂਡ ਦੇ ਵਿੱਚ ਆ, ਅਮਰੀਕਾ ਵਾਲੇ ਦੱਸਣ, ਕਨੇਡਾ ਵਾਲੇ ਦੱਸਣ ਵੀ ਜਿਹੜੇ ਤੁਹਾਡੇ ਵੱਡੇ ਵੱਡੇ ਗੁਰਦੁਆਰੇ ਆ, ਜੇ ਕਿਤੇ ਉੱਥੇ ਪੁਲਿਸ ਆਵੇ ਆ ਕੇ ਕਹੇ ਵੀ ਸਾਰੇ ਜਣੇ ਬਾਹਰ ਆ ਜਾਓ, ਖਾਲੀ ਕਰ ਦਿਓ, ਤੁਸੀਂ ਕੀ ਕਰੋਗੇ? ਜਿਹੜਾ ਬੰਦਾ ਨਹੀਂ ਬਾਹਰ ਜਾਂਦਾ ਉਹਦਾ ਕੀ ਕਰੂਗੇ? ਉਹ ਕਰਕੇ ਦੇਖ ਲਓ ਤਾਂ, ਤੇ ਇਹ ਗੱਲ ਤੁਹਾਨੂੰ ਉੱਥੇ ਸਮਝ, ਅੱਜ ਮੰਨ ਲਓ ਤਾਂ ਗਲਤੀ ਆਪਣੀ, ਬਿਲਕੁਲ ਬਿਲਕੁਲ, ਹੋਰ ਕੁਛ ਬਾਕੀ ਸਾਰਾ ਕੁਛ ਛੱਡ ਦਈਏ ਵੀ ਜਦੋਂ ਉਹਨੇ ਕਿਹਾ ਸੀ ਬਾਹਰ ਆ ਜਾਓ, ਇੱਕ ਵਾਰੀ ਚੱਕ ਕੇ ਬਾਹਾਂ ਖੜੀਆਂ ਕਰਕੇ ਬਾਹਰ ਨਿਕਲ ਜਾਂਦੇ, ਬਿਲਕੁਲ ਠੀਕ ਹੈ ਨਾ, ਫਿਰ ਉਹ ਜਾਂਦੇ ਬੰਦੇ ਅੰਦਰ ਅੰਦਰੋਂ ਜਾ ਕੇ ਤਲਾਸ਼ੀ ਲੈ ਕੇ ਆ ਜਾਂਦੇ, ਅਕਾਲ ਤਖ਼ਤ ਰਹਿੰਦਾ ਸਾਡਾ? ਨਾ ਨਾ, ਸੁਲਤਾਨ ਤੇ ਹਮਲਾ ਹੁੰਦਾ ਕੋਈ? ਨਾ ਕੋਈ ਮਤਲਬ ਹੀ ਨਹੀਂ ਕਿਸੇ ਨੂੰ, ਹਨਾ, ਇੱਦਾਂ ਵੀ ਹਾਂ ਤੁਸੀਂ ਸਪੀਕਰ ਚ ਇਹ ਕਹਿ ਦਿੰਦੇ ਵੀ ਭਾਈ ਇੱਦਾਂ ਕਰੋ ਇੱਥੇ ਜਗ੍ਹਾ ਬਣਾਓ, ਠੀਕ ਹੈ, ਅਸੀਂ ਅਸੀਂ 40 ਜਣੇ ਆ, 40 ਜਣੇ ਲੜਨਾ ਅਸੀਂ ਤਾਂ ਤੁਹਾਡੇ ਨਾਲ, ਠੀਕ, ਅਗਲੇ ਨੂੰ ਕਹਿ ਦਿੰਦੇ ਬਾਹਰ ਲੜ ਲੈਂਦੇ ਜਾ ਕੇ। ਹੁਣ ਜਿਹੜਾ ਵਹਿਮ ਸੀ ਤੁਹਾਡੇ ਦਿਮਾਗ ਦੇ ਵਿੱਚ ਉਹ ਇਹ ਸੀ, ਉਹ ਭਿੰਡਰ ਵਾਲੇ ਨੇ ਆਪਣੀਆਂ ਸਪੀਚਾਂ ਦੇ ਰਾਹੀਂ ਆਲੇ ਦੁਆਲੇ ਲੋਕਾਂ ਨੂੰ ਗੱਲ ਇਹ ਕਹੀ ਹੋ ਸੀ ਵੀ ਜਦੋਂ ਮਿਲਟਰੀ ਆਊਗੀ ਨਾ ਮਾਝੇ ਦੇ ਏਰੀਏ ਦੇ ਵਿੱਚ, ਵੀ ਜਦੋਂ ਮਿਲਟਰੀ ਜੇ ਆ ਗਈ ਇੱਥੇ ਮਿਲਟਰੀ ਤੇ ਤੁਸੀਂ ਜੋ ਤੁਹਾਡੇ ਕੋਲ ਡੰਡਾ ਦਾਤੀ ਦਾਤ ਹਥੌੜਾ ਕੁਛ ਵੀ ਹੋਇਆ ਲੈ ਕੇ ਆ ਜਾਓ। ਉਹਨੂੰ ਇਹ ਸੀ ਵੀ ਮਿਲਟਰੀ ਨੇ ਦਰਬਾਰ ਸਾਹਿਬ ਨੂੰ ਘੇਰਾ ਪਾਉਣਾ, ਮਿਲਟਰੀ ਨੂੰ ਲੋਕਾਂ ਨੇ ਪਾ ਲਿਆ, ਵੀ ਜਦੋਂ ਲੱਖਾਂ ਦੀ ਗਿਣਤੀ ਚ ਲੋਕ ਹੋਏ ਉਹਨਾਂ ਨੂੰ ਥੋੜਾ ਮਾਰ ਦੋਗੇ ਉਹ, ਉਸ ਵੇਲੇ ਉਹਨੇ ਘੇਰਾ ਹਟਾ ਲੈਣਾ ਆ, ਅਸੀਂ ਕਰਕੇ ਸਾਡੀ ਬੱਲੇ ਬੱਲੇ ਹੋ ਜਾਣੀ, ਠੀਕ ਹੈ, ਮੁੜ ਕੇ ਸਰਕਾਰ ਕਹੂਗੀ ਹਾਂ ਭਾਈ ਦੱਸੋ ਕੀ ਚਾਹੀਦਾ, ਅਸੀਂ ਕਹਾਂਗੇ ਆਹ ਕਰੋ ਆਹ ਕਰੋ, ਠੀਕ ਹੈ। ਮਰਨ ਦੀ ਤਾਂ ਤਿਆਰੀ ਨਹੀਂ ਸੀ, ਕਿਸੇ ਦੀ ਮਰਨ ਦੀ ਤਿਆਰੀ ਥੋੜੋ ਸੀ, ਨਹੀਂ ਨਹੀਂ ਨਹੀਂ, ਰਹਿੰਦੀ ਖੁੰਦੀ ਚੱਕਣਾ ਜਿਹੜੀ ਪਾਕਿਸਤਾਨ ਵਾਲੇ ਦਿੱਤੀ ਉਹਦੇ ਵਿੱਚ ਵੀ ਜਾਣੀ, ਉਹ ਇੱਕ ਚੀਜ਼ ਨੀ ਅਸੀਂ ਸਮਝੇ ਵੀ ਜਦੋਂ ਪਾਕਿਸਤਾਨ ਨੂੰ ਤੋੜਨ ਲਈ ਬੰਗਲਾਦੇਸ਼ ਦਾ ਪਾਕਿਸਤਾਨ ਉਹਦੇ ਦੋ ਹਿੱਸੇ ਕਰਨ ਲਈ ਸਭ ਤੋਂ ਮੋਹਰੀ ਭੂਮਿਕਾ ਸਿੱਖਾਂ ਨੇ ਨਿਭਾਈ ਆ, ਆਹੋ,
ਉਹ ਵੀ ਉਹ ਜਰਨੈਲ ਜਿਹੜਾ ਸਵੇਗ ਸਿੰਘ ਆ ਉਸ ਵੇਲੇ ਬੰਗਲਾਦੇਸ਼ ਬਣਾਉਣ ਦੇ ਵਿੱਚ ਮੋਹਰੀ ਆ ਉਹੀ ਤੁਹਾਡੇ ਕੋਲ ਬੈਠਾ ਆ ਤੇ ਪਾਕਿਸਤਾਨ ਤੁਹਾਡੀ ਮਦਦ ਕਾਹਤੇ ਕਰੂਗਾ ਉਹਨਾਂ ਦਾ ਮੁਲਕ ਤੋੜਿਆ ਤੁਸੀਂ ਉਹਨਾਂ ਦਾ ਮੁਲਕ ਤੋੜ ਕੇ ਆਏ ਆ ਹਾਂ ਉਹ ਤਾਂ ਇਹ ਆ ਵੀ ਆਪਣਾ ਇੰਨਾ ਕਰ ਸਕਦਾ ਵੀ ਬਦਲਾ ਲੈ ਸਕਦਾ ਆਪਣਾ ਤੁਹਾਡਾ ਸਕਾ ਨਹੀਂ ਹੋ ਸਕਦਾ ਹਿੰਦੁਸਤਾਨ ਤੋਂ ਬਦਲਾ ਲੈਣ ਲਈ ਉਕਤੀ ਲੀ ਲਾ ਸਕਦਾ ਤੁਹਾਡਾ ਸਕਾ ਨਹੀਂ ਹੋ ਸਕਦਾ ਜੋ ਤੁਸੀਂ ਕੀਤਾ ਉਹ ਨੀ ਤੋਂ ਰੱਖ ਕੇ ਬੈਠੇ ਆ ਠੀਕ ਆ ਉਹਦੇ ਤੇ ਗੱਲ ਕਰਦੇ ਆ ਜਿੱਦਾਂ ਇਹਨਾਂ ਨੇ ਕਿਹਾ ਕਿ ਸਿਧਾਂਤ ਤੇ ਹਮਲਾ ਇੱਥੇ ਇਹ ਵੀ ਕਿਹਾ ਜਾਂਦਾ ਕਿ ਜਦੋਂ ਇਸ ਦੇਸ਼ ਦੇ ਅੰਦਰ ਸਿੱਖਾਂ ਦੀ ਪੂਰੀ ਤਰ੍ਹਾਂ ਡੈਮੋਕਰੇਟਿਕ ਵੇ ਨਾਲ ਉਹਦੇ ਚ ਪਾਈ ਵਾਲੀ ਫਿਰ ਕਿਉਂ ਇਸ ਤਰ੍ਹਾਂ ਦੀ ਵਜ੍ਹਾ ਬਣੀ ਕਿ ਦੁਸ਼ਮਣਾਂ ਵਾਲਾ ਵਤੀਰਾ ਨਜ਼ਰ ਆਇਆ ਜਿਸ ਤਰੀਕੇ ਨਾਲ ਹਮਲਾ ਕੀਤਾ ਗਿਆ ਜਾਂ ਕੁਛ ਤਰ੍ਹਾਂ ਇਹ ਮਹਿਸੂਸ ਕਰਦੀਆਂ ਕਿ ਜੋ 1947 ਵੇਲੇ ਵਾਅਦੇ ਜਾਂ ਦਾਅਵੇ ਕੀਤੇ ਗਏ ਸੀ ਉਹਨਾਂ ਦੇ ਉਲਟ ਵਾਪਰਿਆ ਸਾਰਾ ਕੁਛ ਮੈਂ ਇਹਨਾਂ ਦੇ ਦੋਨੋਂ ਪੁਆਇੰਟ ਦੇ ਉੱਤੇ ਜਵਾਬ ਦਿੰਦਾ ਜੀ ਪਹਿਲੀ ਗੱਲ ਤੁਸੀਂ ਵੀ ਇਹੋ ਹੀ ਕਿਹਾ ਕਿ ਇਹ ਦਰਬਾਰ ਸਾਹਿਬ ਦੇ ਉੱਤੇ ਹਮਲਾ ਕੀਤਾ ਗਿਆ ਇਹ ਹਮਲਾ ਜਿਹੜਾ ਸੀ ਦਰਬਾਰ ਸਾਹਿਬ ਦੇ ਉੱਤੇ ਨਹੀਂ ਕੀਤਾ ਗਿਆ ਦਰਬਾਰ ਸਾਹਿਬ ਬਹੁਤ ਪਵਿੱਤਰ ਜਗ੍ਹਾ ਹੈ ਹਰਿਮੰਦਰ ਸਾਹਿਬ ਤੇ ਅਕਾਲ ਤਖ਼ਤ ਦੋਨੋਂ ਪਵਿੱਤਰ ਜਗ੍ਹਾ ਨੇ ਉਹਨਾਂ ਦੇ ਉੱਤੇ ਫੌਜ ਦਾ ਹਮਲਾ ਜਾਂ ਸਰਕਾਰ ਦਾ ਹਮਲਾ ਨਹੀਂ ਹੋਇਆ ਹਮਲਾ ਜੇ ਫੌਜ ਅੰਦਰ ਵੜੀ ਹੈ ਤਾਂ ਉਹ ਕਿਸੇ ਕਾਰਨ ਵੜੀ ਹੈ ਕਿਸੇ ਜਿਨ੍ਹਾਂ ਨੇ ਕਸੂਰਵਾਰ ਕੋਈ ਮੁਲਜ਼ਮ ਜਿਹੜਾ ਹੈ ਨਾਲੇ ਉਹ ਜਿਹੜਾ ਕਾਰਨ ਵੀ ਆ ਤੁਸੀਂ ਦਿੱਤਾ ਬਿਲਕੁਲ ਤੁਸੀਂ ਚੌਂਕ ਮਹਿਤੇ ਤੋਂ ਉੱਠ ਕੇ ਗੁਰੂ ਨਾਨਕ ਨਿਵਾਸ ਆ ਗਏ ਉੱਥੋਂ ਉੱਠ ਕੇ ਅਕਾਲ ਤਖ਼ਤ ਚਲੇ ਗਏ ਤੁਸੀਂ ਮੌਕਾ ਦਿੱਤਾ ਉਹਨਾਂ ਨੂੰ ਬਿਲਕੁਲ ਉੱਥੇ ਬੈਠੇ ਤੁਸੀਂ ਦਿਨ ਦਿਹਾੜੇ ਬੰਦੇ ਮਾਰ ਰਹੇ ਆ ਉਹ ਮੰਨ ਲਓ ਆਪ ਕਹਿ ਰਹੇ ਵੀ CRPF ਤੋਂ ਰਫਲਾਂ ਖੋ ਖੋ ਕੇ ਅਸੀਂ ਤਾਂ ਲਿਆਉਂਦੇ ਸੀਗੇ ਮੰਨ ਲਓ ਲੁੱਕ ਕੇ ਕਿਸੇ ਘਰ ਦੇ ਵਿੱਚ ਵੜ ਜਾਂਦਾ ਹੈ ਤੇ ਪੁਲਿਸ ਦਾ ਕੰਮ ਹੈ ਉਹਨੂੰ ਫੜਨਾ ਸਵਾਲ ਕੀਤਾ ਕਹਿੰਦਾ ਮੈਂ ਦੋਹਾਂ ਗੱਲਾਂ ਦੇ ਜਵਾਬ ਦਿੰਦਾ ਠੀਕ ਆ ਇਹ ਤੋਂ ਨਹੀਂ ਚੁੱਪ ਰਹਿ ਹੋਇਆ ਮੇਰੀ ਗੱਲ ਸੁਣੋ ਜੇ ਦਰਬਾਰ ਸਾਹਿਬ ਦੇ ਵਿੱਚ ਸੰਤ ਜਰਨੈਲ ਸਿੰਘ ਬਣਿਆ ਵਾ ਸੀ ਗੋਲੀਆਂ ਤਾਂ ਸੰਤ ਜਰਨੈਲ ਸਿੰਘ ਅਕਾਲ ਤਖ਼ਤ ਹੈ ਤੇ ਗੋਲੀਆਂ 318 ਲੱਗੀਆਂ ਨੇ ਹਰਿਮੰਦਰ ਸਾਹਿਬ ਦੇ ਵਿੱਚ ਉਹਦੇ ਤੇ ਕਿਉਂ ਲੱਗਿਆ ਉੱਥੇ ਤਾਂ ਕੋਈ ਖਾੜਕੂ ਨਹੀਂ ਸੀ ਹੁਣ ਜਾਣੀ ਆਹ ਗੱਲ ਅਸੀਂ ਉਦਣ ਵੀ ਕਰਦੇ ਸੀ ਵੀ ਹੁਣ ਸੋਚ ਕੇ ਦੇਖੋ ਜਿਹੜੇ ਬੰਦੇ ਦਰਬਾਰ ਸਾਹਿਬ ਗਿਓ ਆ ਨਾ ਹਾਂਜੀ ਉਹ ਆਪਣੇ ਆਪ ਨੂੰ ਉੱਥੇ ਬਿਲਡਿੰਗ ਦੇ ਵਿੱਚ ਲੈ ਜਾਓ ਠੀਕ ਹੈ ਤੁਸੀਂ ਕਿਸੇ ਵੀ ਦਰਵਾਜ਼ੇ ਚੋਂ ਵੜੋ ਚਾਹੇ ਲੰਗਰ ਵਾਲੇ ਪਾਸਿਓਂ ਚਾਹੇ ਘੰਟਾ ਘਰ ਵਾਲੇ ਪਾਸਿਓਂ ਚਾਹੇ ਜਿਹੜਾ ਉਲਟੀ ਬਾਹੀ ਆ ਠੀਕ ਹੈ ਅਕਾਲ ਤਖ਼ਤ ਦੇ ਮੂਹਰੇ ਖੜ ਕੇ ਇੱਕ ਸੱਜੀ ਬਾਹੀ ਆ ਉਹਦੀ ਇੱਕ ਸਾਹਮਣੇ ਲੰਗਰ ਵਾਲਾ ਦਰਵਾਜ਼ਾ ਆ ਇੱਕ ਖੱਬੇ ਪਾਸਿਓਂ ਘੰਟਾ ਘਰ ਵਾਲੋਂ ਜਿੱਧਰੋਂ ਵੜਦੇ ਆ ਠੀਕ ਹੈ ਕਿਸੇ ਵੀ ਪਾਸਿਓਂ ਵੜ ਜਾਓ ਹੁਣ ਅਕਾਲ ਤਖ਼ਤ ਜਿੱਧਰ ਆ ਨਾ ਉੱਥੇ ਹੈਗੇ ਆ ਇਹ ਆਪ ਭਿੰਡਰ ਵਾਲੇ ਠੀਕ ਹੈ ਇਹਨਾਂ ਦੇ ਸਾਥੀ ਮਿਲਟਰੀ ਤਿੰਨਾਂ ਦਰਵਾਜ਼ਿਆਂ ਚੋਂ ਕਿਸੇ ਵੀ ਦਰਵਾਜ਼ੇ ਰਾਹੀਂ ਵੜ ਕੇ ਅਕਾਲ ਤਖ਼ਤ ਤੇ ਜਾ ਕੇ ਇਹਨਾਂ ਨੂੰ ਫੜਨਾ ਚਾਹੁੰਦੀ ਮਾਰਨਾ ਚਾਹੁੰਦੀ ਆ ਠੀਕ ਹੈ ਠੀਕ ਹੈ ਉਹ ਜਦੋਂ ਜਾ ਰਹੇ ਆ ਤੇ ਜਿਹੜੀ ਪ੍ਰਕਰਮਾ ਆ ਆਲੇ ਦੁਆਲੇ ਉਹਦੇ ਕਮਰੇ ਆ ਉਹ ਚ ਬੈਠੇ ਆ ਇਹਨਾਂ ਦੇ ਸਾਥੀ ਠੀਕ ਆ ਠੀਕ ਆ ਜਿਹੜੇ ਪਹਿਲੇ ਬੰਦੇ ਮਰੇ ਆ ਨਾ ਉਹ ਅਕਾਲ ਤਖ਼ਤ ਦੇ ਲਾਗੇ ਜਾ ਕੇ ਨਹੀਂ ਮਰੇ ਅੱਛਾ ਅਕਾਲ ਤਖ਼ਤ ਤੋਂ ਬੈਠੇ ਜਿਹੜੇ ਅੰਦਰ ਬੈਠੇ ਬੰਦੇ ਸੀ ਉਹਨਾਂ ਦੀਆਂ ਗੋਲੀਆਂ ਨਾਲ ਨਹੀਂ ਮਰੇ ਉਹ ਮਰੇ ਆ ਜਿਹੜੇ ਬੰਦੇ ਪ੍ਰਕਰਮਾ ਚ ਇਹਨਾਂ ਦੇ ਬੈਠੇ ਸੀ ਨਾ ਜਦੋਂ ਉਹ ਬੜੇ ਹੀ ਆ ਉਹਦੇ ਥੱਲੇ ਰੋਸ਼ਨਦਾਨ ਆ ਠੀਕ ਆ ਭੋਰੇ ਛੋਟੇ ਛੋਟੇ ਰੋਸ਼ਨਦਾਨਾਂ ਦੇ ਵਿੱਚ ਨਿੱਕ ਨਿੱਕੇ ਛੇਕ ਆ ਉਹਨਾਂ ਦੇ ਵਿੱਚ ਚੀਥਾਂ ਦੇ ਰਾਹੀਂ ਨੀ ਗੋਲੀਆਂ ਮਾਰੀਆਂ ਅੱਛਾ ਠੀਕ ਆ ਹੁਣ ਪ੍ਰਕਰਮਾ ਚ ਜਿਹੜੇ ਬੰਦੇ ਬੈਠੇ ਆ ਉਹ ਮਿਲਟਰੀ ਚ ਗੋਲੀਆਂ ਮਿਲਟਰੀ ਤੇ ਗੋਲੀਆਂ ਚਲਾ ਰਹੇ ਆ ਪ੍ਰਕਰਮਾ ਦੇ ਕਮਰਿਆਂ ਚ ਬੈਠੇ ਠੀਕ ਆ ਹੁਣ ਪ੍ਰਕਰਮਾ ਤੋਂ ਜਦੋਂ ਗੱਭਿਓ ਕਮਰਿਆਂ ਦੇ ਮੂਹਰੇ ਉਹ ਪ੍ਰਕਰਮਾ ਦੇ ਵਿੱਚ ਜਦੋਂ ਮਿਲਟਰੀ ਜਾ ਰਹੀ ਆ ਅਕਾਲ ਤਖ਼ਤ ਵੱਲ ਨੂੰ ਕਮਰਿਆਂ ਚੋਂ ਗੋਲੀ ਚੱਲ ਰਹੀ ਆ ਉਹ ਗੋਲੀ ਜੇ ਮਿਲਟਰੀ ਤੇ ਨਹੀਂ ਲੱਗਦੀ ਤੇ ਸਾਹਮਣੇ ਦਰਬਾਰ ਸਾਹਿਬ ਆ ਨਹੀਂ ਤਾਂ ਮਿਲਟਰੀ ਦੀ ਗੋਲੀ ਦਰਬਾਰ ਸਾਹਿਬ ਦੇ ਵਿੱਚ ਲੱਗਣ ਦਾ ਕੀ ਸਵਾਲ ਹੈ ਕਿਹੜੇ ਕਿਹੜੇ ਪੁਆਇੰਟ ਤੋਂ ਲੱਗੂਗੀ ਉਹ ਠੀਕ ਠੀਕ ਆ ਹੁਣ ਜਦੋਂ ਦਰਬਾਰ ਜਿਹੜਾ ਅਕਾਲ ਗ੍ਰੰਥੀ ਤੇ ਗੋਲੀ ਲੱਗਦੀ ਗੁਰੂ ਗ੍ਰੰਥ ਸਾਹਿਬ ਦੇ ਸਰੂਪ ਚ ਗੋਲੀ ਲੱਗਦੀ ਉਹ ਲੱਗਦੀ ਸਾਹਮਣੇ ਦਰਵਾਜ਼ੇ ਰਾਹੀਂ ਹੁਣ ਜਿਹੜੀ ਜੇ ਮਿਲਟਰੀ ਮੰਨ ਲਓ ਅਕਾਲ ਤਖ਼ਤ ਦੇ ਮੂਹਰੇ ਵੀ ਚੱਲ ਗਈ ਆ ਤੇ ਉਹ ਬੰਦੇ ਤਾਂ ਦਰਬਾਰ ਅਕਾਲ ਤਖ਼ਤ ਦੇ ਅੰਦਰ ਬੈਠੇ ਆ ਉਹ ਉਧਰ ਨੂੰ ਗੋਲੀ ਚਲਾਊਗੀ ਜਾਂ ਪਿੱਛੇ ਨੂੰ ਚਲਾਊਗੀ ਇਹ ਤਾਂ ਮੰਨ ਲਓ ਉਹ ਗੋਲੀ ਤਾਂ ਇਹਨਾਂ ਦੀ ਆ ਉਹ ਗੋਲੀਆਂ ਜਿਹੜੀਆਂ ਇਹਨਾਂ ਦੀਆਂ ਮਿਲਟਰੀ ਦੇ ਲੱਗੀਆਂ ਆ ਉਹ ਉਹ ਉੱਥੇ ਨਾ ਲੱਗ ਕੇ ਉਹਨਾਂ ਦੇ ਉਹ ਗਾਹਾਂ ਜਾ ਕੇ ਲੱਗ ਇਹ ਤਾਂ ਫਿਰ ਬੇਸਿਕ ਹੀ ਹੋ ਜਾਂਦੀ ਨਾ ਗੱਲ ਜਿਹੜੀ ਦਰਬਾਰ ਸਾਹਿਬ ਚ ਗੋਲੀ ਆ ਕੇ ਸਰੂਪ ਚ ਲੱਗ ਰਹੀ ਹੈ ਉਹ ਕਿਹਨੇ ਚਲਾਈ ਹੈ ਕਿੱਥੋਂ ਆਈ ਹੋ ਕਿੱਥੋਂ ਆਈ ਹੋ ਠੀਕ ਹੈ
ਅਗਲਾ ਮੂਹਰੇ ਤੁਹਾਡੇ ਤੁਹਾਨੂੰ ਠਿੱਠ ਕਰਨ ਨੂੰ ਬੈਠਾ ਤੂੰ ਝੁੱਡੂਆ ਪਹਿਲਾਂ ਉਹਦੀਆਂ ਗੱਲ ਘੱਗੇ ਨੇ ਆਹੀ ਕੰਮ ਕੀਤਾ ਸੀ ਠੀਕ ਪਿੱਛੇ ਟਾਈਮ ਟੀਵੀ ਦੇ ਉੱਤੇ ਉਹ ਲੈ ਗਿਆ ਆਹੋ ਉਹਨੇ ਬਿਠਾ ਲਿਆ ਇਹਨੂੰ ਹਨਾ ਦੂਜੇ ਪਾਸੇ ਰਤਿੰਦਰ ਸਿੰਘ ਬਿਠਾਇਆ ਸੀ ਪਹਿਲੇ ਪੰਜਾਂ ਕੁ ਮਿੰਟਾਂ ਦੇ ਵਿੱਚ ਜਿੰਨਾ ਕੁ ਇਹਦੇ ਕੋਲ ਗਿਆਨ ਸੀ ਸਾਰਾ ਝਾੜ ਦਿੱਤਾ ਅਗਲੇ ਨੇ ਉਹ ਜਲੂਸ ਕੱਢਿਆ ਬਾਅਦ ਚ ਜਿਹੜਾ ਰੇ ਰੱਬ ਦਾ ਫਿਰ ਤੂੰ ਚੁੱਪ ਕਰਕੇ ਬਹਿ ਜਾ ਪਹਿਲਾਂ ਸੁਣਤਾ ਲੈ ਉਹਨੂੰ ਕੀ ਕਹਿੰਦਾ ਤੈਨੂੰ ਆਗੂ ਹੋਣ ਦੇ ਨਾਤੇ ਚਾਹੀਦਾ ਸੀਗਾ ਵੀ ਪਹਿਲੀ ਵਾਰ ਅਗਲਾ ਆ ਕੇ ਬੈਠਾ ਉਹ ਗੱਲਾਂ ਕਰਦਾ ਤੂੰ ਇੱਕ ਇੱਕ ਗੱਲ ਦਾ ਜਵਾਬ ਛੋਟਾ ਛੋਟਾ ਦੇਈ ਜਾਂਦਾ ਹਨਾ ਤੂੰ ਜਲੂਸ ਆਪਣਾ ਕਢਾ ਕੇ ਰੱਖਣ ਲੱਗਾ ਉੱਥੇ ਉਹ 7 ਤਰੀਕ ਤੱਕ ਦਰਬਾਰ ਸਾਹਿਬ ਦੇ ਵਿੱਚ ਰਹੇ ਨੇ ਇੱਕ ਵੀ ਖਾੜਕੂ ਦਰਬਾਰ ਸਾਹਿਬ ਦੇ ਅੰਦਰ ਨਹੀਂ ਸੀ 318 ਗੋਲੀਆਂ ਪਹਿਲਾਂ ਛੋਟਾ ਜਵਾਬ 318 ਜਿਹੜੀਆਂ ਗੋਲੀਆਂ ਸੀ ਉਹਨਾਂ ਦੇ ਉੱਤੇ ਨਿਸ਼ਾਨ ਲੱਗਾ ਸੀ ਕਿ ਇਹ ਫੌਜ ਦੀਆਂ ਗੋਲੀਆਂ ਇਹ ਫੌਜ ਦੀਆਂ ਸੀ ਸਾਰੀਆਂ ਇਹਨੂੰ ਪਤਾ ਸਾਰੀ ਤੂੰ ਉਹ ਜਵਾਬ ਦੇ ਵੀ ਹਾਂ ਭਾਈ ਸਲਾਨੀ ਸੰਸਥਾ ਨੇ ਛਾਣਬੀਣ ਕੀਤੀ ਆ ਹਨਾ ਉਹ ਜਵਾਬ ਦੇ ਤੂੰ ਤੇ ਸਾਰੀਆਂ ਫੌਜ ਉਦਾਂ ਹੀ ਇੱਕ ਲਾਈਨ ਚ ਕਿੱਡੀ ਗੱਲ ਕਹਿ ਗਿਆ ਇਹ ਬਕਵਾਸ ਕੋਈ ਦੋਨੋਂ ਪਾਸੇ ਚੱਲ ਰਹੀ ਸੀ ਨਹੀਂ ਨਹੀਂ ਸਾਰੀਆਂ ਗੋਲੀਆਂ ਫੌਜੀ ਦੀਆਂ ਨੇ ਫੌਜ ਦੀਆਂ ਨੇ ਮੈਨੂੰ ਇਹ ਦੱਸੋ ਜੇ ਫੌਜ ਨੇ ਛੋਟੀਆਂ ਗੋਲੀਆਂ ਮਾਰੀਆਂ ਸੀ ਤਾਂ ਉਹਨਾਂ ਕੋਲ ਤੋਪਾਂ ਵੀ ਸੀ ਉਹਨਾਂ ਕੋਲ ਟੈਂਕ ਵੀ ਉਹਨਾਂ ਨੇ ਛੋਟੀਆਂ ਵੀ ਮਾਰੀਆਂ 12 ਟੈਂਕ ਵੀ ਚਲਾਏ ਨੇ 12 ਟੈਂਕ ਪ੍ਰਕਰਮਾਂ ਦੇ ਵਿੱਚ ਖੜੇ ਟੈਂਕ ਉੱਥੇ ਚੱਲੇ ਨੇ ਜਿੱਥੇ ਪਿੰਡਰਾਂ ਵਾਲੇ ਤੇ ਉਹਦੇ ਖੜਕੂ ਲੁਕੇ ਹੋਏ ਸੀ ਦੇਖੋ ਟੈਂਕ 12 ਟੈਂਕ ਦਰਬਾਰ ਸਾਹਿਬ ਦੇ ਅੰਦਰ ਵਾੜਨੇ ਇੱਕ ਧਾਰਮਿਕ ਸਥਾਨ ਦੇ ਅੰਦਰ ਭਾਈ ਸਾਹਿਬ ਇੱਕੋ ਸਭ ਤੋਂ ਘੱਟ ਗਿਣਤੀ ਕੌਮ ਨੂੰ ਇਸ ਤਰ੍ਹਾਂ ਕੁਚਲਣਾ ਟੈਂਕਾਂ ਤੋਪਾਂ ਨਾਲ ਇੰਨੇ ਵਾਲੇ ਆ ਇੱਥੇ ਅਕਲ ਦਾ ਜਨਾਜ਼ਾ ਦੇਖੋ ਇਹਨੂੰ ਕਿਤੇ ਵੀ ਬਿਠਾ ਲਓ ਜਾਣੀ 70 ਸਾਲਾਂ ਚ ਵੀ ਅਸੀਂ ਇਹ ਨਹੀਂ ਸਮਝ ਸਕੇ ਵੀ ਆਪਣੀ ਗੱਲ ਕਿੱਦਾਂ ਕਰਨੀ ਗੱਲ ਚ ਵਜਨ ਕਿੱਦਾਂ ਰੱਖਣਾ ਹਨਾ ਕਰੇਗਾ ਤੁਸੀਂ ਕਹਿੰਦੇ ਵੀ ਅਮਲਾ ਨਹੀਂ ਦਾ ਕੌਮ ਨੂੰ ਨਹੀਂ ਕਹੋ ਚਲੋ ਮੈਂ ਜਵਾਬ ਲੈਣਾ ਬ੍ਰਿਗੇਡ ਸਰ ਤੁਸੀਂ ਆਪਣਾ ਜੇ ਪਹਿਲੂ ਤੇ ਨਾ ਸਵਾਲ ਚਲੋ ਹੁਣ ਮੈਨੂੰ ਡਿਸਟਰਬ ਨਾ ਕਰਿਓ ਤੁਸੀਂ ਮੈਨੂੰ ਗੱਲ ਕਹਿ ਲੈਂਦੇ ਹੋ ਇਹ ਦਰਬਾਰ ਸਾਹਿਬ ਦੇ ਉੱਤੇ ਹਮਲਾ ਨਹੀਂ ਸੀ ਇਹ ਹਮਲਾ ਸੀ ਜਿਹੜੇ ਖਾੜਕੂ ਪਿੰਡਰਾ ਵਾਲੇ ਤੇ ਇਹ ਝੂਠ ਹੈ ਜੀ ਬਿਲਕੁਲ ਬੜਾ ਹੀ ਜੱਬੜ ਜੱਬੜ ਹੈ ਦੇਖੋ ਉਹ ਇੱਕ ਫੌਜੀ ਆ ਇਹ ਪੋਲੀਟੀਕਲ ਲੀਡਰ ਆ ਚਾਹੀਦਾ ਇਹ ਆ ਵੀ ਜਿਹੜਾ ਫੌਜੀ ਆ ਉਹ ਲੜਨੇ ਦੀਆਂ ਗੱਲਾਂ ਕਰੇ ਹਨਾ ਤੇ ਜਿਹੜਾ ਪੋਲੀਟੀਕਲ ਲੀਡਰ ਆ ਉਹ ਠੰਮੇ ਨਾਲ ਗੱਲ ਠੰਮੇ ਨਾਲ ਗੱਲ ਕਰੇ ਪਰ ਹੋ ਦੇਖੋ ਕੀ ਰਿਹਾ ਗੱਲ ਅਸੀਂ ਕਦਾ ਚਿੱਤ ਵੀ ਪ੍ਰਵਾਨ ਕਰਨ ਲਈ ਤਿਆਰ ਨਹੀਂ ਤੁਹਾਡੀ ਗੱਲ ਕਹਿੰਦਾ ਜੋ ਤੁਸੀਂ ਬੋਲਦੇ ਹੋ ਝੂਠ ਹੈ ਮੈਂ ਕਹਿੰਦਾ ਤੁਸੀਂ ਝੂਠ ਬੋਲਦੇ ਹੋ ਦਰਬਾਰ ਸਾਹਿਬ ਉੱਤੇ ਹਮਲਾ ਸੀ ਹੁਣ ਚਾਹੀਦਾ ਵੀ ਇੱਥੇ ਕਿਤੇ ਫੈਸਲਾ ਹੋਣ ਲੱਗਾ ਤੂੰ ਰਹਿਣ ਦੇ ਸਰੋਤਿਆਂ ਨੂੰ ਸੁਣ ਦੇ ਸੁਣ ਲੈਂਦੇ ਗੱਲ ਕਰ ਆਪਣੀ ਕਰਨ ਦੇ ਅਕਾਲ ਤਖਤ ਸਾਹਿਬ ਦੇ ਉੱਤੇ ਹਮਲਾ ਮੇਰੀ ਗੱਲ ਤਾਂ ਸੁਣ 38 ਗੁਰਦੁਆਰਿਆਂ ਤੇ ਹਮਲਾ ਕੀਤਾ ਸਰਕਾਰ ਨੇ ਬਾਕੀ 38 ਗੁਰਦੁਆਰਿਆਂ 'ਚ ਕਿਹੜਾ ਖਾੜਕੂ ਬੈਠਾ ਸੀ ਜੀ ਕਿਸੇ ਸਰਕਾਰ ਦਾ ਇਹ ਮੁੱਦਾ ਨਹੀਂ ਸੀ ਕਿ ਸਿੱਖਾਂ ਨੂੰ ਨੀਵਾਂ ਦਿਖਾਇਆ ਜਾਏ ਜਾਂ ਸਿੱਖਾਂ ਦੀ ਜਿਹੜੀ ਹੈ ਧਰਮ ਸਥਾਨ ਹੈ ਜਿਹੜਾ ਪਵਿੱਤਰ ਸਥਾਨ ਹੈ ਉਹਨੂੰ ਢਾਤਾ ਜਾਵੇ ਜਾਂ ਉਹਦੇ ਉੱਤੇ ਹਮਲਾ ਕੀਤਾ ਜਾਏ ਐਸੀ ਕੋਈ ਗੱਲ ਨਹੀਂ ਹੈ ਜਦ ਕੋਈ ਕੋਈ ਕ੍ਰਿਮੀਨਲ ਕੋਈ ਮੁਲਜ਼ਮ ਕਿਸੇ ਮਕਾਨ ਦੇ ਅੰਦਰ ਵੜ ਜਾਂਦਾ ਹੈ ਪੁਲਿਸ ਪਿੱਛੇ ਲੱਗੀ ਕੀ ਸੰਤ ਜਰਨੈਲ ਸੂ ਕ੍ਰਿਮੀਨਲ ਸੀ ਕੀ ਸੰਤ ਤੂੰ ਗੱਲ ਤਾਂ ਕਰਦੇ ਹੋ ਸਹੀ ਗੱਲ ਗੱਲ ਤਾਂ ਕਰਨ ਦੇ ਤੁਹਾਡੇ ਲਈ ਤਾਂ ਹੈ ਹੀ ਨਹੀਂ ਤੁਸੀਂ ਹੁਣ ਜਾਣੀ ਹੁਣ ਤੁਸੀਂ ਦੇਖ ਸਟੇਟ ਨੇ ਕਿੰਨੀ ਕਿੰਨੀ ਏਜੰਸੀਆਂ ਨੇ ਕਿੰਨੀ ਕਿੱਡੀ ਗੰਦੀ ਗੇਮ ਖੇਡੀ ਸਾਡੇ ਨਾਲ ਸਾਰਾ ਕੁਝ ਕਰ ਕਰਾ ਕੇ ਨਾ ਤੁਹਾਨੂੰ ਉਲਝਾਉਣ ਲਈ ਨਾਲੇ ਤਾਂ ਉਹਦੀਆਂ ਵੀਡੀਓ ਸਾਰੀਆਂ ਸਪੀਚਾਂ ਆਉਂਦੀਆਂ ਨਾਲੇ ਖੁੱਲ ਦਿੱਤੀ ਪੰਜਾਬ ਦੇ ਵਿੱਚ ਉਹਦੇ ਬੰਦਿਆਂ ਨੂੰ ਬੀਜੇ ਦੇ ਦੇ ਕੇ ਢਾਡੀਆਂ ਨੂੰ ਕਰਕੇ ਸਾਰਿਆਂ ਨੂੰ ਪੂਰੀ ਖੁੱਲ ਦਿੱਤੀ ਠੀਕ ਹੈ ਨਾਲੇ ਉਹ ਜਦੋਂ ਹੁਣ ਬੰਦੇ ਇੱਦਾਂ ਦੇ ਲੱਲੂ ਪੰਜੂ ਉੱਠ ਕੇ ਜਾ ਕੇ ਕਰਦੇ ਆ ਵੀ ਐਫ ਆਈ ਆਰ ਉੱਥੋਂ ਪਤਾ ਕਰੋ ਜੀ ਵੀ ਕੋਈ ਐਫ ਆਈ ਆਰ ਸੀਗੀ ਕਹਿੰਦੇ ਨਾ ਜੀ ਉਹਦੇ ਖਿਲਾਫ਼ ਕੋਈ ਐਫ ਆਈ ਆਰ ਨਹੀਂ ਠੀਕ ਹੈ ਤੁਹਾਨੂੰ ਚੱਕਰਾਂ 'ਚ ਪਾ ਤੱਕ ਨਹੀਂ ਉਹਨਾਂ ਨੇ ਸਾਰਾ ਕੁਛ ਕਰਕੇ ਮੁੜ ਕੇ ਫੇਲ ਜਾਤਾ ਤੁਹਾਨੂੰ ਜਰਨੈਲ ਸਿੰਘ ਦੇ ਖਿਲਾਫ ਹਿੰਦੁਸਤਾਨ ਦੀ ਕਿਸੇ ਥਾਣੇ ਵਿੱਚ ਪਰਚਾ ਹੈਗਾ ਅੱਜ ਤੱਕ ਦੱਸੋ ਤੁਸੀਂ ਅੱਜ ਤੱਕ ਦੱਸੋ ਵੀ ਹਿੰਦੁਸਤਾਨ ਦੇ ਕਿਸੇ ਥਾਣੇ ਵਿੱਚ ਸੰਤ ਜਰਨੈਲ ਸਿੰਘ ਦੇ ਖਿਲਾਫ਼ ਪਰਚਾ ਦਰਜ ਕਰਾਇਆ ਵਾ ਸਾਬਤ ਕਰ ਦੋ ਤੁਸੀਂ ਫੇਰ ਮੇਰੀ ਉਹ ਕ੍ਰਿਮੀਨਲ ਸੀ ਤੁਹਾਡਾ ਹਿੰਦੁਸਤਾਨ ਦੇ ਪ੍ਰਧਾਨ ਮੰਤਰੀ ਦਾ ਪੁੱਤ ਚੰਡੀਗੜ੍ਹ ਕਹਿ ਕੇ ਗਿਆ ਇੱਕ ਮਹੀਨਾ ਪਹਿਲਾਂ ਰਾਜੀਵ ਗਾਂਧੀ ਇੱਥੇ ਆ ਗਏ ਕਿ ਸੰਤ ਜਰਨੈਲ ਸਿੰਘ ਇੱਕ ਧਾਰਮਿਕ ਮਹਾਂਪੁਰਸ਼ ਹੈ ਉਹਦੀ ਸਟੇਟਮੈਂਟ ਹੈ ਅੱਛਾ ਜਾਣੀ ਇੱਥੇ ਵੀ ਨਾ ਗਧਿਆਂ ਨੂੰ ਇਹ ਨਹੀਂ ਸਮਝ ਆ ਰਹੀ ਵੀ ਜਦੋਂ ਨਾ ਇੰਦਰਾ ਗਾਂਧੀ ਨੂੰ ਵੀ ਉਹ ਬੀਬੀਸੀ ਵਾਲੇ ਪੁੱਛਦੇ ਸੀ ਵੀ ਭਾਈ ਤੇਰੇ ਐਮਪੀ ਦੇ ਤੇਰੇ ਜਿਹੜੇ ਮੈਂਬਰ ਆਫ ਪਾਰਲੀਮੈਂਟ ਖੜੇ ਆ ਕਾਂਗਰਸ ਵੱਲੋਂ ਉਹਨਾਂ ਦੀ ਸਪੋਰਟ ਕਰ ਰਿਹਾ ਬੰਦਾ ਉਹ ਠੀਕ ਉਹ ਕੌਣ ਆ
ਉਹ ਕਹਿੰਦੇ ਜੀ ਮੈਂ ਬਹੁਤਾ ਨੀ ਜਾਣਦੀ, ਇੰਨਾ ਕੁ ਮੈਂ ਸੁਣਿਆ ਵੀ ਕੋਈ ਧਾਰਮਿਕ ਆਗੂ ਆ, ਰਾਈਟ, ਠੀਕ ਆ। ਅੱਛਾ ਉਹਨੂੰ ਸਟੇਟਮੈਂਟ ਨੂੰ ਲੈ, ਦੇਖੋ ਜੀ ਇੰਦਰਾ ਗਾਂਧੀ ਵੀ ਕਹਿੰਦੀ ਧਾਰਮਿਕ ਆਗੂ ਆ, ਉਹ ਕਮਲੇ ਉਹ ਕਾਂਗਰਸ ਨੇ ਹੀ ਖੜਾ ਕੀਤਾ, ਰਾਜੀਵ ਗਾਂਧੀ ਤਾਂ ਕਹੂਗਾ ਹੀ, ਆਹੋ ਯਾ ਯਾ, ਤੁਸੀਂ ਉਹਨੂੰ ਆਪਣੇ ਹੱਕ ਚ ਕਿਉਂ ਲੈ ਰਹੇ ਆ ਜਾਣੀ, ਇੱਕ ਮਹੀਨਾ ਪਹਿਲਾਂ ਦਰਬਾਰ ਸਾਹਿਬ ਦੇ ਹਮਲੇ ਕਰਨ ਤੋਂ ਪਹਿਲਾਂ ਤੁਸੀਂ ਸਿਆਸੀ ਬੰਦਿਆਂ ਦੀ, ਸਿਆਸੀ ਬੰਦਿਆਂ ਦੀ ਕੋਈ ਜ਼ੁਬਾਨ ਨਹੀਂ ਹੁੰਦੀ, ਅੱਜ ਇਹ ਕਹਿੰਦੇ ਆ ਕੱਲ ਉਹ ਕਹਿੰਦੇ ਆ, ਕਮਾਲ ਬੰਦੇ ਦੀ ਸੈਂਸ, ਦੇਖ ਲਓ ਆਪਣੀ, ਉਹਨੇ ਦੋ ਕੇ ਲਾਈਨਾਂ ਬੋਲੀਆਂ, ਦੋ ਲਾਈਨਾਂ ਉਹਦੀਆਂ ਉਹਦੇ ਸਾਰੇ ਬਕਵਾਸ ਤੇ ਭਾਰੂ ਆ, ਭਾਰੂ ਆ। ਤੁਸੀਂ ਦੂਸਰੀ ਗੱਲ ਕੀ ਇਹਦਾ ਨਾਂ ਸੀ, ਤੁਸੀਂ ਹਮਲੇ ਦੀ ਗੱਲ ਕਰ ਰਹੇ ਸੀ, ਤੁਸੀਂ ਕਹਿ ਰਹੇ ਸੀ ਵੀ ਨਹੀਂ ਇਸ ਤਰ੍ਹਾਂ ਹਮਲਾ ਨਹੀਂ ਕੀਤਾ ਗਿਆ, ਨਹੀਂ ਹਮਲਾ, ਕਿਉਂਕਿ ਦਰਬਾਰ ਸਾਹਿਬ ਦੀ ਘੇਰਾਬੰਦੀ ਦੀ ਗੱਲ ਉਹਦੇ ਸਾਰੀ, ਤੁਹਾਨੂੰ ਇਹ ਪਤਾ ਹੈ, ਤੁਸੀਂ ਜਾਣਦੇ ਹੋ, ਸਿੱਖ ਹਿਸਟਰੀ ਜਾਣਦੇ ਹੋਗੇ, ਜਦੋਂ ਅਕਾਲ ਤਖ਼ਤ ਬਣਿਆ ਹੈ ਅਤੇ ਛੇਵੇਂ ਗੁਰੂ ਸਾਹਿਬ ਨੇ ਉੱਥੇ ਆਪਣੀ ਜਗ੍ਹਾ ਸਥਾਪਿਤ ਕੀਤੀ ਹੈ, ਉਸ ਤੋਂ ਬਾਅਦ ਜਿਹੜੇ ਜਿੰਨੇ ਵੀ ਅਕਾਲ ਤਖ਼ਤ ਦੇ ਹੈੱਡ ਗ੍ਰੰਥੀ ਰਹੇ ਨੇ, ਜਿੰਨੇ ਵੀ ਜਥੇਦਾਰ ਰਹੇ ਨੇ, ਉਹਨਾਂ ਨੇ ਮਿਲ ਕੇ ਇੱਕ ਮਤਾ ਪਾਸ ਕੀਤਾ ਸੀ ਕਿ ਇਹ ਅਕਾਲ ਤਖ਼ਤ ਦੇ ਵਿੱਚ ਕੋਈ ਰਿਹਾਇਸ਼ ਨਹੀਂ ਰੱਖੇਗਾ, ਕੋਈ ਵੱਡੇ ਹਥਿਆਰ ਨਹੀਂ ਲੈ ਕੇ ਜਾਏਗਾ, ਯਾਨੀ ਵੱਡੇ ਹਥਿਆਰ ਦਾ ਮਤਲਬ ਲੰਮੀ ਕਿਰਪਾਨ, ਛੋਟੀ ਕਿਰਪਾਨ ਲਿਜਾ ਸਕਦੇ ਹੈ, ਇਹ ਸਭ ਤੋਂ ਪਹਿਲਾਂ ਉੱਥੇ ਰਾਈਫਲਾਂ ਅਤੇ AK-47 ਆਪਣੇ ਸਿੰਘਾਂ ਨੇ, ਤੁਸੀਂ ਦੇਖੋ ਪੜ੍ਹ ਕੇ, ਇਹ ਤੁਹਾਨੂੰ ਤੁਹਾਡੀ ਜਾਣਕਾਰੀ ਚ ਨਹੀਂ ਹੈ, ਗੁਰੂ ਸਾਹਿਬਾਨ ਨੇ ਬਕਾਇਦਾ ਅਕਾਲ ਤਖ਼ਤ ਸਾਹਿਬ ਦੇ ਉੱਤੇ ਗੁਰੂ ਹਰਗੋਬਿੰਦ ਪਾਤਸ਼ਾਹ ਨੇ ਕਿਹਾ ਸੀ, ਮੇਰੇ ਦਰਸ਼ਨ ਦਦਾਰੇ ਕਰਨ ਵਾਲਾ ਸਿੱਖ ਘੋੜਾ ਭੇਟ ਕਰੇਗਾ, ਸ਼ਸਤਰ ਭੇਟ ਕਰੇਗਾ, ਅੱਜ ਤੋਂ ਬਾਅਦ ਇਸ ਗੱਲ ਦਾ ਧਿਆਨ। ਤੂੰ ਇੰਨਾ ਤਾਂ ਮੰਨ ਜਾ ਵੀ ਚਲੋ ਠੀਕ ਹੈ ਜੀ, ਦੇਖੋ ਇਹ ਗੱਲ ਇੱਦਾਂ ਨਹੀਂ ਵੀ ਗੁਰੂ ਸਾਹਿਬ ਨੇ ਇੱਦਾਂ ਹੀ ਕਿਹਾ ਸੀ, ਮੈਂ ਗਰੰਟੀ ਦੇ ਦਿੰਦਾ ਇਹ ਮਤਾ ਕਿਤੇ ਨਾ ਕਿਤੇ ਨਿਕਲੇ ਆਉਣਾ ਇਹ, ਜਿਹੜੀ ਗੱਲ ਆ ਬ੍ਰਿਗੇਡੀਅਰ ਨੇ ਕਹੀ ਆ, ਕਿਉਂਕਿ ਕਿਉਂਕਿ ਇਹ 1955 ਦੇ ਵਿੱਚ ਨਾ ਜਦੋਂ ਰੌਲਾ ਪਿਆ, ਉਹ ਸੈਂਟਰ ਨਾਲ ਸਿੱਖਾਂ ਦੀਆਂ ਕੁਛ ਮੰਗਾਂ ਦੀ ਗੱਲ ਸੀਗੀ, ਠੀਕ ਹੈ, ਤੇ ਇਹਨਾਂ ਨੇ ਹਥਿਆਰ ਚੱਕ ਕੇ ਕਿਰਪਾਨਾਂ ਚੱਕ ਕੇ ਤੇ ਇੱਦਾਂ ਮੁਜ਼ਾਹਰੇ ਸ਼ੁਰੂ ਕਰ ਦਿੱਤੇ। ਅੱਛਾ, ਉਹਨੇ ਕਹਿਤਾ ਵੀ ਜਿਨ੍ਹਾਂ ਜਿਨ੍ਹਾਂ ਦੇ ਕੋਲ ਲਾਇਸੈਂਸੀ ਹਥਿਆਰ ਹੈਗੇ ਆ ਉਹ ਜਮ੍ਹਾਂ ਕਰਾ ਦਿਓ, ਤੇ ਇਹ ਸ਼੍ਰੋਮਣੀ ਕਮੇਟੀ ਚੋਂ ਸਾਡੇ ਆਗੂਆਂ ਨੇ ਕਹਿਤਾ ਵੀ ਆਪਣੇ ਲੈ ਕੇ ਹਥਿਆਰ ਦਰਬਾਰ ਸਾਹਿਬ ਆ ਜਾਓ। ਅੱਛਾ, ਠੀਕ ਆ, ਹੁਣ ਉਹਨਾਂ ਨੂੰ ਜਮ੍ਹਾਂ ਕਰਾਉਣ ਦੀ ਬਜਾਏ ਦਰਬਾਰ ਸਾਹਿਬ ਚ ਇਕੱਠੇ ਹੋਣੇ ਸ਼ੁਰੂ ਹੋ ਗਏ। ਅੱਛਾ, ਹੁਣ ਨਹਿਰੂ ਪ੍ਰਧਾਨ ਮੰਤਰੀ ਸੀਗਾ, ਉਹਨੇ ਪੁਲਿਸ ਨੂੰ ਕਹਿਤਾ ਵੀ ਜਾ ਕੇ ਲਿਆਓ ਫੜ ਕੇ, ਅੰਦਰੋਂ ਚੱਕ ਕੇ ਹਥਿਆਰ ਲੈ ਕੇ ਆਓ। ਅੱਛਾ, ਪੁਲਿਸ ਗਈ ਅੰਦਰ, ਫੜ ਕੇ ਲੈ ਗਈ, ਸਣੇ ਜੁੱਤੀਆਂ ਗਈ, ਉਹ ਆਰਾਮ ਨਾਲ ਠੁੱਠੇ ਵਰਗਾ ਮੂੰਹ ਕਰਕੇ ਬਹਿ ਗਿਆ, ਜਿਹੜਾ ਕਹਿੰਦੇ ਆ ਉਦੋਂ ਵੀ ਗਈ ਉਹ ਸੀ, ਠੀਕ ਆ, ਠੀਕ ਆ, ਜਾਣੀ ਸੀ ਫਿਰ, ਆਹੋ ਆਹੋ, ਉਹਦਾ ਜ਼ਿਕਰ ਕਿਉਂ ਨਹੀਂ ਕਰਦੇ ਫਿਰ ਤੁਸੀਂ, ਠੀਕ ਆ, ਬਸ ਉਹ ਇੱਦਾਂ ਦਾ ਰੌਲਾ ਰੂਲਾ ਪਾ ਕੇ ਇਹਨਾਂ ਨੇ, ਹਨਾ, ਵੀ ਲੋਕਲ ਫੋਨ ਆ ਜੀ ਇੱਕ, ਕੁਛ ਦੇਖ ਲਈਏ ਆਪਾਂ, ਠੀਕ ਹੈ ਜੀ, 107 ਤੇ ਤੁਸੀਂ ਆਉਂਦੇ ਰਹੋ ਜੀ। ਹਾਂਜੀ, ਹਰਨੇਕ ਭਾਈ ਬੋਲਦੇ? ਹਾਂਜੀ, ਮੈਂ ਫੋਨ ਕੀਤਾ, ਤੁਹਾਡੀ ਵੀਡੀਓ ਦੇਖ ਰਿਹਾ ਜੀ ਹੁਣੀ ਮੈਂ ਇੱਕ। ਹਾਂਜੀ, ਤੁਹਾਡੀ ਮਾਂ ਦਾ ਲੰਨ ਕਾਹਤੋਂ ਬੜਿਆ? ਹੁਣ ਇਹਨਾਂ ਗੱਲਾਂ ਤਾਂ ਕਈ ਵਾਰ ਆਹ ਮੂਰਖ ਜਾਣੀ ਆ ਆ ਆ ਲਿਆਕਤ ਆ ਉਹ, ਉੱਥੇ ਲੀਡਰਾਂ ਨੂੰ ਅਸੀਂ ਪਿੱਟਣ ਲੱਗੇ ਹੋ, ਹਨਾ ਬਈ, ਹੁਣ ਆਹੋ ਹੁਣ ਇੰਨੀ ਇੰਨੀ ਅਕਲ ਆ ਇਹਨਾਂ ਨੂੰ ਜਾਣੀ, ਵੀ ਤੂੰ ਹੁਣ ਸਬਰ ਕਰ ਲੈਂਦਾ ਕਾਹਨੂੰ ਆਪਣਾ ਜਲੂਸ ਕਢਾਉਣਾ ਜਾਣੀ, ਹਨਾ, ਤੁਹਾਡਾ ਹੋਣਾ, ਤੁਹਾਡਾ ਪਿਛਲਾ ਪਿਛੋਕੜ, ਤੁਹਾਡਾ ਸਾਰਾ ਕੁਛ ਇੱਥੇ ਖੜਾ, ਸਾਰੀ ਸਿੱਖਿਆ ਸਾਰਾ ਜਾਣੀ, ਕਿੱਦਾਂ ਕਿੱਡਾ ਕਲੰਕ ਲਾ ਦਿੱਤਾ ਇਹਨਾਂ ਨੇ ਗੁਰੂ ਗੋਬਿੰਦ ਸਿੰਘ ਦੇ ਉੱਤੇ, ਇਹਨਾਂ ਨੂੰ ਚਲਾਇਆ ਗੁਰੂ ਗੋਬਿੰਦ ਸਿੰਘ ਨੇ, ਔਰ ਸੱਤਿਆ ਇਹਨਾਂ ਨੂੰ, ਤਾਕਤ ਦੇ ਰਹੇ ਜਾਣੀ ਇਹਨਾਂ ਨੂੰ, ਇਹਨਾਂ ਨੇ ਸਵਰਗਾਂ ਚ ਜਾ ਕੇ ਗੁਰੂ ਦੀ ਗੋਦੀ ਦਾ ਨਿੱਘ ਮੰਨਣਾ ਜਾਣੀ। ਚਲੋ ਰੱਖਿਆ ਜਾਵੇ ਉਚੇਚੇ ਤੌਰ ਤੇ, ਹਥਿਆਰਾਂ ਦੇ ਪਾਬੰਦੀ ਸਿਰਫ ਕੁਝ ਸਮਾਂ ਉਦੋਂ ਲੱਗੀ ਜਦੋਂ 12 ਮਿਸਲਾਂ ਬਣੀਆਂ, 12 ਮਿਸਲਾਂ ਵੇਲੇ ਮੰਨ ਗਿਆ ਭਾਈ, ਠੀਕ ਆ ਬਈ, ਕਹਿੰਦਾ ਹਥਿਆਰਾਂ ਦੀ ਪਾਬੰਦੀ, ਛੇਵੇਂ ਪਾਤਸ਼ਾਹ ਨੇ ਕਿਹਾ ਸੀ ਵੀ ਮੇਰੇ ਜਦੋਂ ਦਰਸ਼ਨ ਨੂੰ ਆਉਣਾ ਘੋੜੇ ਤੇ ਹਥਿਆਰ ਲੈ ਕੇ ਆਓ, ਠੀਕ ਆ, ਮਿਸਲਾਂ ਦੇ ਵੇਲੇ ਕਹਿੰਦਾ ਪਾਬੰਦੀ ਲੱਗੀ ਆ, ਸੁਣਿਓ, ਓਕੇ, ਹਾਂ
झगड़े का डर तना ना पैदा हो झगड़ा ना होने अपने मूंगिया हथियार रख के जे फिर उस वे हो गया डेमोक्रेसी क्यों नहीं आहो हूं नहीं डर है बिलकुल ਇੱਥੇ ਤਾਂ ਉਦਾਂ ਹੀ ਲਾਜ਼ਮੀ ਆ ਇਹਨਾਂ ਨੂੰ ਪਤਾ ਹੀ ਨਹੀਂ ਵੀ ਸਾਡੀ ਕਿਹੜੀ ਗੱਲ ਸਾਡੇ ਵਿਰੁੱਧ ਜੜ ਜਿਹੜਾ ਫਿਊਜ਼ ਬੜਾ ਛੋਟਾ ਹੁੰਦਾ ਹੈ ਚਾਰ ਬੰਦੇ ਉੱਥੇ ਬਹਿੰਦੇ ਤੇ ਲੜਨ ਲੱਗ ਪੈਂਦੇ ਆ ਪਿੱਛੇ ਜੇ ਲੜਾਈ ਹੋਈ ਕਿ ਨਹੀਂ ਕੁਰਬਾਨਾ ਨਿਕਲੀਆਂ ਕਿ ਨਹੀਂ ਉੱਥੇ ਬਲਵਾਨ ਨਿਕਲੀਏ ਕਿ ਨਹੀਂ ਉਹ ਗੱਲ ਨਹੀਂ ਹੋਣਾ ਚਾਹੀਦਾ ਤੁਹਾਡੀ ਗੱਲ ਠੀਕ ਹੈ ਬਿਲਕੁਲ ਇਸੇ ਕਰਕੇ ਉੱਥੇ ਹਥਿਆਰ ਲਿਜਾਣੇ ਅਲਾਊਡ ਨਹੀਂ ਬ੍ਰਿਗੇਡੀਅਰ ਸਾਹਿਬ ਕੋਈ ਇਜਾਜ਼ਤ ਨਹੀਂ ਜੀ ਬ੍ਰਿਗੇਡੀਅਰ ਸਾਹਿਬ ਮੇਰੀ ਮਜਬੂਰੀ ਹੈ ਬ੍ਰੇਕ ਦੀ ਮੈਂ ਵਾਪਸ ਆ ਰਿਹਾ ਬ੍ਰਿਗੇਡੀਅਰ ਸਾਹਿਬ ਬਜੋਲੀ ਸਾਹਿਬ ਮੈਂ ਵਾਪਸ ਆ ਰਿਹਾ ਮੇਰੀ ਮਜਬੂਰੀ ਹੈ ਬ੍ਰੇਕ ਦੀ ਆਪਾਂ ਲੈਣੇ ਇੱਕ ਛੋਟੀ ਜਿਹੀ ਬ੍ਰੇਕ ਬ੍ਰੇਕ ਤੋਂ ਬਾਅਦ ਇਸੇ ਹੀ ਮਾਮਲੇ ਤੇ ਜਿਹੜਾ ਨਾਜ਼ੁਕ ਵੀ ਹੈ ਤੇ ਭਾਵੁਕ ਵੀ ਹੈ ਆ ਰਹੇ ਹਾਂ ਵਾਪਸ ਨਜ਼ਰੀਏ ਦੀ ਡਿਬੇਟ ਦਰਸ਼ਕਾਂ ਦਾ ਸਵਾਗਤ ਬ੍ਰਿਗੇਡੀਅਰ ਸਾਹਿਬ ਬ੍ਰੇਕ ਤੋਂ ਪਹਿਲਾਂ ਤੁਸੀਂ ਆਪਣੀ ਗੱਲ ਸਪਸ਼ਟ ਕਰਨਾ ਚਾਹੁੰਦੇ ਸੀ ਹਾਂ ਇਹੋ ਹੀ ਕੀਤੀ ਸੀ ਕਿ ਪਿੰਡਰਾ ਵਾਲੇ ਤੇ ਉਹਨਾਂ ਦੇ ਸਾਥੀ ਜਿਹੜੇ ਖਾੜਕੂ ਸੀ ਹਥਿਆਰਾਂ ਦੀ ਗੱਲ ਕੀਤੀ ਉਹ ਪਹਿਲੇ ਲੋਕ ਸੀ ਜਿਨ੍ਹਾਂ ਨੇ ਅਕਾਲ ਤਖ਼ਤ ਦੇ ਵਿੱਚ ਹੁਣ ਤੁਸੀਂ ਬੋਲੇ ਉਹਨਾਂ ਵਿੱਚੋਂ ਅਕਾਲ ਤਖ਼ਤ ਦੇ ਵਿੱਚ ਕਾਫੀ ਦੇਰ ਵਾਸਤੇ ਇਸੇ ਗੱਲ ਦੀ ਮਤਲਬ ਇਹਨਾਂ ਦੇ ਫਿੱਟ ਲਾਣਤ ਪੈਣੀ ਚਾਹੀਦੀ ਆ ਵੀ ਇੱਕ ਬੰਦਾ ਜਦੋਂ ਇਹ ਗੱਲ ਕਹਿ ਰਿਹਾ ਮੈਨੂੰ ਆਪਣੀ ਗੱਲ ਕਹਿ ਲੈਣ ਦੋ ਫਿਰ ਉਹ ਕਿਹੜਾ ਕਿਸੇ ਨੂੰ ਗਲਤ ਬੋਲ ਰਿਹਾ ਗੱਲ ਕਰ ਗੱਲ ਰੱਖ ਰਿਕਾਰਡ ਤੇ ਗੱਲ ਆ ਰਹੀ ਤੈਨੂੰ ਤਾਂ ਮੌਜ ਆ ਸਕੋ ਤੂੰ ਰਿਕਾਰਡ ਹੋ ਲੈਣ ਦੇ ਮੁੜ ਕੇ ਇਸ ਚੈਨਲ ਤੇ ਅਖੀਰ ਥੋੜਾ ਵਾ ਕਿਤੇ ਅਖੀਰ ਦੇ ਵਿੱਚ ਤੂੰ ਆਪਣਾ ਜੋ ਜੋ ਕਹਿਣਾ ਕਹਿੰਦੇ ਇਹਨਾਂ ਨੇ ਰਿਕਾਰਡ ਹੋ ਜਾਣੀ ਮੁੜ ਕੇ ਜਦੋਂ ਮਰਜ਼ੀ ਕਰ ਤਾਂ ਹੀ ਇਹਨਾਂ ਨੂੰ ਪਸ਼ੂ ਕਹਿੰਦੇ ਹਨ ਲੋਕੀ ਸਾਬਤ ਕਰ ਉੱਥੇ ਦਿਨ ਰਾਤ ਖਾਣਾ ਪੀਣਾ ਸਭ ਕੁਛ ਉੱਥੇ ਹੀ ਹੁੰਦਾ ਸੀ ਨਾਲ ਹਥਿਆਰ ਲੈ ਕੇ ਗਏ ਹਥਿਆਰਾਂ ਨੇ ਕੀਤੀ ਹੈ ਜੀ ਹਥਿਆਰਾਂ ਬਾਰੇ ਮੈਂ ਵੀ ਪੁੱਛਣਾ ਚਾਹਾਂਗਾ ਜਦੋਂ ਹਥਿਆਰ ਅੰਦਰ ਗਏ ਤੁਸੀਂ ਕਹਿੰਦੇ ਪੰਜੋਲੀ ਸਾਹਿਬ ਦੇ ਆਪਣਾ ਤਰਕ ਹੈਗਾ ਹਥਿਆਰ ਗਏ ਅੰਦਰ ਗਏ ਤੁਸੀਂ ਕਹਿੰਦੇ ਹਥਿਆਰ ਜਮ੍ਹਾਂ ਹੋਏ ਸਵਾਲ ਇਹਦਾ ਸਮੁੱਚਾ ਪ੍ਰਸ਼ਾਸਨ ਬਾਹਰ ਜਿਹੜਾ ਹੈਗਾ ਪੰਜਾਬ ਸਰਕਾਰ ਹਿੰਦੁਸਤਾਨ ਦੀ ਸਰਕਾਰ ਗੋਵਰਨਮੈਂਟ ਦੀਆਂ ਤਰ੍ਹਾਂ ਤਰ੍ਹਾਂ ਦੀਆਂ ਏਜੰਸੀ ਜਿਹੜੀਆਂ ਹੈਗੀਆਂ ਫਿਰ ਉਹ ਹਥਿਆਰ ਕਿਵੇਂ ਚਲੇ ਗਏ ਫਿਰ ਜੇ ਗਏ ਤਾਂ ਕਿਤੇ ਨਾ ਕਿਤੇ ਜ਼ਿੰਮੇਵਾਰੀ ਉੱਥੋਂ ਦੀ ਪੁਲਿਸ ਦੀ ਪ੍ਰਸ਼ਾਸਨ ਦੀ ਬਿਲਕੁਲ ਉਹਨਾਂ ਦੀ ਵੀ ਤਾਂ ਬਣਦੀ ਹੈ ਨਾ ਉਹਨਾਂ ਨੂੰ ਪੁੱਛਣਾ ਚਾਹੀਦਾ ਪੁਲਿਸ ਵਾਲਿਆਂ ਨੂੰ ਪੁੱਛਣਾ ਚਾਹੀਦਾ ਜਦੋਂ ਸੇਵਾ ਵਾਲੀਆਂ ਗੱਡੀਆਂ ਜਿਹੜੀਆਂ ਬਾਕੀ ਇੱਟਾਂ ਤੇ ਸੀਮੈਂਟ ਤੇ ਰੇਤ ਤੇ ਬਾਕੀ ਕਣਕ ਸਿੱਧੂ ਸਾਹਿਬ ਮੇਰੀ ਮੈਂ ਪੁੱਛਣਾ ਚਾਹੁੰਦਾ ਬ੍ਰਿਗੇਡੀਅਰ ਸਾਹਿਬ ਨੂੰ ਜੀ ਪਾਕਿਸਤਾਨ ਦੇ ਬਾਰਡਰ ਤੇ ਫੌਜ ਲੱਗੀ ਹੋਈ ਹੈ ਜਿੱਥੇ ਕਿਤੇ ਮਾੜਾ ਮੋਟਾ ਚੀਨ ਦਾ ਬਾਰਡਰ ਪੈਂਦਾ ਉੱਥੇ ਫੌਜ ਲੱਗੀ ਹੋਈ ਹੈ ਦਰਬਾਰ ਸਾਹਿਬ ਦੇ ਵਿੱਚ 38 ਬੰਦੇ ਸੀ ਜਿਨ੍ਹਾਂ ਨੇ ਫੌਜ ਦਾ ਮੁਕਾਬਲਾ ਕੀਤਾ ਕੇਵਲ 38 ਬੰਦੇ ਤੇ ਇਹ ਮਾਰੇ ਇਹਨਾਂ ਨੇ ਘੱਟੋ ਘੱਟ ਵੀ ਮਤਲਬ 7,000 ਦੇ ਕਰੀਬ ਉੱਤੇ ਸਿੱਖ ਮਾਰਤਾ 38 ਬੰਦੇ ਨੇ ਲੜਾਈ ਲੜੀ ਤੇ ਜਦੋਂ ਦਰਬਾਰ ਸਾਹਿਬ ਦੇ ਉੱਤੇ ਪੂਰੀ ਤਰ੍ਹਾਂ ਹਮਲਾ ਕਰ ਲਿਆ ਫਿਰ ਉਹ ਜਿਹੜੀਆਂ ਮਤਲਬ ਰਫਲਾਂ ਸੀ ਜਿਹੜੀਆਂ ਅੰਦਰ ਰੱਖਿਆ ਹਥਿਆਰ ਜੋ ਅੰਦਰ ਰੱਖੇ ਜਿਹਨਾਂ ਨੂੰ ਇਹ ਨਜਾਇਜ਼ ਹਥਿਆਰ ਕਹਿੰਦੇ ਨੇ ਵੀ ਸੰਤ ਜਰਨੈਲ ਸਿੰਘ ਦੇ ਸੀ ਉਹ ਸਾਰੇ ਤਾਂ ਫੌਜ ਨੇ ਬਾਅਦ ਚ ਰੱਖੇ ਨੇ ਮੈਨੂੰ ਲੱਗਦਾ ਤੁਸੀਂ ਦਰਬਾਰ ਸਾਹਿਬ ਨੂੰ ਸਾਰਾ ਕੁਝ ਖਾਲੀ ਕਰਨ ਤੋਂ ਬਾਅਦ ਜਦੋਂ ਸਾਰੇ ਟੌੜਾ ਸਾਹਿਬ ਨੂੰ ਗ੍ਰਿਫਤਾਰ ਕਰਕੇ ਸੰਤ ਲੌਂਗੋਵਾਲ ਨੂੰ ਗ੍ਰਿਫਤਾਰ ਕਰਕੇ ਸਾਰਿਆਂ ਨੂੰ ਗ੍ਰਿਫਤਾਰ ਕਰਕੇ ਮੁੜ ਕੇ ਫੌਜ ਨੇ ਚੱਕ ਕੇ ਉੱਥੇ ਹਥਿਆਰ ਫੌਜ ਨੇ ਰੱਖੇ ਹਥਿਆਰ ਆਏ ਕਿੱਥੋਂ ਤੁਸੀਂ ਮੈਨੂੰ ਦੱਸੋ ਫੌਜ ਚੱਪੇ ਚੱਪੇ ਤੇ ਫੌਜ ਆ ਹਥਿਆਰ ਕਿੱਧਰ ਨੂੰ ਲੰਘ ਕੇ ਆਏ ਜੀ ਝੰਡੂ ਇਹ ਕਹੀ ਜਦੋਂ ਪਹਿਲੀ ਤਰੀਕ ਨੂੰ ਫੌਜ ਲੱਗ ਗਈ ਜਦੋਂ ਚੱਪੇ ਚੱਪੇ ਤੇ ਫੌਜ ਹਥਿਆਰ ਕਿੱਥੋਂ ਲੰਘ ਕੇ ਕਮਲਿਆ ਤੁਹਾਨੂੰ ਦੀਦਾ ਨੀ ਵੀ ਜਦੋਂ ਅਠਵਾਲ ਦਾ ਕਤਲ ਹੋਇਆ ਬਲਜੀਤ ਕੌਰ ਦਾ ਉੱਥੇ ਕੁੜੀ ਕਤਲ ਕੀਤਾ ਭਾਟੀਏ ਦਾ ਕਤਲ ਹੋਇਆ ਅੰਦਰ ਜੋ ਕੁਛ ਹੋਇਆ ਜਾਣੀ ਹਨਾ ਪਰ ਕਿੱਥੇ ਸਰ ਸਿੱਖਾਂ ਨੂੰ ਥੋੜਾ ਅਕਲ ਸੀ ਯਾ ਤੁਸੀਂ ਕਿੱਥੇ ਸੀ ਉਸ ਦਿਨ ਮੈਂ ਉੱਥੇ ਖੜਾ ਸੀ ਮੈਂ ਦਰਬਾਰ ਸਾਹਿਬ ਤੁਸੀਂ ਖੜੇ ਸੀ ਫਿਰ ਹਥਿਆਰ ਕਿਵੇਂ ਚਲੇ ਗਏ ਤੁਹਾਡੇ ਹੁੰਦੇ ਆ ਲੋ ਜੀ ਜਲੂਸ ਕਢਾਉਣ ਵਾਲੀ ਗੱਲ ਆ ਹਨਾ ਰੱਖੜੀ ਵਿਸਾਖੀ ਦਾ ਉਦਣੇ ਵਾਪਰਨਾ ਸਾਰਾ ਕੁਛ ਵੀ ਸਵੇਰ ਨੂੰ ਪਹਿਲਾਂ ਹਥਿਆਰ ਲੈ ਕੇ ਜਾਣੇ ਆ ਫਿਰ ਦੁਪਹਿਰ ਨੂੰ ਆਪਾਂ ਲੜਨਾ ਆ ਤੇ ਸ਼ਾਮ ਨੂੰ ਗੁਰੂ ਗੋਬਿੰਦ ਸਿੰਘ ਪਾਤਸ਼ਾਹ ਨੇ ਕਿਹਾ ਵੀ ਸਿੱਖ ਹਥਿਆਰਾਂ ਬਿਨਾਂ ਭੇਡ ਦੇ ਸਮਾਨ ਹੈ ਗੁਰੂ ਦਾ ਰਾਜ ਤੁਹਾਡੀ ਗੱਲ ਪਹਿਲਾਂ ਵੀ ਆ ਗਈ ਇਸ ਮੁੱਦੇ ਤੇ ਹਾਂਜੀ ਬ੍ਰਿਗੇਡੀਅਰ ਸਾਹਿਬ ਮੈਂ ਵਾਪਸ ਆ ਰਿਹਾ ਆਰਪੀ ਸਿੰਘ ਜੀ ਕਾਫੀ ਦੇਰ ਦੇ ਇੰਤਜ਼ਾਰ ਕਰ ਰਹੇ ਆਰਪੀ ਸਿੰਘ ਜੀ ਜੋ ਪ੍ਰਸਥਿਤੀਆਂ ਉਸ ਵੇਲੇ ਬਣੀਆਂ ਦਰਬਾਰ ਸਾਹਿਬ ਦੀ ਬ੍ਰਿਗੇਡੀਅਰ ਸਾਹਿਬ ਦਾ ਆਪਣਾ ਤਰਕ ਹੈ ਪੰਜੋਲੀ ਸਾਹਿਬ ਦਾ ਆਪਣਾ ਤਰਕ ਹੈ
ਤੁਸੀਂ ਕਿਵੇਂ ਦੇਖਦੇ ਹੋ ਕੀ ਜਿਹੜੀਆਂ ਪ੍ਰਸਥਿਤੀਆਂ ਬਣੀਆਂ ਇਹ ਅਚਾਨਕ ਬਣੀਆਂ ਜਾਂ ਜੋ ਉਸਦੇ ਪਿਛੋਕੜ ਲੰਬਾ ਸਮਾਂ ਲੱਗਿਆ ਇੱਥੋਂ ਤੱਕ ਪਹੁੰਚਣ ਦੇ ਲਈ? ਦੇਖੋ ਭਾਈ ਸਾਹਿਬ, ਇਸ ਤਰ੍ਹਾਂ ਕਿ ਇਹ ਸਭ ਕੰਮ ਪ੍ਰੀ ਪਲੈਨਡ ਸੀ। ਇਹ ਜੋ ਬ੍ਰਿਗੇਡੀਅਰ ਸਾਹਿਬ ਇਹ ਗੱਲ ਕਹਿ ਰਹੇ ਨੇ ਕਿ ਵੀ ਉੱਥੇ ਹਥਿਆਰ ਸੀ ਅਤੇ ਆਪਣਾ ਇਹ ਫੌਜ ਦੀ ਉੱਥੇ ਲੋੜ ਸੀ, ਇੰਨੀ ਫੌਜ ਉੱਥੇ ਚੜ੍ਹ ਕੇ ਆਈ, ਇਹ ਉਸ ਵਕਤ ਦੀ ਲੋੜ ਸੀ। ਮੈਂ ਇਹਦੇ ਨਾਲ ਇਸ ਗੱਲ ਨਾਲ ਬਿਲਕੁਲ ਸਹਿਮਤ ਨਹੀਂ। ਇਹ ਸਾਰਾ ਪ੍ਰੀ ਪਲੈਨਡ ਸੀ। ਮੈਨੂੰ ਇਹ ਲੱਗਦਾ ਜਿਵੇਂ ਪੰਜੋਲੀ ਸਾਹਿਬ ਨੇ ਕਿਹਾ ਕਿ 1947 ਤੋਂ ਹੀ ਜਦੋਂ ਸਿੱਖਾਂ ਨੂੰ ਇਹ ਪਤਾ ਲੱਗਾ, ਜਦੋਂ ਉਸ ਵੇਲੇ ਆਜ਼ਾਦੀ ਵੇਲੇ ਫੈਸਲਾ ਹੋਇਆ ਹੈ ਕਿ ਪਾਕਿਸਤਾਨ ਦਾ ਅਤੇ ਹਿੰਦੁਸਤਾਨ ਦਾ, ਅਤੇ ਸਿੱਖਾਂ ਨੇ ਜੋ ਸੀ ਆਪਣਾ ਸਾਥ ਇੱਧਰ ਹੀ ਰੱਖਿਆ, ਉਹਨਾਂ ਨੇ ਇੱਧਰ ਹੀ ਪ੍ਰੈਫਰ ਕੀਤਾ ਵੀ ਅਸੀਂ ਇੱਧਰ ਹੀ ਰਹਾਂਗੇ, ਹਿਸਟਰੀ ਦਾ ਪਾਰਟ ਬਣ ਗਿਆ। ਅੱਛਾ, ਉਸ ਤੋਂ ਬਾਅਦ ਫਿਰ ਜਦੋਂ ਸਿੱਖਾਂ ਨੂੰ ਇਹ ਪਤਾ ਲੱਗਾ ਕਿ ਵੀ ਉਹ ਇੱਥੇ ਗਲਤੀ ਕੀਤੀ ਹੈ, ਉਹਨਾਂ ਵੀ ਡਿਸਕ੍ਰਿਮੀਨੇਸ਼ਨ ਹੋ ਰਹੀ ਹੈ, ਦੂਜੇ ਦਰਜੇ ਦੇ ਸ਼ਹਿਰੀ ਵਾਲਾ ਸਲੂਕ ਹੋ ਰਿਹਾ ਹੈ, ਅਤੇ ਉਹਨਾਂ ਨੇ ਫਿਰ ਜਿਹੜੀ ਪੰਜਾਬ ਜਿਹੜੀ ਮੂਵਮੈਂਟ ਹੈ ਉਹ ਤੋਂ ਹੀ ਸ਼ੁਰੂ ਹੋ ਗਈ ਸੀ। 1947 ਤੋਂ ਬਾਅਦ ਹੀ ਮੂਵਮੈਂਟ ਸ਼ੁਰੂ ਹੋ ਗਈ ਸੀਗੀ, ਜਿਹੜਾ ਪੰਜਾਬੀ ਸੂਬੇ ਦੀ ਮੂਵਮੈਂਟ ਸੀ ਉਹ ਵੀ ਇਹਦਾ ਇੱਕ ਪਾਰਟ ਸੀ। ਡੈਮੋਕ੍ਰੈਟਿਕ ਰਾਈਟ ਹੈ ਹਰ ਇੱਕ ਦਾ। ਉਹਦੇ ਬਾਅਦ 1975 ਜਦੋਂ ਐਮਰਜੈਂਸੀ ਲੱਗੀ ਹੈ, ਉਦੋਂ ਵੀ ਜੋ ਰੈਜ਼ਿਸਟੈਂਸ ਹੋਈ, ਜੋ ਇਹਦਾ ਵਿਰੋਧ ਹੋਇਆ, ਪੰਜਾਬ ਤੋਂ ਹੀ ਹੋਇਆ। ਸੋ ਮੈਂ ਸਮਝਦਾ ਜਿਹੜੀ ਮਿਸਿਸ ਗਾਂਧੀ ਸੀ ਉਹਦਾ ਪੰਜਾਬ ਪ੍ਰਤੀ, ਸਿੱਖਾਂ ਪ੍ਰਤੀ ਜੋ ਰਵੱਈਆ ਸੀ ਉਹ ਡਿਫਰੈਂਟ ਸੀ। ਉਹਦੇ ਮਨ ਵਿੱਚ ਇਹ ਸੀਗਾ ਕਿ ਇਹ ਸਿੱਖਾਂ ਨੂੰ ਜਿਹੜਾ ਹੈਗਾ ਵੀ ਸਹੀ ਟਾਈਮ ਆਉਣ 'ਤੇ ਸਬਕ ਸਿਖਾਉਣ ਦਾ। ਸੋ ਇਹ ਉਸ ਵੇਲੇ ਉਹਨਾਂ ਦੀ ਸੋਚ ਦੇ ਮੁਤਾਬਕ ਇਹ ਸਹੀ ਸਮਾਂ ਸੀ ਸਿੱਖਾਂ ਨੂੰ ਸਬਕ ਸਿਖਾਉਣ ਦਾ। ਜਿਹੜੀ ਪੰਜੋਲੀ ਸਾਹਿਬ ਨੇ ਗੱਲ ਕੀਤੀ 36 ਗੁਰਦੁਆਰਿਆਂ ਤੇ ਹਮਲਾ ਹੋਣਾ, 38 ਗੁਰਦੁਆਰਿਆਂ ਤੇ ਹਮਲਾ ਹੋਣਾ, ਉਸ ਤੋਂ ਬਾਅਦ ਫਿਰ ਸਾਰੇ ਪੰਜਾਬ ਨੂੰ ਬਸ ਕਰੋ ਭਰਾਵੋ, ਬਸ ਕਰੋ। ਹਾਂ, ਤਾਂ ਬਹੁਤ ਚਿਰ ਦੇ ਕਹਿੰਦੇ ਆ ਰਹੇ ਹਾਂ ਅਸੀਂ ਵੀ ਉਹਨਾਂ ਦੀ ਪਲੈਨ ਸੀ। ਸਾਡੇ ਨਾਲ ਇੱਕ ਸਰੋਤੇ ਆ ਜੀ। ਹਾਂਜੀ, ਸਤਿ ਸ਼੍ਰੀ ਅਕਾਲ ਭਾਜੀ। ਸਤਿ ਸ਼੍ਰੀ ਅਕਾਲ ਜੀ। ਹਾਂਜੀ ਭਾਜੀ, ਮੈਂ ਇੱਕ ਇਹਦੇ ਨਾਲ ਰਲਦੀ ਗੱਲ ਕਹਿਣਾ ਚਾਹੁੰਦਾ। ਮੈਂ ਆਰਮੀ ਦੇ ਵਿੱਚ ਹਾਂਜੀ, ਜਦ ਵੀ ਹੁਣ ਵੀ ਜੰਮੂ ਦੇ ਵਿੱਚ ਵੀ ਕੋਈ ਹੁੰਦਾ ਨਾ ਵੀ ਕੋਈ ਟਰੈਸਟ ਮਾਰਦੇ, ਹੁਣ ਵੀ ਆਪਰੇਸ਼ਨ ਚੱਲਦਾ, ਅੱਜ ਵੀ ਜੋ ਵੀ ਜਿਵੇਂ ਚੱਲਦਾ, ਉਹਨਾਂ ਨੂੰ ਅੰਦਰ ਉਹਨਾਂ ਨੂੰ ਵੀ ਅੰਦਰ ਇੱਕੋ ਹੀ ਦਿੱਤਾ ਜਾਂਦਾ, ਫੋਨ ਲੈ ਜਾਂਦਾ ਵੀ ਬਾਹਰੋਂ ਕਰਾਊਡ ਕਰਨਗੇ ਲੋਕ, ਇੱਥੋਂ ਦੇ ਤੁਹਾਨੂੰ ਬਚਾਉਣਗੇ, ਤੁਸੀਂ ਹਥਿਆਰ ਨਹੀਂ ਛੱਡਣੇ ਹੈਗੇ। ਇਹੀ ਕੁਛ ਸਾਨੂੰ ਹਜੇ ਵੀ ਸਾਨੂੰ ਜਿਵੇਂ ਹੁੰਦੀ ਭਾਜੀ, ਇਹਨਾਂ ਦੇ ਨਾਲ ਤਾਂ ਸਾਡੇ ਜਿਹੜੇ ਜੰਮੂ ਵਿੱਚ ਹੁਣ ਹੋ ਰਹੇ ਨੇ ਨਾ, ਐਮਟੈਕ ਬੀਟੈਕ ਨੇ, ਚਾਹੇ ਆਹ ਲਾ ਲਓ ਮੂਸਾ ਮਾਰਿਆ ਲਸ ਜਿਹੜਾ ਉਹ ਵੀ ਮਾਰਿਆ, ਬਰਹਾਨ ਬਾਨੀ ਲਾ ਲਿਆ, ਉਹਨਾਂ ਦੀ ਕੁਆਲੀਫਿਕੇਸ਼ਨ ਦੇਖੋ ਇਹਨਾਂ ਨਾਲੋਂ ਕਿੰਨੀ ਕਰਦੀ। ਹਾਂ, ਤੇ ਇਹ ਆਪਣੇ ਵਾਲੇ ਡੰਗਰ, ਇਹਨਾਂ ਨੂੰ ਕੁਛ ਸਮਝ ਨੀ ਲੱਗਦੀ ਹੈਗੀ ਇਹ ਗੱਲ। ਅਸੀਂ ਵੀ ਭਾਜੀ ਪਹਿਲਾਂ ਮੈਂ ਵੀ ਇਹਨਾਂ ਦੇ ਨਾਲ ਜਾਂਦਾ ਸੀ, ਮੈਂ ਤੀਜੀ ਵਾਰੀ ਵੋਟਿੰਗ ਇੱਥੇ ਜੰਮੂ ਕਸ਼ਮੀਰ ਦੇ ਵਿੱਚ, ਮੈਂ ਵੀ ਪਹਿਲਾਂ ਵੀ ਮੈਂ ਇਹਨਾਂ ਨਾਲੇ ਮੈਂ ਇੰਨਾ ਸੋਚਦਾ ਸੀ, ਮੈਂ ਜਿਹੜੇ ਕਈ ਸਿੱਖ ਨੇ ਨਾ ਭਾਜੀ, ਕਈ ਸਿੱਖ ਉਹ ਕਹਿੰਦੇ ਨੇ ਵੀ ਸਿੱਖ ਕਹਿੰਦੇ ਹੁੰਦੇ ਸੀ ਵੀ ਹਾਂ ਜੰਮੂ ਵਾਲੇ ਕਹਿੰਦੇ ਵੀ ਆਪਾਂ ਮਾਰ ਦਿੰਦੇ ਹਾਂ ਇੱਥੇ ਵਾਲੇ ਜਿਹੜੇ ਟੈਰਰਿਸਟ ਨੇ, ਪਰ ਆਪਣੇ ਵਾਲੇ ਸਹੀ ਸੀਗੇ। ਉਹ ਫੋਟੋ ਪਿੰਡ ਵਾਲੀ ਲਾਉਣਗੇ ਆਪਦੀ ਪ੍ਰੋਫਾਈਲ ਤੇ, ਪਰ ਇੱਥੇ ਵਾਲੇ ਕਰਕੇ ਮੁਬਾਰਕਾਂ ਦਿੰਦੇ ਨੇ ਮਾਰ ਕੇ ਵੀ ਹਾਂ ਅੱਜ ਕਮਾਰ। ਅਸੀਂ ਸਮਝ ਹੀ ਨੀ ਸਕੇ ਇਸ ਤੇ ਅਸੀਂ ਵੀ ਇੱਥੇ, ਮੈਂ ਕਹਿੰਦਾ ਜਿਹੜੇ ਆਹ ਕੇ ਫੋਟੋਆਂ ਭਾਜੀ ਪਾਉਂਦੇ ਨੇ ਲੋਕਾਂ ਦੇ ਮੂੰਹ ਦੇ ਉੱਤੇ, ਜੋ ਵੀ ਇੱਥੇ ਦੇ ਗੰਨੇ ਉਹਨਾਂ ਦੀ ਸੈਲਿੰਗ ਲੱਗੀ ਹੁੰਦੀ ਆ ਮੂੰਹ ਦੇ। ਹੈਲੋ ਜੀ, ਆਵਾਜ਼ ਮੈਨੂੰ ਲੱਗਦਾ ਕਾਲ ਡ੍ਰੌਪ ਹੋ ਰਹੀ ਆ। ਇੱਕ ਹੋਰ ਸਰੋਤੇ ਆ ਜੀ ਸਾਡੇ ਨਾਲ, ਉਹਨਾਂ ਦੀ ਵੀ ਸੁਣ ਲਈਏ ਗੱਲ। ਹਾਂਜੀ, ਸਤਿ ਸ਼੍ਰੀ ਅਕਾਲ ਅੰਕਲ ਜੀ। ਸਤਿ ਸ਼੍ਰੀ ਅਕਾਲ। ਮੈਂ ਇੱਕ ਸਰੋਤੇ ਆਏ ਸੀਗੇ ਲੋਕਲ ਕਾਲ ਤੋਂ, ਪੁੱਛਦੇ ਸੀਗੇ ਵੀ ਇਸ ਚੀਜ਼ ਨੂੰ ਕੀ ਕਹਿੰਦੇ ਨੇ, ਉਹਨੂੰ ਕਹੇ ਕੰਮ ਕਰੀ ਜੇ ਮੇਰੀ ਉਹ ਸੁਣਦਾ ਹੋਏ ਆਵਾਜ਼, ਜੇ ਤਾਂ ਤੇਰਾ ਵਿਆਹ ਹੋਇਆ ਤਾਂ ਵੀ ਠੀਕ ਹੈ, ਜੇ ਨਹੀਂ ਹੋਇਆ ਹੋਇਆ ਨਾ ਤੇਰਾ ਵਿਆਹ, ਕਿ ਜਿਸ ਦਿਨ ਤੇਰੀ ਮੈਰਿਜ ਹੋਊਗੀ ਨਾ, ਜੇ ਤੂੰ ਬੰਦੇ ਦਾ ਪੁੱਤ ਹੈ, ਜੇ ਤੂੰ ਆਪਣੇ ਆਪ 'ਚ ਅਣਖ ਰੱਖਦਾ, ਜੇ ਆਪਣੇ ਆਪ ਨੂੰ ਮਤਲਬ ਕਿ ਜਾਗਰੂਕ ਕਹਿੰਦਾ ਜਾਂ ਮਤਲਬ ਕਿ ਜਾਗਦੀ ਜ਼ਮੀਰ ਵਾਲਾ ਕਹਿੰਦਾ, ਆਪਣੇ ਵਿਆਹ ਵਾਲੇ ਦਿਨ ਨਾ ਸਟੇਜ 'ਤੇ ਚੜ੍ਹ ਕੇ ਪੁੱਛੀ ਆਪਣੇ ਸਰ ਨੂੰ ਕਿ ਇਹਨੂੰ ਕੀ ਕਹਿੰਦੇ ਨੇ। ਬਸ ਇਹੀ ਕਹਿਣਾ ਸੀਗਾ, ਉਹਦੇ ਵਾਸਤੇ ਹੈ ਪ੍ਰੋਗਰਾਮ ਬੜਾ ਵਧੀਆ ਚੱਲ ਰਿਹਾ ਜੀ, ਦਿਲ ਨਹੀਂ ਕਰਦਾ ਬੋਲਣ ਨੂੰ ਪਰ ਮਜਬੂਰ ਕਰਦੇ ਨੇ ਇੱਦਾਂ ਦੇ ਲੋਕ ਬੋਲਣ ਵਾਸਤੇ। ਥੈਂਕ ਯੂ ਅੰਕਲ ਜੀ, ਥੈਂਕ ਯੂ। ਪਤਾ ਆਇਆ ਜੀ ਉਹਨਾਂ ਨੂੰ। ਹਾਂਜੀ ਵੀਰੇ, ਤੁਹਾਡੀ ਆਵਾਜ਼ ਘੱਟ ਹੋ ਗਈ ਜੀ। ਨਹੀਂ ਜੀ, ਦੇਖੋ ਉਹ ਤਾਂ ਆਪਣਾ ਜਿਹੜਾ ਜਿਹੜਾ ਦੀਵਾਲੀਆ ਹਰੇਕ ਗੱਲ ਚ ਕਢਾਉਣ ਤੇ ਅਸੀਂ ਮਾਰ ਆ, ਜਾਣੀ ਇਹਦੇ ਵਿੱਚ ਕੋਈ ਸ਼ੱਕ ਨਹੀਂ। ਠੀਕ ਆ। ਹਾਂਜੀ ਹੈਲੋ,
ਨਹੀਂ ਵੀਰੇ ਤੁਹਾਡੀ ਆਵਾਜ਼ ਨਹੀਂ ਆ ਰਹੀ, ਹੁਣ ਸਾਨੂੰ ਪਤਾ ਨਹੀਂ ਕੀ ਕਾਰਨ ਹੈ ਉਹਦਾ। ਨਹੀਂ ਜੀ ਹੁਣ ਰਹਿਣ ਦਿੰਦੇ ਅਸੀਂ, ਇਹ ਸਮਾਂ ਵੀ ਸਾਡਾ ਹੋ ਗਿਆ ਆ, ਜਿੰਨੀ ਕਪੈਸਿਟੀ ਸੀ ਸਾਡੀ ਅਸੀਂ ਕਰ ਲਿਆ ਆਪਣਾ, ਠੀਕ ਆ। ਆਹੀ ਇੰਨਾ ਕੋਈ ਦਿਖਾਉਣਾ ਸੀ ਜੀ, ਇਹਨੂੰ ਵੀਡੀਓ ਨੂੰ ਸ਼ੇਅਰ ਕਰ ਦਿਆਂਗੇ ਹੁਣ, ਠੀਕ ਆ। ਇੱਦਾਂ ਹੀ ਆ, ਹਾਂ ਇੱਦਾਂ ਦੀਆਂ ਗੱਲਾਂ ਆ ਵੀ ਜਾਣੀ, ਉਹ ਸਿਰਫ ਇਹਨਾਂ ਦੀ ਜਿਹੜੀ ਲੀਡਰਸ਼ਿਪ ਆ ਸਾਡੀ, ਲਿਆਕਤ ਆ ਸਾਡੀ, ਉਹਦੇ ਬਾਰੇ ਹੀ ਅਸੀਂ ਚਾਹੁੰਦੇ ਸੀ ਥੋੜੀ ਜਿਹੀ ਗੱਲ ਕਰਨੀ। ਜਿਹੜੇ ਆਪਣੇ ਆਪ ਨੂੰ ਬੁਲਾਰੇ ਕਹਿ ਕੇ ਪ੍ਰੈਜੈਂਟ ਕਰ ਰਹੇ ਆ ਨਾ, ਉਹ ਆ ਕਰੀਮ ਆ ਤਾਂ ਜਿਹੜੇ ਮਤਲਬ ਜਿਹੜੇ ਜਿਹੜੇ ਜਿਹਨਾਂ ਨੂੰ ਕਹਿੰਦੇ ਪਸ਼ੂ ਆ, ਉਹ ਕਿੱਦਾਂ ਦੇ ਹੋਣਗੇ ਉਹਨਾਂ ਦਾ ਅੰਦਾਜ਼ਾ ਜਿਹੜੀ ਫੌਜ ਆ ਜਿਹੜੀ ਪਿੱਛੇ ਆ ਉਹਦੇ ਲੱਗਿਓ ਪਿਆਦੇ ਆ, ਉਹ ਤੁਸੀਂ ਉਹ ਅੰਦਾਜ਼ਾ ਲਾ ਲਓ ਵੀ ਕਿੰਨੀ ਕੁ ਅਕਲ ਦੇ ਮਾਲਕ। ਹਾਂ ਠੀਕ ਹੈ ਜੀ, ਧੰਨਵਾਦ ਜੀ। ਆਪਾਂ ਕੱਲ ਨੂੰ ਵੀਰਵਾਰ ਆ ਪ੍ਰੋਗਰਾਮ ਚਿੱਟੀ ਸਿਉਂਕ, ਹਾਂਜੀ, ਤੇ ਉਹ ਤੋਂ ਬਾਅਦ ਸ਼ਨੀਵਾਰ ਨੂੰ 10 ਮਿੰਟਾਂ ਦਾ ਸੱਚ, ਯਾ ਫਿਰ ਐਤਵਾਰ ਨੂੰ ਜਿਹੜੇ ਵੀ ਮਸਲੇ ਹੋਏ, ਹਾਂ ਠੀਕ ਹੈ, ਭੁੱਖੇ ਹੋਏ ਜਾਂ ਜਿਹੜੇ ਵੀ ਹੋਏ, ਠੀਕ ਆ, ਤੇ ਮਿਲਦੇ ਰਹਾਂਗੇ ਆਪਾਂ। ਧੰਨਵਾਦ ਜੀ, ਠੀਕ ਹੈ, ਮਿਲਾਂਗੇ ਫਿਰ ਜਦੋਂ ਸਮਾਂ।